ਬੋਲਦੀਆਂ ਕਿਤਾਬਾਂ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਨਵੀਂ ਕਿਤਾਬ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਕਿਤਾਬਾਂ ਨੂੰ ਬੋਲ ਕੇ ਤੁਹਾਡੇ ਤੱਕ ਪਹੁੰਚਾਇਆ ਜਾਵੇ ਸੋ ਇਸ ਲੜੀ ਦੇ ਅਧੀਨ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਇੱਕ ਨਵੀਂ ਕਿਤਾਬ ਜਿਸ ਦਾ ਨਾਮ ਹੈ ਸੂਰਜ ਦੀ ਅੱਖ ਲੇਖਕ ਨੇ ਬਲਦੇਵ ਸਿੰਘ ਸੜਕਨਾਮਾ ਤੇ ਸੂਰਜ ਦੀ ਅੱਖ ਕਿਤਾਬ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਪਰ ਲਿਖੀ ਹੋਈ ਹੈ। ਇਸ ਕਿਤਾਬ ਦੇ ਵਿੱਚ ਉਹਨਾਂ ਨੇ ਸਾਰੇ ਜੀਵ ਦੇ ਵੇਰਵੇ ਦਿੱਤੇ ਨੇ। ਤਾਂ ਆਓ ਦੋਸਤੋ ਅਸੀਂ ਸ਼ੁਰੂ ਕਰਦੇ ਹਾਂ ਇਹ ਕਿਤਾਬ ਤਾਂ ਸ਼ੁਰੂ ਕਰਦੇ ਹਾਂ ਕਿਤਾਬ ਸੂਰਜ ਦੀ ਅੱਖ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਪਰ ਅਨਰਧਾਰਤ ਇਤਿਹਾਸਕ ਨਾਵਲ ਬਲਦੇਵ ਸਿੰਘ ਸੜਕ ਨਾਮਾ ਤੇ ਲੇਖਕ ਨੇ ਇਸ ਕਿਤਾਬ ਨੂੰ ਸਮਰਪਣ ਕੀਤਾ ਹੈ ਕੁਝ 5-6 ਲਾਈਨਾਂ ਦੇ ਨਾਲ ਜੋ ਇੰਜ ਲਿਖਿਆ ਨੇ ਉਹਨਾਂ ਲੱਖਾਂ ਬੇਨਾਮ ਸਿਪਾਈਆਂ ਦੇ ਨਾਮ ਜਿਹੜੇ ਸਿਰਫ 2 ਜਾਂ 3 ਰੁਪਏ ਮਹੀਨੇ ਦੀ ਤਨਖਾਹ ਪਾ ਕੇ ਆਪਣੇ ਮਹਾਰਾਜੇ ਲਈ ਲੜੇ ਅਤੇ ਜੰਗ ਦੇ ਮੈਦਾਨ ਵਿੱਚ ਲੜਦਿਆਂ ਵੀਰਗਤੀ ਪ੍ਰਾਪਤ ਕੀਤੀ ਜਿਨ੍ਹਾਂ ਦੀ ਨਾਂ ਇਤਿਹਾਸ ਜਿਨ੍ਹਾਂ ਦੀ ਨਾਂ ਮਹਾਰਾਜੇ ਨੇ ਪਰਵਾਹ ਕੀਤੀ ਅਤੇ ਨਾ ਹੀ ਇਤਿਹਾਸ ਨੇ ਤੇ ਦੋਸਤੋ ਮੈਂ ਇੱਕ ਗੱਲ ਹੋਰ ਵੀ ਦੱਸ ਦੇਵਾਂ ਕਿ ਇਹ ਮੇਰੀ ਜੀਵਨ ਦੀ ਪਹਿਲੀ ਕਿਤਾਬ ਹੈ ਜੋ ਮੈਂ ਪੜ ਰਿਹਾ ਹਾਂ ਇਸ ਕਿਤਾਬ ਨੂੰ ਪੜਦੇ ਹਾਂ ਬਹੁਤ ਸਾਰੀਆਂ ਗਲਤੀਆਂ ਹੋ ਸਕਦੀਆਂ ਨੇ ਕਟਾਈਆਂ ਹੋ ਸਕਦੀਆਂ ਨੇ ਪੰਜਾਬੀ ਵਿੱਚ ਕੁਝ ਮੁਸ਼ਕਲਾਂ ਹੋ ਸਕਦੀਆਂ ਨੇ ਸੋ ਉਹਦੇ ਲਈ ਮੈਂ ਪਹਿਲਾਂ ਹੀ ਮਾਫੀ ਮੰਗਦਾ ਹਾਂ ਤੇ ਉਮੀਦ ਹੈ ਕਿ ਤੁਸੀਂ ਮੇਰੇ ਨਾਲ ਇੰਜ ਹੀ ਇੰਜ ਹੀ ਡਟੇ ਰਹੋਗੇ ਤੇ ਆਪਾਂ ਕਿਤਾਬ ਪੜਦੇ ਰਵਾਂਗੇ ਤੇ ਆਪਾਂ ਕਿਤਾਬ ਦੇ ਸਭ ਤੋਂ ਪਿਛਲੇ ਪੰਨੇ ਤੇ ਜਾਂਦੇ ਹਾਂ ਬਲਦੇਵ ਸਿੰਘ ਸੜਕਨਾਮਾ ਦੇ ਵੱਲੋਂ ਲਿਖਿਆ ਕੁਝ ਪੜ੍ਹਦੇ ਹਾਂ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਤਿਹਾਸ ਅੰਦਰ ਚਾਤੀ ਮਾਰਨੀ ਪੀੜੀ ਗੰਢ ਖੋਲਣ ਵਾਂਗ ਹੈ ਪੀੜੀ ਗੰਢ ਖੋਲਣ ਵਾਂਗ ਹੈ ਮੁਗਲ ਬਾਦਸ਼ਾਹ ਦਰਬਾਰੀ ਲੇਖਕਾਂ ਤੋਂ ਇਸ ਇਤਿਹਾਸ ਲਿਖਵਾਉਂਦੇ ਫਿਰ ਉਹਨਾਂ ਘਟਨਾਵਾਂ ਤੇ ਜੰਗਾ ਦੇ ਜਿਗਰ ਕੀਤਾ ਜਾਂਦਾ ਜਿਹੜੀਆਂ ਤਖਤ ਜਾਂ ਬਾਦਸ਼ਾਹ ਦੀ ਸ਼ਾਨ ਨੂੰ ਹੋਰ ਚਮਕਾਉਂਦੀਆਂ ਇੰਜ ਪੁਰਾਤਨ ਅਫਵਾਹਾਂ ਅਤੇ ਫਰਜੀ ਘਟਨਾਵਾਂ ਨੂੰ ਇਤਿਹਾਸ ਸਮਝ ਲਿਆ ਜਾਂਦਾ ਇਹਨਾਂ ਹੁਕਮਰਾਨਾਂ ਨੂੰ ਆਪਣੇ ਸਾਮਰਾਜ ਦੇ ਪਵਿੱਖੇ ਦੀ ਚਿੰਤਾ ਵਧੇਰੇ ਰਹਿਣ ਕਾਰਨ ਵਰਤਮਾਨ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਜਾਂਦਾ। ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਇਤਿਹਾਸਕਾਰ ਇੱਕ ਮਤ ਨਹੀਂ। ਵਿਦੇਸ਼ੀ ਇਤਿਹਾਸਕਾਰ ਸਾਨੂੰ ਉਸ ਨੂੰ ਸਲਾਮੀ ਕਾਮੀ, ਲਾਲਚੀ, ਸਵਾਰਥੀ ਅਤੇ ਆਪਣੇ ਕਰੀਬੀਆਂ ਨਾਲ ਧੋਖਾ ਕਰਨ ਵਾਲਾ ਵਜੋਂ ਪੇਸ਼ ਕਰਦੇ। ਬੇਰਨ ਹਿਊਗਲ ਨੂੰ ਤਾਂ ਮਹਾਰਾਜਾ ਪੰਜਾਬ ਦਾ ਸਭ ਤੋਂ ਵੱਧ ਸੂਰਤਮਨੁੱਖ ਦਿਖਾਈ ਦਿੰਦਾ ਸਾਡੇ ਇਤਿਹਾਸਕਾਰ ਮਹਾਰਾਜੇ ਨੂੰ ਜੰਗਬਾਜ਼ ਨੇਤਾ ਸੱਚਾ ਸੁੱਚਾ ਸਿੱਖ ਨਿਤਨੇਮੀ ਦਇਆਵਾਨ ਸਭ ਧਰਮ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ ਦਰਸਾਉਂਦੇ ਹਨ ਕੋਈ ਉਸ ਨਪੋਲੀਏ ਦੇ ਮੁਕਾਬਲੇ ਦਾ ਸ਼ਾਸਕ ਮੰਨਦਾ ਹੈ ਤੇ ਕੋਈ ਹੋਰ ਸ਼ੇਰੇ ਪੰਜਾਬ ਦੇ ਖਿਤਾਬ ਨਾਲ ਨਿਵਾਜਦਾ ਹੈ ਆਪਣੇ ਤੋਂ ਅੱਧੀ ਉਮਰ ਦੀਆਂ ਨਾਚੀਆਂ ਨੂੰ ਆਪਣੇ ਹਰਮ ਵਿੱਚ ਲਿਆਉਣ ਵਾਲੇ ਸਿੱਖੀ ਦਾ ਗੌਰਵ ਕਹਾਉਣ ਵਾਲੇ ਮਹਾਰਾਜ ਦੇ ਅਸਲੀ ਚਿਹਰਾ ਤਲਾਸ਼ਣਾ ਪਾਰਾ ਜੋਖਮ ਹੈ। ਬਿਹੜ ਅਤੇ ਔਜੜ ਰਾਹ ਦੇ ਤੁਰਨ ਮਾਗ ਫਿਰ ਵੀ ਸੂਰਜ ਦੀ ਅੱਖ ਵਿੱਚ ਮੈਂ ਮਹਾਰਾਜੇ ਦੀ ਵੀ ਪਿੰਨ ਨਕਸ਼ਾ ਨੂੰ ਤਰਾਸ਼ਣ ਉਲੀਖਣ ਦੇ ਉਗਾੜਨ ਦਾ ਯਤਨ ਕੀਤਾ ਹੈ। ਲਿਖਤਮ ਬਲਦੇਵ ਸਿੰਘ ਸੜਕਨਾਮਾ ਤੇ ਦੋਸਤੋ ਮੈਂ ਤੁਹਾਡਾ ਦੋਸਤ ਜਗਦੀਪ ਸਿੰਘ ਥਿੰਦ ਇਟਲੀ ਤੋਂ ਇਸ ਕਿਤਾਬ ਨੂੰ ਸ਼ੁਰੂਆਤ ਦੇਣ ਜਾ ਰਿਹਾ ਹਾਂ ਤੇ ਚਲੋ ਦੋਸਤੋ ਅਸੀਂ ਸ਼ੁਰੂਆਤ ਕਰਦੇ ਹਾਂ ਪਹਿਲੇ ਭਾਗ ਦੀ ਪਹਿਲੇ ਭਾਗ ਦਾ ਨਾਮ ਹੈ ਇਤਿਹਾਸ ਤੇ ਪਈ ਗਰਦ ਝਾੜਦਿਆਂ ਬੜੇ ਸਾਲਾਂ ਬਾਅਦ ਇੱਕ ਦੋਸਤ ਮਿਲਿਆ ਉਹ ਪੰਜਾਬ ਤੋਂ ਬਾਹਰ ਦੀ ਇੱਕ ਯੂਨੀਵਰਸਿਟੀ ਵਿੱਚ ਹਿਸਟਰੀ ਦਾ ਪ੍ਰੋਫੈਸਰ ਸੀ ਬੀਏ ਤੱਕ ਅਸੀਂ ਇਕੱਠੇ ਪੜ੍ਹੇ ਸਾਂ ਗੱਲਾਂ-ਬਾਤਾਂ ਕਰਦਿਆਂ ਉਸ ਨੂੰ ਪੁੱਛਿਆ ਅੱਜਕੱਲ੍ਹ ਤੇਰੇ ਇਤਿਹਾਸਕ ਨਾਵਲ ਦੀ ਬੜੀ ਚਰਚਾ ਹੈ ਇਤਿਹਾਸ ਦਾ ਕਿਹੜਾ ਪੀਰੀਅਡ ਚੁਣੀਏ ਮੇਰੀ ਇਧਰ ਰੁਚੀ ਤਾਂ ਨਹੀਂ ਮੈਂ ਜਵਾਬ ਦਿੱਤਾ ਪਰ ਬਣ ਗਈ ਹੈ ਮੈਂ ਅਕਬਰ ਦੇ ਸਮੇਂ ਦਾ ਦੁੱਲਾ ਪੱਟੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਅਤੇ ਔਰੰਗਜ਼ੇਬ ਦੇ ਸਮੇਂ ਸਿੱਖ ਇਤਿਹਾਸ ਦੇ ਨਾਇਕ ਅਤੇ ਜਰਨੈਲ ਪਾਈ ਜਤਾ ਜੀ ਫਿਰ ਬੰਦਾ ਬਹਾਦਰ ਤੇ ਹੁਣ ਅੰਗਰੇਜ਼ੀ ਕਾਲ ਦੇ ਸਮੇਂ ਦੇ ਨਾਇਕ ਭਗਤ ਸਿੰਘ ਬਾਰੇ ਨਾਵ ਲਿਖੇ ਨੇ ਮੈਂ ਇਤਿਹਾਸ ਵਿੱਚ ਸਿਰਫ ਲੋਕ ਨਾਇਕ ਹੀ ਚੁਣੇ ਨੇ ਹਰਜੀਤ ਸਿੰਘ ਨੂੰ ਤਾਂ ਲੋਕ ਨਾਇਕ ਨਹੀਂ ਸਮਝਦਾ ਹਰਜੀਤ ਸਿੰਘ ਨੂੰ ਤੂੰ ਲੋਕ ਨਾਇਕ ਨਹੀਂ ਸਮਝਦਾ ਮੇਰੇ ਦੋਸਤ ਪ੍ਰੋਫੈਸਰ ਕੌਤਕੀ ਨੇ ਵਿਅੰਗ ਨਾਲ ਪੁੱਛਿਆ ਰਾਜੇ ਮਹਾਰਾਜੇ ਲੋਕ ਨਾਇਕ ਨਹੀਂ ਹੁੰਦੇ ਦੋਹਾਂ ਦੀ ਮਿੱਟੀ ਵਿੱਚ ਫਰਕ ਹੁੰਦਾ ਹੈ ਆਪਣੀ ਸਮਝ ਅਨੁਸਾਰ ਮੈਂ ਕਿਹਾ ਫੀ ਕੀ ਫਰਕ ਹੁੰਦਾ ਹੈ ਕਾਲਜ ਸਮੇਂ ਤੋਂ ਹੀ ਕੌਤਕੀ ਨੂੰ ਬਹਿਸ ਕਰਨ ਦੀ ਆਦਤ ਸੀ ਉਸ ਦੀ ਆਦਤ ਵੇਖ ਕੇ ਹੀ ਉਸ ਦਾ ਨਾਮ ਪਹਿਲਾਂ ਕਾਨੂੰਨੀ ਪੱਕ ਗਿਆ ਉਹ ਹਵਾਲ ਦੀ ਖਲ ਲੌਂਡ ਤੱਕ ਜਾਂਦਾ ਸੀ ਉੰਜ ਉਹ ਜੀਨੀਅਸ ਬੰਦਾ ਸੀ ਛੇਤੀ ਕਿਤੇ ਉਹ ਪ੍ਰੋਫੈਸਰਾਂ ਨਾਲ ਵੀ ਸਹਿਮਤ ਨਹੀਂ ਸੀ ਹੁੰਦਾ ਸਮਾ ਪੈ ਕੇ ਉਹ ਕਾਨੂੰਨੀ ਤੋਂ ਕੌਤਕੀ ਬਣ ਗਿਆ ਇਸ ਨਾਮ ਨੂੰ ਉਸਨੇ ਖੁਦ ਵੀ ਮਾਨਤਾ ਦੇ ਦਿੱਤੀ ਸੀ ਕਹੇ ਤੋਂ ਗੁੱਸਾ ਨਹੀਂ ਸੀ ਕਰਦਾ ਉਸਦੇ ਸਵਾਲ ਦੇ ਜਵਾਬ ਵਿੱਚ ਮੈਂ ਕਿਹਾ ਲੋਕ ਨਾਇਕਾਂ ਅਤੇ ਰਾਜਾ ਮਹਾਰਾਜਾਂ ਵਿੱਚ ਬਹੁਤ ਫਰਕ ਹੁੰਦਾ ਹੈ ਲੋਕ ਨਾਇਕ ਲੋਕਾਂ ਲਈ ਆਪਣੀ ਮਿੱਟੀ ਲਈ ਜੂਦੇ ਮਰਦੇ ਨੇ ਰਾਜੇ ਮਹਾਰਾਜੇ ਆਪਣੇ ਨਿੱਜੀ ਲਾਭਾਂ ਲਈ ਆਪਣੀਆਂ ਆਇਆਸ਼ੀਆਂ ਲਈ ਲੋਕਾਂ ਦੇ ਜ਼ੁਲਮ ਕਰਦੇ ਨੇ ਮੰਨ ਲੈਂਦੇ ਆ ਮੈਂ ਸਹਿਮਤ ਤਾਂ ਹਾਂ ਤੇਰੇ ਨਾਲ ਪਰ ਮੇਰੀ ਇੱਛਾ ਹੈ ਤੂੰ ਰਣਜੀਤ ਸਿੰਘ ਤੱਕ ਇਤਿਹਾਸ ਨੂੰ ਲਿਖੇ ਰਣਜੀਤ ਸਿੰਘ ਬਾਰੇ ਬੜੇ ਪੜਿਆ ਲੋਕਾਂ ਨੇ ਲਿਖਿਆ ਰਣਜੀਤ ਸਿੰਘ ਬਾਰੇ ਬੜੇ ਲੋਕਾਂ ਨੇ ਲਿਖਿਆ ਕੌਤਕੀ ਸਾਹਿਬ ਪੀਠੇ ਨੂੰ ਪੀਠਣ ਦਾ ਕੀ ਹੋਣਾ ਹੈ ਪੀਠੇ ਨੂੰ ਪੀਠਣ ਦਾ ਕੀ ਫਾਇਦਾ ਹੋਣਾ ਹੈ ਡਰਦਾ ਹੈ ਰਣਜੀਤ ਸਿੰਘ ਨੂੰ ਹੱਥ ਪਾਉਣ ਤੋਂ ਡਰਨ ਦੀ ਤਾਂ ਕੋਈ ਗੱਲ ਨਹੀਂ ਦਰਅਸਲ ਉਸ ਦਾ ਕਰੈਕਟਰ ਬੜਾ ਉਲਝਿਆ ਹੋਇਆ ਏ ਜਟਲੇ ਵਾਦ-ਵਿਵਾਦ ਵਾਲਾ ਏ ਅੰਗਰੇਜ਼ ਇਤਿਹਾਸਕਾਰਾਂ ਤੇ ਵਿਦੇਸ਼ੀ ਹਸਲਾਨੀਆਂ ਦਾ ਰਣਜੀਤ ਸਿੰਘ ਅਤੇ ਹੋਰ ਹੈ ਸਾਡੇ ਭਾਰਤੀ ਇਤਿਹਾਸਕਾਰਾਂ ਰঞ্জੀਤ ਸਿੰਘ ਬਾਰੇ ਵੱਖਰੀ ਦ੍ਰਿਸ਼ਟੀ ਤੇ ਸੋਚਦੇ ਆ ਨੇ ਇਸ ਦਾ ਮਤਲਬ ਦਾ ਡਰਨਾ ਹੀ ਹੋਇਆ ਪ੍ਰੋਫੈਸਰ ਕੋਸਕੀ ਨੇ ਹੱਸਿਆ ਮੈਂ ਡਰਦਾ ਨਹੀਂ ਪਰ ਮਿਹਨਤ ਬਹੁਤ ਕਰਨੀ ਪੈਂਦੀ ਹੈ ਇਤਿਹਾਸਕ ਨਾਵਲ ਲਈ ਘੱਟੋ-ਘੱਟ 100 ਪੁਸਤਕਾਂ ਖੰਗਾ ਲੜੀਆਂ ਪੈਂਦੀਆਂ ਨੇ ਇੱਕ ਗੱਲ ਹੋਰ ਰঞ্জੀਤ ਸਿੰਘ ਅਤੇ ਮਹਾਰਾਜਾ ਹੋਰ ਤਰ੍ਹਾਂ ਦਾ ਸੀ ਬੰਦਾ ਰঞ্জੀਤ ਸਿੰਘ ਹੋਰ ਤਰ੍ਹਾਂ ਦਾ ਸੀ ਇਹੀ ਤਾਂ ਮੈਂ ਚਾਹੁੰਨਾ ਹੈ ਰঞ্জੀਤ ਸਿੰਘ ਬਾਰੇ ਲਿਖਦੇ ਆ ਤੂੰ ਕਿੰਨਾ ਕੁ ਖਰ ਰੱਦਰਦੇ ਹੈ ਇਹ ਤਾਂ ਫਿਰ ਚੁਣੌਤੀ ਹੋਈ ਮੈਂ ਕਿਹਾ ਚੁਣੌਤੀ ਦੇਣਤਾ ਆ ਹਿੰਮਤ ਕਰ ਜਿੱਥੇ ਕਿਤੇ ਕੁੱਤਾ ਫਸ ਗਿਆ ਮੈਂ ਕੱਢੂ ਜਿਹੜੀ ਕਿਤਾਬ ਨਹੀਂ ਲੱਭਦੀ ਮੈਂ ਲੱਭ ਕੇ ਦਊ ਪ੍ਰੋਫੈਸਰ ਕੋਤਕੇ ਨੇ ਆਪਣੀ ਹਿੱਕ ਉੱਪਰ ਰੱਖਿਆ ਪ੍ਰੋਫੈਸਰ ਕੋਤਨੇ ਨੇ ਆਪਣੀ ਹਿੱਕ ਉੱਪਰ ਹੱਥ ਰੱਖਿਆ ਤੇ ਮੇਰਾ ਪ੍ਰਤੀਕਰਮ ਉੱਡੀਕਾ ਲੱਗਾ ਮੈਂ ਆਪਣੀ ਮਿੱਤਰ ਦੀ ਚੁਣੌਤੀ ਨੂੰ ਸਵੀਕਾਰ ਮੈਂ ਆਪਣੀ ਮਿੱਤਰ ਦੀ ਚੁਣੌਤੀ ਸਵੀਕਾਰ ਕਰਨ ਲਈ ਫਿਰ ਮੈਂ ਰਣਜੀਤ ਸਿੰਘ ਦੇ ਪੁਰਖਿਆਂ ਦੇ ਜੜਾਂ ਲੱਭਦਾ ਲੱਭਦਾ ਬਹੁਤ ਦੂਰ ਤੱਕ ਪਿੱਛੇ ਚਲਿਆ ਗਿਆ ਕੰਮ ਕਰਨ ਦਾ ਮੇਰਾ ਆਪਣਾ ਹੀ ਢੰਗ ਹੁੰਦਾ ਹੈ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਮੇਰੇ ਜ਼ਿਹਨ ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਘੁੰਮਣ ਲੱਗਾ ਮੈਂ ਤਾਂ ਸੁਪਨੇ ਵੀ ਰਣਜੀਤ ਸਿੰਘ ਦੇ ਮੈਨੂੰ ਤਾਂ ਸੁਪਨੇ ਵੀ ਰਣਜੀਤ ਸਿੰਘ ਦੇ ਆਉਣ ਲੱਗ ਪਏ ਫਿਰ ਮੈਂ ਇਤਿਹਾਸ ਫਰੋਲਣ ਲੱਗਾ ਮੈਂ ਜਾਣਦਾ ਹਾਂ ਇਤਿਹਾਸ ਕੋਈ ਮਰਦਾ ਜਾਂ ਨਰਜੀਵ ਵਸਤੂ ਨਹੀਂ ਹੁੰਦੀ ਇਤਿਹਾਸ ਵਿੱਚ ਸ਼ਕਤੀ ਹੁੰਦੀ ਹੈ ਇਤਿਹਾਸ ਮੁਰਦਾ ਰੂਹਾਂ ਵਿੱਚ ਜਾਨ ਪਾ ਦਿੰਦਾ ਹੈ ਇਤਿਹਾਸ ਕੋਮਾ ਦੀ ਜ਼ਿੰਦਗੀ ਹੁੰਦਾ ਹੈ ਅਤੇ ਮੇਰਾ ਅਚੇਤ ਮਰਨਜੀਤ ਸਿੰਘ ਨੂੰ ਹਾਕਾ ਮਾਰਨ ਲੱਗਾ ਆ ਸ਼ੇਰੇ ਪੰਜਾਬ ਮੈਨੂੰ ਮਿਲ ਦੂਜਾ ਚੈਪਟਰ ਭਾਵਨਾ ਜਦੋਂ ਤੋਂ ਮਨੁੱਖ ਅੰਦਰ ਤੇਰਾ ਮੇਰਾ ਦੀ ਭਾਵਨਾ ਉਤਪੰਨ ਹੋਈ ਹੈ ਉਦੋਂ ਤੋਂ ਹੀ ਆਪਣੇ ਤੋਂ ਕਮਜ਼ੋਰ ਨੂੰ ਦਬਾਉਣ ਦੀ ਜੰਗਲੀ ਪ੍ਰਵਿਰਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਆਦ ਮਾਨਵ ਤੋਂ ਮਾਨਵ ਵਿੱਚ ਮਨੁੱਖ ਖਵੀਤ ਕਾਸਤਾ ਕਰਦਾ ਗਿਆ ਪਰ ਉਹ ਬੰਦਾ ਨਹੀਂ ਬਣਿਆ ਬੰਦਾ ਬਣਦਾ ਹੈ ਬੰਦਗੀ ਨਾਲ ਦੂਸਰੇ ਲਈ ਜੀਣ ਦੀ ਭਾਵਨਾ ਰੜਾ ਤੇ ਆਪਾ ਕੁਰਬਾਨ ਕਰ ਸਕੰਦੀ ਦਲੇਰੀ ਨਾਲ ਚਾਹੇ ਤਾਕਤਵਰ ਜਾਨਵਰ ਦੇ ਚੁੰਡ ਹੋਣ ਤੇ ਚਾਹੇ ਕਬੀਲੇ ਹੋਣ ਆਪਣੇ ਤੋਂ ਕਮਜ਼ੋਰ ਕਬੀਲੇ ਦੇ ਵਸੀਲਿਆਂ ਉੱਪਰ ਕਬਜ਼ਾ ਕਰਨਾ ਉਹਨਾਂ ਦੀ ਔਰਤਾਂ ਨੂੰ ਗਵਾਹ ਕਰਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਉਹਨਾਂ ਦੇ ਇਲਾਕਿਆਂ ਉੱਪਰ ਕਬਜ਼ਾ ਕਰਨਾ ਆਦੀ ਤੋਂ ਹੀ ਮਨੁੱਖ ਦੀ ਲਾਲਸਾ ਰਹੀ ਹੈ ਇਹ ਲਾਲਸਾ ਵਸਨਾ ਤਾਂ ਉਹਨਾਂ ਨੂੰ ਆਪਣੇ ਉਹਨਾਂ ਨੂੰ ਕੋਈ ਬਾਪ ਹੁੰਦਾ ਹੈ ਨਾ ਭਰਾ ਹੁੰਦਾ ਹੈ ਨਾ ਪੁੱਤਰ ਨਾ ਰਿਸ਼ੇਦਾਰ ਦਿਸਦੀ ਹੈ ਤਾਂ ਸਿਰਫ ਕਬੀਲੇ ਦੀ ਸਰਦਾਰੀ ਜਾਂ ਸਮਾਪਾ ਕੇ ਖੇਤਰ ਜਾਂ ਮੁਲਕ ਦੀ ਹਕੂਮਤ ਇਸ ਨਵਰਾਹੀ ਮੈਂ ਖਾਲਸਾ ਰਾਜ ਦਾ ਅਸਲੀ ਚਿਹਰਾ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ ਜਦ ਮੈਂ ਉਸ ਸਮੇਂ ਵਿੱਚ ਉਤਰਿਆ ਤਾਂ ਉਸ ਵੇਲੇ ਦੇ ਲੋਕਾਂ ਅਤੇ ਹਿੰਦੁਸਤਾਨ ਨੂੰ ਵੇਖਿਆ ਉਸ ਵੇਲੇ ਦੇ ਲੋਕ ਆਮ ਲੋਕ ਸਰਦਾਰ ਜ਼ਗੀਰਦਾਰ ਹਾਕਮ ਰਾਜੇ ਮਹਾਰਾਜੇ ਸਦੀਆਂ ਤੋਂ ਵਕਤ ਦੀ ਧੂੜ ਅਤੇ ਮਿੱਟੀ ਹੇਠਾਂ ਦੱਬੇ ਪਏ ਸਨ ਮੈਨੂੰ ਉਹਨਾਂ ਲੋਕਾਂ ਵਿੱਚ ਦੁੱਖ ਸੁੱਖ ਪ੍ਰੇਮ ਕਿਰਣਾ ਈਰਖਾ ਸਾੜਾ ਹੰਕਾਰ ਕਮੰਡ ਬੇਵਸੀ ਲਾਚਾਰੀ ਸਭ ਕੁਝ ਨਜ਼ਰ ਆਉਣ ਲੱਗਾ ਮਹਾਰਾਜਾ ਰਣਜੀਤ ਸਿੰਘ ਨੂੰ ਮੈਂ ਆਪਣੀ ਸਮਰੱਥਾ ਅੰસાર ਸਮਝਿਆ ਹੈ ਹੋਰਾਂ ਵਿਦਵਾਨਾਂ ਦਾ ਇਤਿਹਾਸਕਾਰਾਂ ਦਾ ਪਾਠਕਾ ਦਾ ਮਹਾਰਾਜਾ ਰਾਜਾ ਰਣਜੀਤ ਸਿੰਘ ਹੋ ਸਕਦਾ ਹੈ ਹੋ ਤਰ੍ਹਾਂ ਦਾ ਹੋਵੇ ਆਓ ਤੁਹਾਨੂੰ ਪੰਜਾਬ ਦੀ ਹੋਣੀ ਅਤੇ ਅਹਿਸਾਸ ਦੀਆਂ ਜੜਾਂ ਵੱਲ ਆ ਚੱਲਾਂ। ਪੂਰਵ ਕਥਾ ਮਤਲਬ ਕਿ ਜੜਾਂ ਹਿੰਦੁਸਤਾਨ ਦੇ ਖਾਸ ਕਰਕੇ ਪੰਜਾਬ ਦੀ ਧਰਤੀ ਹੋਣੀਆਂ ਭਰਪੂਰ ਰਹੀ ਹੈ। ਪੰਜਾਬ ਦੀ ਸਰ ਜਮੀਂ, ਨਦੀਆਂ, ਪਹਾੜਾਂ ਅਤੇ ਚਾਰਗਾਹ ਨੇ ਤਾੜਵੀਆਂ ਨੂੰ ਇੱਧਰ ਆਉਣ ਦੇ ਲਈ ਪ੍ਰੇਰਿਆ। ਕਦੇ ਇੱਥੋਂ ਸੱਤ ਦਰਿਆ ਵਗਦੇ ਸੀ। ਸਿੰਧ, ਜੇਲਮ, ਚਨਾਬ, ਰਾਹੀ, ਬਿਆਸ, ਰਾਵੀ ਯਾ ਸਤਲੁਜ ਅਤੇ ਸਰਸਵਤੀ ਪੰਜਾਬ ਦਾ ਨਾਮ ਵੀ ਸप्त ਸਿੰਧੂ ਸੀ ਸਮੇਂ ਦੇ ਨਾਲ ਸਿੰਧ ਦਰਿਆ ਹੌਲੀ-ਹੌਲੀ ਛਿਸਕਦਾ ਇਸ ਖੇਤੇ ਵਿੱਚੋਂ ਪਰੇ ਹੁੰਦਾ ਗਿਆ ਅਤੇ ਸਰਸਤੀ ਨਦੀ ਵੀ ਸੁੱਕਦੀ ਸੁੱਕਦੀ ਸੁੱਕ ਗਈ ਸਿਰ ਪੰਜ ਦਰਿਆ ਰਹੇ ਜਾਣ ਕਾਰਨ ਇਹਨਾਂ ਕਾਰਨ ਪਹਿਲਾਂ ਇਸ ਨੂੰ ਪੰਜ ਨਦ ਕਹਿੰਦੇ ਰਹੇ ਅਰਬਾਂ ਦੇ ਹਾਵੀ ਹੋਣ ਨਾਲ ਇਸ ਨੂੰ ਪੰਜ ਆਪ ਕਿਹਾ ਜਾਣ ਲੱਗਾ ਅਤੇ ਫਿਰ ਇਸ ਦਾ ਨਾਮ ਪੰਜਾਬ ਪੰਜਾਬੀ ਲੋਕਾਂ ਦੀ ਜ਼ੁਬਾਨ ਤੇ ਚੜ ਗਿਆ ਕਹਿੰਦੇ ਨੇ ਆਦ ਕਾਲ ਤੋਂ ਹੀ ਲੋਕ ਇੱਥੇ ਵਸਦੇ ਸਨ ਪੰਜਾਬ ਦੇ ਦਰਿਆਵਾਂ ਕਿਨਾਰੇ ਸੱਭਿਆਤਾ ਪਰਵਾਹ ਚੜ੍ਹਦੀਆਂ ਵੀ ਰਹੀਆਂ ਤੇ ਬਰਾਬਰ ਹੁੰਦੀਆਂ ਵੀ ਰਹੀਆਂ ਪਿਛਲੇ ਕਦਮ ਉੱਪਰ ਦਬਾਅ ਪਾ ਕੇ ਹੀ ਅਸੀਂ ਅਗਾਹ ਕਦਮ ਪੁੱਟ ਸਕਦੇ ਹਾਂ ਜਿਸ ਤਰ੍ਹਾਂ ਆਪਣੀਆਂ ਜੜ੍ਹਾਂ ਜਾਂ ਆਪਣੇ ਇਤਿਹਾਸ ਨੂੰ ਜਾਣ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ ਇਤਿਹਾਸ ਦੱਸਦਾ ਹੈ ਮੱਧ ਏਸ਼ੀਆ ਵੱਲੋਂ ਕਿਸੇ ਹੋਰ ਤਾਕਤਵਰ ਕਬੀਲੇ ਦੇ ਭਜਾਏ ਲੋਕ ਭੁੱਖੇ ਮਰਦੇ ਆਪਣੀ ਰੋਟੀ ਦੀ ਭਾਲ ਵਿੱਚ ਇੱਧਰ ਆਏ ਅਤੇ ਉਹ ਆਰੀਆ ਲੋਕ ਸਨ ਉਹਨਾਂ ਦਾ ਪਹਿਲਾ ਟਿਕਾਣਾ ਪੰਜਾਬ ਜਾਂ ਸਪਤ ਸਿੰਧੂ ਹੀ ਸੀ ਆਰੀਆ ਲੋਕ ਭਾਵੇਂ ਆਪਣੀਆਂ ਜਾਨਾਂ ਬਚਾ ਕੇ ਸੁਰੱਖਿਤ ਇਲਾਕੇ ਵਿੱਚ ਆਏ ਸਨ ਪਰ ਬੜੇ ਸ਼ਾਤਰ ਸਨ ਉਹਨਾਂ ਨੇ ਇਥੋਂ ਦੇ ਸਿੱਧੇ ਸਾਦੇ ਸਾਊ ਲੋਕਾਂ ਨੂੰ ਪਜਾ ਦਿੱਤਾ ਰਿਗਵੇਦ ਵਿੱਚ ਇਸ ਦੇ ਪਰਮਾਨ ਮਿਲਦੇ ਹਨ ਕਿ ਆਰੀਆ ਲੋਕਾਂ ਨੇ ਕਾਲੀ ਚਮੜੀ ਵਾਲਿਆਂ ਨੂੰ ਤਾਰ-ਤਾਰ ਕਰ ਦਿੱਤਾ ਆਰੀਆ ਲੋਕਾਂ ਦੇ ਦੋ ਵੱਡੇ ਵੰਸ਼ ਸਨ ਸੂਰਜ ਵੰਸ਼ੀ ਅਤੇ ਚੰਦਰ ਵੰਸ਼ੀ ਸੂਰਜ ਵੰਸ਼ੀਆਂ ਵਿੱਚੋਂ ਰਾਜਾ ਦਸ਼ਰਥ ਅਤੇ ਅੱਗੇ ਉਸ ਦੇ ਪੁੱਤਰ ਰਾਮਚੰਦਰ ਵਗੈਰਾ ਸਨ। ਚੰਦਰ ਵੰਸ਼ੀਆਂ ਵਿੱਚੋਂ ਕ੍ਰਿਸ਼ਨ ਕ੍ਰਿਸ਼ਨ ਦਾ ਜਨਮ ਅੱਜ ਤੋਂ ਲਗਭਗ 5570 ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ। ਉਸ ਨੇ ਰਾਜਾ ਭੀਮਸਖ ਦੀ ਪੁੱਤਰੀ ਰੁਕਮਣੀ ਨਾਲ ਸੋਮਰ ਦੀ ਰਸਮ ਨਾਲ ਵਿਆਹ ਕੀਤਾ ਅਤੇ ਰਾਧਾ ਨਾਲ ਇਸ਼ਕ ਫਰਮਾਇਆ। ਇੱਕ ਮਿਥ ਅਨੁਸਾਰ ਵਿਆਸਮੇ ਇੰਦਰ ਦੇਵਤਾ ਨੇ ਸਵਾਗਤ ਵਿੱਚ ਕ੍ਰਿਸ਼ਨ ਨੂੰ ਹੋਰ ਉਪਾਰਾ ਦੇ ਨਾਲ ਮੇਗਾ ਡਬਰ ਦਾ ਛਤਰ ਭੇਜਿਆ ਡਬਰ ਦਾ ਛਤਰ ਭੇਜਿਆ ਇਹ ਵੀ ਕਿਹਾ ਜਦ ਤੱਕ ਮੇਗਾ ਡਬਰ ਦਾ ਛਤਰ ਯਾਦਵਾਂ ਪਾਸ ਰਹੇਗਾ ਉਹ ਰਾਜ ਕਰਦੇ ਰਹਿਣਗੇ ਪੁਰਾਣੇ ਗ੍ਰੰਥਾਂ ਅਨੁਸਾਰ ਮਹਾਭਾਰਤ ਯੁੱਧ ਵੇਲੇ ਯਾਦਵਾਂ ਦੀ ਗਿਣਤੀ 56 ਕਰੋੜ ਸੀ ਯੁੱਧ ਸਮੇਂ ਯਾਦਵ ਵੰਸ਼ੀਆਂ ਵਿੱਚ ਫੁੱਟ ਪੈ ਗਈ ਰਾਜਾ ਜਰਾ ਸਿੰਧ ਦੀ ਔਲਾਦ ਵਿੱਚੋਂ ਰਾਜਾ ਨੰਦੀ ਨੇ ਮਥਰਾ ਤੇ ਹਮਲਾ ਕਰ ਦਿੱਤਾ ਕ੍ਰਿਸ਼ਨ ਦੀ ਔਲਾਦ ਨੂੰ ਹਾਰ ਹੋਈ ਅਤੇ ਉਸ ਨੂੰ ਮਥਰਾ ਦੇ ਦਵਾਰਕਾ ਵਿੱਚੋਂ ਕੱਢ ਦਿੱਤਾ ਉਹਨਾਂ ਵਿੱਚੋਂ ਇੱਕ ਹਿੱਸਾ ਦੱਖਣ ਵੱਲ ਚਲਿਆ ਗਿਆ ਉਹਨਾਂ ਨੇ ਮਸੂਰ ਅਤੇ ਦੀਵਗਿਰੀ ਰਿਆਤਾ ਕਾਇਮ ਕੀਤੀਆਂ ਰਿਆਸਤਾਂ ਕਾਇਮ ਕੀਤੀਆਂ ਦੂਜੇ ਹਿੱਸੇ ਵਾਲੇ ਅਫਗਾਨਿਸਤਾਨ ਵਾਲ ਚਲੇ ਗਏ ਉਹਨਾਂ ਨੂੰ ਇਹਨਾਂ ਵਿੱਚੋਂ ਗੰਧਾਰ ਦੇਵ ਨੇ ਅਫਗਾਨੀਆਂ ਨੂੰ ਹਰਾ ਕੇ ਪਜਾ ਦਿੱਤਾ ਤੇ ਗੰਧਾਰ ਨਗਰ ਰਸਾ ਗਿਆ ਫਿਰ ਪਿਸ਼ਾਵਰ ਤੇ ਵੀ ਕਬਜ਼ਾ ਕਰ ਲਿਆ ਗੰਦਾਵ ਗੰਧਾਰ ਦੇਵ ਦੇ ਪੁੱਤਰ ਗੱਜ ਦੇਵ ਨੇ ਗਜਨੀ ਸ਼ਹਿਰ ਵਸਾਇਆ ਗੱਜ ਦੇਵ ਨੇ ਫਿਰ ਕਸ਼ਮੀਰ ਉੱਪਰ ਚੜ੍ਹਾਈ ਕੀਤੀ ਉੱਥੋਂ ਦੇ ਰਾਜੇ ਗੋਕਲ ਨੇ ਆਪਣੀ ਲੜਕੀ ਦਾ ਵਿਆਹ ਗੱਜ ਦੇਵ ਨਾਲ ਕਰਕੇ ਸਲਾਹ ਕਰ ਲਈ ਇਸ ਲੜਕੀ ਦੇ ਪੇਟੋਂ ਸਲਵਾਨ ਪੈਦਾ ਹੋਇਆ ਕੁਝ ਸਾਲਾਂ ਮਗਰੋਂ ਖੁਰਾਸਾਨ ਦੇ ਬਾਦਸ਼ਾਹ ਨੇ ਗਜਨੀ ਉੱਪਰ ਹਮਲਾ ਕਰ ਦਿੱਤਾ ਗਜਦੇਵ ਅਤੇ ਉਸ ਦਾ ਭਰਾ ਮਾਰੇ ਗਏ ਸਲਮਾਨ ਗਜਨੀ ਤੋਂ ਨਿਕਲ ਕੇ ਪਿਸ਼ਾਵਰਾ ਆ ਗਿਆ ਇੱਥੇ ਉਸ ਨੇ ਸਲਵਾਨਪੁਰ ਨਗਰ ਵਸਾਇਆ ਇਹ ਆਸ਼ਿਕ ਮિજાਜ ਅਤੇ ਅਯਾਦ ਸੀ ਇਸ ਦੀਆਂ ਬਹੁਤ ਰਾਣੀਆਂ ਅਤੇ ਰਖੇਲਾ ਸਨ ਉਸ ਨੇ ਬੁਢਾਪੇ ਵਿੱਚ ਇੱਕ ਛੋਟੀ ਉਮਰ ਦੀ ਲੜਕੀ ਲੂਣਾ ਨਾਲ ਵਿਆਹ ਕੀਤਾ ਕੁਝ ਸਮੇਂ ਬਾਅਦ ਸਲਵਾਨ ਨੇ ਫਿਰ ਗਿਜਨੀ ਜਿੱਤ ਲਿਆ ਅਤੇ ਆਪਣੇ ਨਾਮ ਦਾ ਸਿੱਕਾ ਚਲਾਇਆ ਸਲਵਾਨ ਦੇ 16 ਪੁੱਤਰ ਸਨ ਉਹਨਾਂ ਵਿੱਚੋਂ ਇੱਕ ਪੁੱਤਰ ਪੂਰਨ ਸੀ ਜਿਸ ਉੱਪਰ ਲੂਣਾ ਦੇ ਨਾਂ ਲੂਣਾ ਨੇ ਮਾਦਰਿਸ਼ਟਿੰਦੂਸ਼ਿਤ ਕਰਨ ਦਾ ਦੋਸ਼ ਮੜਿਆ ਸਲਵਾਨ ਨੇ ਪੂਰਨ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਜਿਲਾਦਾਂ ਨੂੰ ਬੇਸ਼ੁਕਰ ਬੇਕਸੂਰ ਪੂਰਨ ਉੱਪਰ ਤਰਸ ਆ ਗਿਆ ਉਹ ਜੋਗੀਆਂ ਦੇ ਟਿੱਲੇ ਤੇ ਚਲਾ ਗਿਆ ਅਤੇ ਗੋਰਖਨਾਥ ਜੋਖੀ ਜੋਗੀ ਦਾ ਚੇਲਾ ਬਣ ਗਿਆ ਸਲਵਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਾਲੂ ਗੱਦੀ ਉੱਪਰ ਬੈਠਾ। ਇਸ ਨੇ ਵੀ ਆਪਣੇ ਬਾਪ ਵਾਂਗ ਬਹੁਤ ਵਿਆਹ ਕੀਤੇ। ਰਾਜਾ ਸਿਰਕਮ ਦੀ ਲੜਕੀ ਕੌਂਕਲਾ ਨੂੰ ਚੌਪੜ ਦੇ ਪਾਸੇ ਵਿੱਚ ਹਰਾ ਕੇ ਉਸ ਨੂੰ ਜਿੱਤਿਆ। ਖੇਡਾਂ ਨਾਲ ਜਿੱਤਦੇ ਸੀ ਰਾਜੇਦੋਂ ਕੁੜੀਆਂ ਨੂੰ। ਸਾਲੂ ਦੇ ਕੋਈ ਔਲਾਦ ਨਾ ਹੋਈ। ਉਸ ਦੀ ਮੌਤ ਤੋਂ ਬਾਅਦ ਸਲਵਾਨ ਦਾ ਤੀਸਰਾ ਪੁੱਤਰ ਬੁਲੰਦਰ ਉਹ ਗੱਦੀ ਉੱਪਰ ਬੈਠਿਆ। ਬਹੁਤ ਸਮੇਂ ਤੱਕ ਗਜਨੀ, ਅਫਗਾਨਿਸਤਾਨ ਅਤੇ ਬੁਖਾਰਾ ਉੱਪਰ ਯਾਦਵਾਂ ਦਾ ਰਾਜ ਰਿਹਾ। ਉਸ ਸਮੇਂ ਬੁੱਧਤਰੰ ਦਾ ਬਹੁਤ ਜ਼ੋਰ ਸੀ ਚਕਤੂ ਦੀ ਔਲਾਦ ਚੁਗਤਾਈ ਕਹਿਲਾਈ ਇਹ ਯਾਦ ਮੰਛੀਆਂ ਵਿੱਚੋਂ ਹੀ ਸਨ ਚੰਗੀਰ ਖਾਨ ਅਤੇ ਤਮੂਰ ਵੀ ਚੁਗਦਾਈ ਸਨ ਦੋਸਤੋ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਤਾਲੀਬਾਨਾਂ ਦਾ ਅਫਗਾਨਿਸਤਾਨ ਤੇ ਕਬਲਾ ਕਬਜ਼ਾ ਹੋ ਗਿਆ ਤਾਂ ਆਪਾਂ ਖਬਰਾਂ ਵਿੱਚ ਬੜਾ ਪੜਿਆ ਸੀ ਕਿ ਉਸ ਵੇਲੇ ਉੱਥੇ ਬੁੱਧ ਦੀਆਂ ਮੂਰਤੀਆਂ ਢਾਈਆਂ ਗਈਆਂ ਸੋ ਜਿਹੜੀ ਆਪਾਂ ਹੁਣ ਕਿਤਾਬ ਪੜਦੇ ਪਾਏਆਂ ਦੇ ਵਿੱਚ ਇਹ ਸਾਨੂੰ ਤੱਤ ਸਾਰੇ ਦਿਖਦੇ ਪਿਆ ਕਿ ਉਸ ਵੇਲੇ ਭਾਰਤੀ ਜਿਹੜੇ ਹਿੰਦੂ ਸੀ ਜਾਂ ਬੁੱਧ ਧਰਮੀ ਸੀ ਉਹਨਾਂ ਦਾ ਸੱਚੀ ਮੁੱਚੀ ਅਫਗਾਨਿਸਤਾਨ ਦੇ ਕਬਜ਼ਾ ਸੀ ਅੱਗੇ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਇਤਿਹਾਸ ਗਵਾਹ ਹੈ ਮਹਾ ਭਾਰਤ ਯੁੱਧ ਪੰਜਾਬ ਦੀ ਧੁੱਪ ਧਰਤੀ ਉੱਪਰ ਹੀ ਲੜਿਆ ਗਿਆ ਇਸ ਯੁੱਧ ਪਿੱਛੋਂ ਇਨੀ ਦਬਾਈ ਹੋਈ ਪੰਜਾਬ ਵਿੱਚ ਬੇਵਸਾਈ ਵਾਲਾ ਮਾਹੌਲ ਬਣ ਗਿਆ ਰਾਜੀਆਂ ਦੀ ਥਾਂ ਜਨਪਦ ਬਣ ਗਏ ਪੰਜਾਬ ਦੇ ਇੱਕ ਜਨਪਦ ਦਾ ਨਾਮ ਕਰੂ ਜਨਪਦ ਸੀ ਇਸ ਦਾ ਖੇਤਰ ਕੁਰਕ ਖੇਤਰ ਜਾਂ ਸਰਸਵਤੀ ਦਾ ਇਲਾਕਾ ਸੀ ਦੂਸਰਾ ਜਨਪਦ ਮਦਰ ਜਨਪਦ ਸੀ ਇਹ ਲੋਕ ਰਾਵੀ ਚਨਾਬ ਅਤੇ ਸਤਲੁਜ ਦੇ ਕਿਨਾਰੇ ਸਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵਿਚੇਤਰ ਨਾਟਕ ਵਿੱਚ ਆਨੰਦਪੁਰ ਨੂੰ ਮਦਰ ਦੇਸ਼ ਦੇ ਖੇਤਰ ਵਿੱਚ ਲਿਖਿਆ ਹੈ ਬਚੇਤਰ ਨਾਟਕ ਬਾਰੇ ਸਾਡਾ ਇਹ ਮੰਨਣਾ ਹੈ ਕਿ ਅਸੀਂ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਲਿਖਤ ਨਹੀਂ ਮੰਨਦੇ ਬਾਕੀ ਇਹਦੇ ਵਿੱਚ ਬਹੁਤ ਸਾਰੀਆਂ ਅਸਹਿਮਤੀਆਂ ਨੇ ਉਹਦੇ ਬਾਰੇ ਆਉਣ ਵਾਲੇ ਸਮੇਂ 'ਚ ਫੈਸਲਾ ਹੋਏਗਾ ਆਪਾਂ ਅੱਗੇ ਕਿਤਾਬ ਸ਼ੁਰੂ ਕਰਦੇ ਹਾਂ ਮਧਰ ਦੇਸ ਹਮਲ हमको ਲੈ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਿਖਿਆ ਜਾਂ ਨਹੀਂ ਲਿਖਿਆ ਇਹਦੇ ਬਾਰੇ ਹਜੇ ਸਾਨੂੰ ਨਹੀਂ ਪਤਾ ਕੁਝ ਵੀ ਪੰਜਾਬ ਵਿੱਚ ਬੁੱਧ ਦਾ ਜਨਮ ਈਸਾ ਤੋਂ 622 ਬਾਰੇ ਪਹਿਲਾਂ ਹੀ ਪਹਿਲਾਂ ਦਾ ਕਿਹਾ ਜਾਂਦਾ ਹੈ ਸਿਕੰਦਰ ਦੇ ਹਮਲੇ ਤੋਂ ਪਹਿਲਾਂ ਪੰਜਾਬ ਉੱਪਰ ਛੋਟੇ ਵੱਡੇ ਅਨੇਕਾਂ ਹਮਲੇ ਹੁੰਦੇ ਰਹੇ ইরਾਨੀ ਆਏ ਤਤਾਰੀ ਆਏ ਮਿਸਰ ਦੇ ਸ਼ਾਹ ਨੇ ਵੀ ਹਮਲਾ ਕੀਤਾ ਪਰ ਸਭ ਤੋਂ પ્રસਿਦ ਅਤੇ ਚਰਚਿਤ ਹਮਲਾ ਮਖਤੂਬ ਮਕਤੂਨ ਮਕਦੋਨੀਆ ਜੋ ਕਿ ਅੱਜ ਇੰਗਲਿਸ਼ ਵਿੱਚ ਮਰਚੇਦੋਨੀਆ ਕਹਿੰਦੇ ਆ ਦੇ ਬਾਦਸ਼ਾਹ ਸਿਕੰਦਰ ਸਾ ਸਿਕੰਦਰ ਦਾ ਸੀ ਮਕਦੋਨੀਆ ਗ੍ਰੀਸ ਦੇ ਬਿਲਕੁਲ ਲਾਗੇ ਵਾਲਾ ਦੇਸ਼ ਹੈ ਜਿਸ ਦੇ ਹਮਲੇ ਪਿੱਛੋਂ ਕਿ ਕਈ ਦੇਸ਼ ਦੇ ਰਾਜਾ ਪੋਰਸ ਅਤੇ ਸਿਕੰਦਰ ਬਣੇ ਅਨੇਕ ਕਹਾਣੀਆਂ ਅਤੇ ਅਤ ਕਥਨੀਆਂ ਸੁਣਨ ਨੂੰ ਮਿਲਦੀਆਂ ਹਨ ਸਿਕੰਦਰ ਦਾ ਹਿੰਦੁਸਤਾਨ ਵਿੱਚ ਆਪਣਾ ਰਾਜ ਸਥਾਪਿਤ ਕਰਨ ਦਾ ਸੁਪਨਾ ਪੰਜਾਬੀਆਂ ਨੂੰ ਲੀਰੋ ਲੀਰ ਕਰ ਦਿੱਤਾ। ਪੰਜਾਬੀਆਂ ਨੇ ਲੀਰੋ ਲੀਰ ਕਰ ਦਿੱਤਾ। ਨਿਰਾਸ਼ ਹੋ ਕੇ ਉਹ ਪੰਜਾਬ ਵਿੱਚੋਂ ਹੀ ਵਾਪਸ ਮੁੜ ਗਿਆ। ਫਿਰ ਚੰਦਰਗੁਪਤ ਮੌਰੀਆ ਉਸ ਦਾ ਪੁੱਤਰ ਬਿੰਦੂਸਾਰ ਅਤੇ ਅੱਗੋਂ ਬਿੰਦੂਸਾਰ ਦੇ ਪੁੱਤਰ ਅਸ਼ੋਕ ਨੇ ਹਿੰਦ ਅਤੇ ਪੰਜਾਬ ਦੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਸ਼ੱਕ ਅਤੇ ਕੁਸ਼ਣ ਜਾਤੀ ਨੂੰ ਵੀ ਪੰਜਾਬ ਦੀ ਸਰਜ਼ਮੀਨ ਨੇ ਆਪਣੇ ਵੱਲ ਖਿੱਚਿਆ। कुشنا ਵਿੱਚੋਂ ਕਨਿਸ਼ਕ ਨੇ 30 ਸਾਲ ਇੱਥੇ ਰਾਜ ਕੀਤਾ ਅਤੇ ਪੇਸ਼ਾਵਰ ਨੂੰ ਆਪਣੀ ਰਾਜਧਾਨੀ ਬਣਾਇਆ ਇਸ ਵੇਲੇ ਪੰਜਾਬ ਵਿੱਚ ਬਹੁਤ ਬਗੀਕਪੀਲੇ ਹੋ ਗਏ ਅਤੇ ਉਹਨਾਂ ਨੇ ਆਪਣੇ ਜਨਪਦ ਮਤਲਬ ਲੋਕ ਰਾਜ ਸਥਾਪਿਤ ਕਰ ਲਏ ਪਰ ਚੰਦਰਗੁਪਤ ਵਿਕਮਿਆ ਦਿੱਤਾ ਦਿੱਤਿਆ ਨੇ ਸਮੁੱਚੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ ਇਹਨਾਂ ਤੋਂ ਬਾਅਦ ਮੁਸਲਮਾਨਾਂ ਨੇ ਪੰਜਾਬ ਅਤੇ ਹਿੰਦੁਸਤਾਨ ਦੀ ਤਕਦੀਰ ਲਿਖੀ ਇਤਿਹਾਸਕਾਰਾਂ ਅਨੁਸਾਰ ਬਾਬਰ ਦੀ ਜਿੱਤ ਉੱਪਰ ਪੰਜਾਬ ਬਾਬਰ ਦੀ ਜਿੱਤ ਤੱਕ ਪੰਜਾਬ ਉੱਪਰ 62-62 ਵਾਰ ਹਮਲੇ ਹੋਏ। ਕਦੇ ਸਬਕਤ ਗੀਤ ਅਤੇ ਉਸ ਦਾ ਪੁੱਤਰ ਮਹਿਮੂਦ ਗਜਨਵੀ, ਕਦੇ ਮੁਹੰਮਦ ਗੋਰੀ, ਕਦੇ ਮੰਗੋਲ। ਖੁਦ ਬਾਬਰ ਨੇ ਵੀ ਹਿੰਦੂ ਉੱਪਰ ਕਾਬਜ ਹੋਣ ਲਈ ਪਹਿਲਾ ਪੰਜ ਹਮਲੇ ਕੀਤੇ ਸਨ। ਪੰਜਾਬ ਦਾ ਅਤੇ ਪੰਜਾਬ ਵਾਸੀਆਂ ਦਾ ਹਾਲ ਇਸ ਤਰ੍ਹਾਂ ਦਾ ਸੀ ਜਿਵੇਂ ਹਰ ਰੋਜ਼ ਚੱਖੜ ਝੁਲਦੇ ਝੁੱਗੀ ਚੌਪੜੀ ਵਿੱਚ ਰਹਿਣ ਵਾਲਿਆਂ ਦਾ ਹੁੰਦਾ ਹੈ। ਕਦੇ ਤਾੜੀ ਉਜਾੜ ਜਾਂਦੇ ਕਦੇ ਆਪਣੇ ਤੋਂ ਜਰਵਾਣੇ ਲੁੱਟ ਖੋ ਕਰਦੇ ਸਨ ਇਹ ਅਖਾਣ ਤਾਂ ਹੀ ਬਣਿਆ ਹੈ ਪੰਜਾਬ ਜਾਇ ਨਿਤ ਮਹੀਮਾ 13ਵੀਂ ਸਦੀ ਦੇ ਅੰਤ ਵਿੱਚ ਮੰਗੋਲਾਂ ਅਤੇ ਸਿਪਾਹਸਾਲਾਰ ਚੰਗੇਜ਼ ਖਾਨ ਨੇ ਪੰਜਾਬ ਅਤੇ ਹਿੰਦ ਦੀ ਅਮੀਰੀ ਅਤੇ ਸਭਿਆਚਾਰ ਨੂੰ ਤਹਿਸਨਾਸ਼ ਕਰ ਦਿੱਤਾ ਲਗਭਗ 250 ਸਾਲ ਤੱਕ ਪੰਜਾਬ ਮੰਗੋਲ ਤਾੜੀਆਂ ਹੇਠ ਵੀਰਾਨ ਹੁੰਦਾ ਤੇ ਉਜੜਦਾ ਰਿਹਾ ਤੁਗਲਕ ਤੈਮੂਰ ਲੋਦੀ ਤੱਕ ਇਸ ਧਰਤੀ ਉੱਪਰ ਰਾਜ ਕਰਨ ਦਾ ਸੁਪਨਾ ਲੈ ਕੇ ਆਉਂਦੇ ਰਹੇ ਗੁਰੂ ਨਾਨਕ ਦੇਵ ਦਾ ਜਨਮ 1469 ਈਸਵੀ ਵਿੱਚ ਹੋਇਆ ਉਸ ਸਮੇਂ ਪੰਜਾਬ ਅੰਦਰ ਹਾਕਮ ਕੋਰ ਅਤਿਆਚਾਰ ਕਰ ਰਹੇ ਸਨ ਕਮਜ਼ੋਰ ਅਤੇ ਗਰੀਬ ਹਰ ਪਾਸੋਂ ਨਪੀੜਿਆ ਜਾ ਰਿਹਾ ਸੀ ਧੋਖਾ ਠੱਗੀ ਚਿਲਾਕੀ ਜ਼ੁਲਮ ਦਾ ਬੋਲ ਬਾਲਾ ਸੀ ਮੁਸਲਮਾਨਾਂ ਦੇ ਜ਼ੁਲਮ ਤੋਂ ਡਰਦੇ ਹਿੰਦੂ ਆਪਣਾ ਧਰਮ ਬਦਲਣ ਲੱਗ ਪਏ ਸਨ ਹਿੰਦੂਆਂ ਦੀਆਂ ਨੌਜਵਾਨ ਲੜਕੀਆਂ ਧਾੜਵੀ ਜਬੜਨ ਚੁੱਕ ਕੇ ਲੈ ਜਾਂਦੇ ਸਨ ਇਸ ਤੋਂ ਲੜਕੀ ਨੂੰ ਜੰਮਦਿਆਂ ਹੀ ਮਾਰਨ ਦਾ ਰਿਵਾਜ ਪੈ ਗਿਆ ਸੁੰਦਰ ਲੜਕੀਆਂ ਨੂੰ ਪਾਟੇ ਪੁਰਾਣੇ ਅਤੇ ਮੈਲੇ ਕੱਪੜੇ ਆ ਕੱਪੜੇ ਪਹਿਨਾ ਕੇ ਉਸ ਦੀ ਸੁੰਦਰਤਾ ਨੂੰ ਕ੍ਰੂਪ ਬਣਾਇਆ ਜਾਂਦਾ ਉਸ ਸਮੇਂ ਇੱਕ ਹੋਰ ਅਖਾਣ ਪ੍ਰਚਲਿਤ ਹੋਇਆ ਬਾਬਲ ਕਰ ਬੇਟੀ ਦੁੱਗੜ ਲਪੇਟੀ ਇਸ ਸਮੇਂ ਲੋਧੀ ਵੰਸ਼ ਪੰਜਾਬ ਪੰਜਾਬ ਉੱਪਰ ਰਾਜ ਕਰ ਰਿਹਾ ਸੀ ਬਹਿਲੋਲ ਲੋਧੀ ਦਿੱਲੀ ਦਾ ਬਾਦਸ਼ਾਹ ਸੀ ਉਸ ਦੀ ਮੌਤ ਤੋਂ ਬਾਅਦ ਉਸ ਦਾ ਪਤਸ ਉਸ ਦਾ ਪੁੱਤਰ ਸਿਕੰਦਰ ਲੋਧੀ ਤਖਤ ਤੇ ਬੈਠਾ ਸਿਕੰਦਰ ਕੱਟੜ ਮੁਸਲਮਾਨ ਸੀ ਹਿੰਦੂ ਮੰਦਰ ਢਾ ਦਿੱਤੇ ਗਏ ਪੰਜਾਬ ਦੇ ਹਾਲਾਤ ਪਹਿਲਾਂ ਤੋਂ ਵੀ ਬਦਤਰ ਹੋ ਗਏ ਬਾਬਰ ਅਤੇ ਇਬਰਾਹਿਮ ਲੋਧੀ ਦੀ ਟੱਕਰ ਵੇਲੇ ਦਾ ਅਤਿਆਚਾਰਾ ਦੀ ਇੰਤਹਾ ਹੋ ਗਈ ਉਸ ਸਮੇਂ ਦੀ ਸਹੀ ਤਸਵੀਰ ਗੁਰੂ ਨਾਨਕ ਨੇ ਆਪਣੀ ਬਾਣੀ ਰਾਹੀਂ ਪ੍ਰਗਟ ਕੀਤੀ ਹੈ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜ अमावस साच चंद्रमा दीसे नाही ਕਹਿ ਚੜਿਆ ਜਾਂ ਧਰਮ ਸ਼ਰਮ ਦਵੇਸ਼ਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਜਾਂ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆ ਕਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਦ ਅਜਿਹੀ ਰਾਜਸੀ ਹਾਲਾਤ ਸਮਾਜਿਕ ਦਸ਼ਾ ਅਤੇ ਧਾਰਮਿਕ ਅੰਧਕਾਰ ਵਿੱਚੋਂ 1470 ਈਸਵੀ ਦੇ ਲਾਗੇ ਚਾਗੀ ਵੜੈ ਚਗੋਤ ਘਾਲੂ ਨਾ ਦਾ ਇੱਕ ਛੱਟ ਅੰਮ੍ਰਿਤਸਰ ਤੋਂ 4 ਕੁਹ ਦੂਰ ਪੱਛਮ ਵੱਲ ਸਾਸੀ ਨਾਉ ਦੇ ਪਿੰਡ ਵਿੱਚ ਆਣ ਵਸਿਆ। ਉਹ ਕਿੱਧਰੋਂ ਆਇਆ? ਧੜਵੀਆਂ ਨੇ ਭਜਾਇਆ ਜਾਂ ਰਹਾਮਾਰਾ ਤੋਂ ਆਪਣੇ ਟੱਬਰ ਦੀ ਬਚ ਦਬ ਟੱਬਰ ਦੇ ਬਚਾ ਲਈ ਇੱਧਰ ਆਇਆ। ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇੱਕ ਪਾਸੇ ਗੁਰੂ ਨਾਨਕ ਦੇਵ ਜੀ ਗੱਦੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਚੱਲਦੇ ਰਹੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਅੱਗੇ ਹੋਰ ਅੱਗੇ ਦੂਜੇ ਪਾਸੇ ਮੁਗਲ ਰਾਜੇ ਇੱਕ ਤੋਂ ਬਾਅਦ ਦੂਸਰੇ ਪਿਓ ਪੁੱਤਰ ਪਰ ਆ ਤਖਤ ਉੱਪਰ ਕਾਬਜ਼ ਹੁੰਦੇ ਰਹੇ ਤੀਸਰੇ ਪਾਸੇ ਇੱਕ ਹੋ ਵੰਸ਼ ਜਿਸ ਨੇ ਪੰਜਾਬ ਦੀ ਸਰ ਜਮੀਨ ਤੇ ਆਪਣੇ ਪੈਰਾਂ ਦੇ ਡੂੰਗੇ ਨਿਸ਼ਾਨ ਸੱਜਣੇ ਸਨ ਕਾਲੂ ਜੱਟ ਵੜੈਚ ਦਾ ਵੰਸ਼ ਜਿਨ੍ਹਾਂ ਦਾ ਕਿੱਤਾ ਲੁੱਟਾਂ ਖੋਹਾਂ ਕਰਨੀਆਂ ਤੇ ਡੱਕ ਮਾਰਨਾ ਸੀ ਉਹ ਵੀ ਪੀੜੀ ਦਰ ਪੀੜੀ ਹੋਰ ਅੱਗੇ ਵਧਦਾ ਗਿਆ ਇਸੇ ਵੰਸ਼ ਵਿੱਚੋਂ ਅੱਗੇ ਜਾ ਕੇ ਚੜਤ ਸਿੰਘ ਅਤੇ ਉਸ ਦਾ ਪੁੱਤਰ ਮਹਾ ਸਿੰਘ ਅਤੇ ਫਿਰ ਰਣਜੀਤ ਸਿੰਘ ਨੇ ਪੈਦਾ ਹੋਣਾ ਸੀ ਜਿਸ ਨੇ ਮਹਾਬਲੀ ਰਣਜੀਤ ਸਿੰਘ ਵਜੋਂ ਪੂਰੇ ਵਿਸ਼ਵ ਵਿੱਚ ਆਪਣੀ ਤਾਕਤ ਜਮਾਉਣੀ ਸੀ ਪਰ ਅਜੇ ਤੱਕ ਜੱਟ ਕਾੜੂ ਵੜਾਜ ਆਪਣੇ ਸਿਰ ਜੋਗੀ ਛੱਤ ਲੱਭਦਾ ਪਟਕਦਾ ਫਿਰ ਰਿਹਾ ਸੀ ਨਥਾਵਾਂ ਨਿਆਸਰਾ ਸਾਧਨਹੀਨ प्यारे पाठक आओ पहला रणजीत सिंह ਦੇ ਪੁਰਖਿਆਂ ਨੂੰ ਮਿਲੀਏ ਨੰਬਰ 1 ਤਖਤੇ ਤੋਂ ਤਖਤ ਵੱਲ 15ਵੀਂ ਸਤਾਵੀਂ 15ਵੀਂ ਸਦੀ ਦੀ ਢਾਲੀ ਉਮਰ ਦਾ ਸਮਾਂ ਤਿਹਾੜੀ ਦੀ ਤੱਬਦੀ ਹੋਈ ਢਾਲਦੀ ਇੱਕ ਦੁਪਹਿਰ ਹੌਣ ਦੇ ਅੰਮ੍ਰਿਤਸਰ ਤੇ ਉਹਨਾਂ ਵੇਲਾਂ ਦੇ ਪਿੰਡ ਤੁੰਗ ਗੁਮਲਾ ਗੁਰਮਟਾਲਾ ਦਾ ਕੋਈ 4 ਕੁ ਕੋਹ ਦੀ ਦੂਰੀ ਤੇ ਵਸੇ ਇੱਕ ਪਿੰਡ ਵੱਲ ਜਾ ਰਿਹਾ ਇੱਕ ਬੈਲ ਗੱਡਾ ਗੱਡਾ ਹੱਕ ਰਹਿ ਜਣੇ ਨੇ ਖੱਦਰ ਦੇ ਮੈਲੇ ਜਿਹੇ ਕੱਪੜੇ ਨਾਲ ਮੁੜਕਾ ਪੂੰਜਦਿਆਂ ਲਿਸ਼ਕੋਰਾ ਮਾਰਦੇ ਸਮਾਨ ਵੱਲ ਧੱਕਿਆ ਸੂਰਜ ਅਜੇ ਤਿੰਨ ਕੁ ਹੱਥ ਖੜਾ ਸੀ ਪਿੰਡ ਥੋੜੀ ਵਿੱਥ ਤੇ ਉਸਨੇ ਗੱਡਾ ਰੋਕਿਆ ਲਾਗੇ ਦੇ ਸੁੰਨੇ ਵਾਹਣ ਵਿੱਚੋਂ ਇੱਕ ਵਾਵ ਰੁਲਾ ਉੱਠਿਆ ਤੇ ਅੱਖ ਕਾਂ ਨੂੰ ਆਪਣੇ ਵਿੱਚ ਸਮੇਟਦਾ ਉਹ ਉੱਪਰ ਵੱਲ ਚੱਕਰ ਖਾਂਦਾ ਫੈਲ ਗਿਆ ਗੱਡੀ ਵਿੱਚ ਬੈਠੇ ਬੱਚੇ ਡਰ ਗਏ ਅਤੇ ਗੱਡੇ ਵਿੱਚ ਬੈਠੀ ਟੀਵੀ ਵੱਲ ਚੱਕ ਲਗੇ ਉਸਨੇ ਦੋਹਾਂ ਬੱਚਿਆਂ ਨੂੰ ਬੁੱਕਲ ਵਿੱਚ ਲੈ ਲਿਆ ਪਿੰਡ ਵੱਲੋਂ ਕੋਈ ਆਉਂਦਾ ਦਿਸਿਆ ਟੀਵੀ ਨੇ ਕੁੰਡ ਕੱਢ ਲਿਆ ਨੇੜੇ ਆਉਂ ਤੇ ਗੱਡੇ ਵਾਲੇ ਨੇ ਸਲਾਮ ਕਰਨ ਵਗ ਹੱਥ ਚੁੱਕਿਆ ਤਾਂ ਪਿੰਡ ਵਾਲਾ ਖੜ ਗਿਆ ਗੱਡੇ ਵਿੱਚ ਬੈਠੀ ਟੀਵੀ ਅਤੇ ਬੱਚਿਆਂ ਵੱਲ ਚੱਕਿਆ ਗੱਡੇ ਵਿੱਚ ਲੱਦੇ ਸੰਦੂਕ ਮੰਜੇ ਤੇ ਹੋਰ ਨਿਕ ਸੁਖ ਵਾਲ ਵੇਖ ਕੇ ਪੁੱਛਿਆ ਕਿਧਰੋਂ ਮਾਰ ਮਾਰੀਓ ਕਿ ਸਹੇ ਆਂਗੂ ਆਪਣਾ ਹੀ ਗੋਸਤ ਪਚਾਉਂਦਾ ਫਿਰਦਾ ਏ ਜਣਿਆ ਪਿੰਡ ਵਾਲੇ ਨੇ ਸਵਾਲ ਦਾ ਉੱਤਰ ਨਾ ਦੇ ਕੇ ਗੱਡੇ ਵਾਲੇ ਨੇ ਪੁੱਛਿਆ ਕਿਹੜਾ ਪਿੰਡ ਆ ਬਾਊ ਹੱਥ ਵਿੱਚ ਫੜੀ ਪੁਰਾਣੀ ਉਸਨੇ ਪਿੰਡ ਵਾਲ ਸੇਦੀ ਪਿੰਡ ਵਾਲਾ ਹੱਸਣ ਲੱਗਾ ਗੱਡੇ ਵਾਲਾ ਹੈਰਾਨ ਹੋਇਆ ਮੇਰੀ ਗੱਲ ਨਹੀਂ ਸਮਝ ਪਈ ਪਈ ਸਮਝ ਤਾਂ ਪੈ ਗਈ ਜਣਿਓ ਕੌਣ ਪੁੱਛ ਰਿਹਾ ਕਿੰਨਾ ਦਾ ਪਿੰਡੀ ਪਿੰਡ ਵਾਲਾ ਫੇਰ ਹੱਸਾ ਲੱਗਾ ਚਲ ਇਹੋ ਦੱਸ ਦੇ ਭਰਾ ਇਹ ਪਿੰਡੀ ਤਾੜਨੀਆਂ ਦਾ ਰਾਹ ਮਾਰਾਂ ਦਾ ਚੋਰਾਂ ਦਾ ਠੱਗਾਂ ਦਾ ਅੱਗੇ ਇੱਕ ਨੋਟ ਹੈ ਦੇ ਵਿੱਚ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਗੁਰੂ ਰਾਮਦਾਸ ਜੀ ਨੇ ਸਮਤ 1921 ਵਿੱਚ ਤੁੰਗ ਪਿੰਡ ਦੇ ਵਿਸਤੀਕਾਂ ਤੋਂ 700 ਰੁਪਏ ਵਿੱਚ ਜਗ੍ਹਾ ਖਰੀਦੀ ਤੇ ਇਸ ਦਾ ਪਹਿਲਾ ਨਾਮ ਗੁਰੂ ਕਾ ਚੱਕ ਰੱਖਿਆ ਫਿਰ ਇਸ ਦਾ ਨਾਮ ਗੁਰੂ ਰਾਮਦਾਸ ਪੁਰਵੀ ਰਹਾ ਸਨ 1673 ਵਿੱਚ ਸਰੋਵਰ ਨੂੰ ਪੱਕਾ ਕਰਨਾ ਆਰੰਭਿਆ ਤੇ ਇਸ ਦਾ ਨਾਮ ਅੰਮ੍ਰਿਤਸਰ ਰੱਖਿਆ ਕਹਾਣੀ ਅੱਗੇ ਸ਼ੁਰੂ ਹੁੰਦੀ ਹੈ ڈاکੂਆਂ ਦਾ ਕਾਤਲਾਂ ਦਾ ਤੇ ਮੁਖਰਾਂ ਦਾ ਮੁਖਬਰਾਂ ਦਾ ਵੀ ਇਹ ਇਹਨੇ ਨਾਲ ਹੀ ਸਰਜੋ ਕਿ ਅੱਗੇ ਹੋਰ ਵੀ ਦੱਸਾਂ ਆ ਕੇ ਪਿੰਡ ਵਾਲੇ ਗੱਡੇ ਵਾਲੇ ਵੱਲ ਬਦਮਾਸ਼ੀ ਤੱਕਣੀ ਨਾਲ ਚੱਕਿਆ ਤੇ ਸਿਰ ਵਾਲਾ ਮੜਾਸਾ ਰੁਕ ਸਿਰ ਕਰਨ ਲੱਗਾ ਕੋਈ ਨਾਵਿਤ ਹੋਣਾ ਏ ਪਿੰਡ ਦਾ ਗੱਡੇ ਵਾਲਾ ਢਿੱਲਾ ਜਿਆ ਬੋਲਿਆ ਆਪਣਾ ਨਾਂ ਤਾਂ ਦੱਸ ਖਾਂ ਪਹਿਲਾਂ ਪਿੰਡ ਵਾਲਾ ਉਸ ਵੱਲ ਛੱਕੀ ਚੱਕਿਆ ਮੇਰਾ ਨਾਂ ਕਾਲੂ ਹੀ ਸੱਜਣਾ ਬੜਾ ਜੀ ਡਟ ਤੇ ਆਹ ਮੇਰਾ ਟੰਬਰੀ ਉਸਨੇ ਗੱਡੇ ਵੱਲ ਬੈਠੇ ਜੀਆਂ ਤੇ ਸਮਾਨ ਵੱਲ ਇਸ਼ਾਰਾ ਕੀਤਾ ਭਾਜਣਾ ਪਈਆਂ ਨੇ ਕਿ ਅੱਗੇ ਗਵੰਡ ਚੱਲਿਆਂ ਪਿੰਡ ਵਾਲਾ ਫੇਰ ਹੱਸਿਆ ਅਜੇ ਤੱਕ ਦਾ ਭਾਜਣਾ ਹੀ ਆ ਜਾਣ ਲੈ ਕਿੱਧਰ ਠਾਰ ਲੱਭਦਾ ਫਿਰਦਾ ਪੱਕੀ ਖਾਲੂ ਵੜਾਇਚ ਨੇ ਆਪਣਾ ਇਰਾਦਾ ਦੱਸਿਆ ਤੋੜ ਮੀਆਂ ਆਹਮ ਵਾਲਾਂ ਚ ਕੱਟ ਲੇਗਾ ਤਾਂ ਉਹ ਪਿੱਛੇ ਹੀ ਉਹ ਤਾਂ ਕਰਦਾ ਆਂ ਵੜਾਇਚ ਬੋਲਿਆ ਲੱਗਦਾ ਤਾਂ ਨਹੀਂ ਪਿੰਡ ਵਾਲਾ ਗੱਡੇ ਲਾਦੇ ਲੱਦੇ ਗੱਡੇ ਵੱਲ ਵੇਖ ਕੇ ਪਹਿਲਾਂ ਕੁੰਡ ਕੱਢੀ ਬਿਠੀ ਰਨ ਵੱਲ ਝਾਕਿਆ ਫਿਰ ਵੜਾਇਚ ਦੇ ਚਿਹਰੇ ਵੱਲ ਤੱਕਣ ਲੱਗਾ ਉੱਥੇ ਇੱਕ ਟੋਲੇ ਨਾਲ ਖੜਕ ਪਈ ਟੀਵੀ ਤੇ ਬੱਚੇ ਵੇਖ ਕੇ ਕਿਨਾਰਾ ਕਰ ਲਿਆ ਨਹੀਂ ਤਾਂ ਕਟਾ ਕੱਟੀ ਪਿੰਡ ਵਾਲੇ ਨੇ ਟੋਕਿਆ ਉਨਾਂ ਦੀ ਰਨ ਲੈ ਕੇ ਭੱਜਿਆ ਕਿ ਆਪਣੀ ਉਹ ਤੇ ਨਾਲ ਹੀ ਨਜ਼ਰਾਂ ਦੀ ਤਿਰਛੀ ਬਚਰੀ ਬਰਸ਼ੀ ਨਾ ਫਿਰਤੀ ਵੀ ਵੱਲ ਸਿੱਧੀ ਉਸਨੇ ਕੋਂਡ ਹੋਰ ਨੀਵਾ ਕਰ ਲਿਆ ਰਨ ਤਾਂ ਆਪਣਿਓ ਪਾ ਕੋਲੋ ਕੁਝ ਸਹਜਾ ਸਹਜਾ ਹੋ ਗਿਆ ਫਿਰ ਉੱਪਰ ਪਹਿਲਾਂ ਵਰਗਾ ਫਿਕਰ ਨਾ ਰਿਆ ਪੁੱਛਿਆ ਮੈਂ ਬੜਦਾ ਨਾ ਪੁੱਛਿਆ ਸੀ ਭਰਾ ਸਾਹ ਸੀ ਆਖਦੇ ਇਸ ਪਿੰਡ ਨੂੰ ਇੱਥੇ ਵੱਸਣ ਵਾਲੇ ਪੂਰੇ ਸਾਹ ਸੀ ਨੇ ਹੰਨੇ ਜਾਂ ਬੰਨੇ ਫਿਰ ਵਿਚ ਵਿਚਾਲੇ ਦਾ ਮਸਲਾ ਹੀ ਨਹੀਂ ਰਹਿਣ ਰਹਿਣ ਦਿੰਦੇ ਕੋਈ ਜੇ ਬਸੇ ਬਾ ਕਰ ਸਕਣਾ ਹੈ ਤਾਂ ਕੋਈ ਵੇਲੀ ਥਾਂ ਵਹਿ ਕੇ ਗੱਡਾ ਡਈਆ ਤੇ ਕਰ ਦੇ ਪਸ਼ੂ ਆ ਜੂਗਾ ਕਾ ਪੱਠਾ ਵਾਧੂ ਵਗੇ ਸਲਾ ਵੇਲੀ ਬਾ ਖੜੀ ਕਰਕੇ ਪਿੰਡ ਵਾਲਾ ਤੁਰ ਗਿਆ ਤੀਵੀ ਨੇ ਕੋਂਡ ਚੱਕ ਦਿੱਤਾ ਘਾਰੇ ਵਾਲ ਵਾਲੇ ਘਰ ਵਾਲੇ ਵਾਲ ਚਾੱਕੀ ਫਿਰ ਆਖਰੀ ਹੋਵੇ ਜਿਵੇਂ ਆਖਰੀ ਹੋਵੇ ਇੱਥੇ ਹੀ ਟਿਕ ਜਾਈਏ ਬੱਚੇ ਭੁੱਖੇ ਨੇ ਕੁਝ ਦਿੰਨੀ ਹੈ ਕੁਝ ਪਕਾਈਏ ਕਾਲੂ ਵੜੈਚ ਨੇ ਗੱਡਾ ਰੋਕਿਆ ਅਤੇ ਫਿਰ ਆਸੇ-ਪਾਸੇ ਠਗਵੀਂ ਥਾਂ ਲੱਭਦਾ ਇੱਕ ਟਾਬੇ ਇੱਕ ਟਾਬ ਲੱਗ ਜਾ ਖੜਾ ਫਿਰ ਉਹ ਤੇ ਉਸਦੀ ਤੀਵੀ ਰਲ ਕੇ ਗੱਡੇ ਤੋਂ ਸਮਾਨ ਲਾਉਣ ਲੱਗ ਪਏ ਸਾਸੀ ਪਿੰਡ ਰਹਿੰਦਿਆਂ ਬਹੁਤ ਲੰਮਾ ਸਮਾਂ ਨਹੀਂ ਸੀ ਹੋਇਆ ਕਾਲੂ ਵੜੈਚ ਨੂੰ ਉਸ ਨੂੰ ਮਹਿਸੂਸ ਹੋਇਆ ਇਹ ਸਪਿੰਡ ਚ ਦਾਲ ਨਹੀਂ ਗੱਲਨੀ ਉਹ ਲੱਠ ਮਾਰ ਵੇਲੇ ਕੁਝ ਲੱਠ ਮਾਰ ਵੇਲੇ ਇੱਕ ਵੇਲੇ ਉਸਦੇ ਡੇਰੇ ਲੱਗੇ ਢੇਰੇ ਕੱਢਣ ਲੱਗੇ ਸਨ ਇੱਕ ਵਾਰ ਤਾਂ ਇਸ ਤਰ੍ਹਾਂ ਖੰਗੂਰੇ ਮਾਰੇ ਜਿਵੇਂ ਚਿਤਾਵਨੀ ਦੇ ਰਹੇ ਹੋਣ ਕਾਲੂ ਦੇ ਅਜੇ ਪੈਰ ਨਹੀਂ ਜੰਮੇ ਸਨ ਜੰਮੇ ਤੇ ਪੰਗਾ ਵੀ ਕੋਈ ਨਹੀਂ ਸੇ ਲੈਣਾ ਚਾਹੁੰਦਾ ਉਂਝ ਹਥਿਆਰ ਤਾਂ ਉਸਨੇ ਵੀ ਰੇਤ ਲੈ ਸਨ ਇੱਕ ਦਿਨ ਪਹਿਰ ਦੇ ਤੜਕੇ ਉਸਨੇ ਗੱਡੀ ਉੱਪਰ ਫਿਰ ਆਪਣਾ ਘਰ-ਬਾਰ ਲੱਦ ਲਿਆ ਅਤੇ ਸੂਰਜ ਦੀ ਟਿੱਕੀ ਨਿਕਲਿਆ ਗਵਾਂਢ ਪਿੰਡ ਜਾ ਰਿਹਾ ਇਸ ਪਿੰਡ ਰਹਿੰਦਿਆ 1488 ਈਸਵੀ ਵਿੱਚ ਕਾਲੂ ਵੜਾਂਚ ਦੀ ਮੌਤ ਹੋ ਗਈ ਉਸ ਦਾ ਪੁੱਤਰ ਜਾਦੋਮਨ ਹੁਣ ਗੱਬਰੂ ਸੀ ਉਹ ਪਿਓ ਨਾਲੋਂ ਵੱਧ ਮਾਰ ਖੁਰਾ ਨਿਕਲਿਆ ਪਿੰਡ ਦੀ ਜੂਹ ਵਿੱਚ ਜਾਂ ਆਸ-ਪਾਸ ਕੋਈ ਰਾਘਿਰਜਾ ਕਾਫਲਾ ਲੁੱਟਿਆ ਜਾਣਾ ਜਾਂ ਕੋਈ ਡਾਕਾ ਪੈਣਾ ਤਾਂ ਲੋਕਾਂ ਨੇ ਅਖਣਾ ਜਾਦੋ ਧਾੜਵੀ ਦੀ ਕਰਤੂਤ ਹੋਣੀ ਏ ਇੱਕ ਵਾਰੀ ਡਾਕੇ ਸਮੇਂ ਆਮੋਰ ਸਾਹਮਣੇ ਦੀ ਟੱਕਰ ਹੋ ਗਈ ਜਣੇ ਵੀ ਟੜੇ ਅੰਨੀ ਖਾਂਦੇ ਸਨ ਜਣੇ ਵੀ ਟੜੀਆਂ ਅੰਨ ਖਾਂਦੇ ਸਨ ਲੋਕ ਕਿਵੇਂ ਬੋਲਦੇ ਸਨ ਉਸ ਵੇਲੇ ਜਾਦੋ ਇਸ ਡਾਕੇ ਵਿੱਚ ਜ਼ਖਮੀ ਹੋ ਗਿਆ ਤੇ ਕੁਝ ਦਿਨਾਂ ਚ ਮਰ ਗਿਆ ਜਾਦੋਮਨ ਵਾਲਾ ਕੀਤਾ ਸੀ ਉਸਦੇ ਪੁੱਤਰ ਗਲਾਬੇ ਨੇ ਸੰਭਾਲਿਆ ਪਿਓ ਵਾਲੇ ਕਾਰਨਾਮੇ ਕਰਦਾ ਉਹ ਵੀ ਉਸੇ ਰਾਤੁਰ ਗਿਆ ਉਸ ਦਾ ਪੁੱਤਰ ਕਿੱਡੋ ਅਜੇ ਗੱਭਰੂ ਹੀ ਸੀ ਉਸ ਦਾ ਪੁੱਤਰ ਕਿੱਡੋ ਅਜੇ ਗੱਭਰੂ ਨਹੀਂ ਸੀ ਹੋਇਆ ਸਨ 1555 ਵਿੱਚ ਉਸ ਨੇ ਵੀ ਇਹ ਪਿੰਡ ਛੱਡ ਕੇ ਗੁਜਰਾਵਾਲਾ ਤੋਂ ਦੋ ਕੁ ਹਫ਼ਤੇ ਦੇ ਇੱਕ ਛੋਟੇ ਜਿਹੇ ਪਿੰਡ ਆਣ ਵਸੇਬਾ ਕੀਤਾ ਅਜੀਬ ਇਤਫਾਕ ਸੀ ਇੱਕ ਪਾਸੇ ਗੁਰੂ ਵੰਸ਼ ਪਰੰਪਰਾ ਪਗਤੀ ਆਰਾਧਨਾ ਅਤੇ ਦਸਾਂ ਨੋਹਾਂ ਦੀ ਕੀਰਤਨ ਸੁਨਾਹ ਲੈ ਕੇ ਮਾਨਵ ਜਾਤੀ ਦੇ ਕਲਿਆਣ ਦਾ ਸੰਕਲਪ ਲੈ ਕੇ ਅੱਗੇ ਤੁਰੇ ਦੂਜੀ ਧਿਰ ਵਿੱਚ ਧਾੜਵੀਆਂ ਅਤੇ ਰਹਿਮਾਰਾਂ ਦਾ ਪਜਾਇਆ ਕਾਲੂ ਬੜਾਇਆ ਚ ਜੱਟ ਦਾ ਵੰਸ਼ ਸ਼ਾਸੀ ਬਣ ਦੋ ਚੱਲਿਆ ਇੱਕ ਤੀਜੀ ਧਿਰ ਸੀ ਮੁਗਲ ਸਲਤਨਤ ਜਿਸ ਦਾ ਜਿਸ ਦੀ ਭਾਰਤ ਵਿੱਚ ਮੋੜੀ ਗੱਡਣ ਲਈ ਉਸ ਲਈ ਤੇ ਆਪਣੀ ਕਿਸਮਤ ਅਜਮਾਉਣ ਲਈ ਬਾਬਰ 1525 ਈਸਵੀ ਨੂੰ ਦਿੱਲੀ ਵੱਲ ਵੱਧ ਰਿਹਾ ਸੀ ਕਹਿੰਦੇ ਨੇ ਪੰਜਾਬ ਦੇ ਇੱਕ ਛੋਟੇ ਜਿਹੇ ਨਗਰ ਐਮਨਾਬਾਦ ਵਿੱਚ ਬਾਬਰ ਵੱਲੋਂ ਫੌਜਾਂ ਨੇ ਪੜਾ ਕੀਤਾ ਸੀ ਬਾਬਰ ਦੇ ਸਾਹਮਣੇ ਕੁਝ ਸਤਾਨਕ ਬਸ਼ਿੰਦੇ ਪੇਸ਼ ਕੀਤੇ ਗਏ ਇਹ ਸਾਰੇ ਕੈਦੀ ਸਨ ਇੱਕ ਕੈਦੀ ਨੂੰ ਵੇਖ ਕੇ ਬਾਬਰ ਅਚਾਨਕ ਆਪਣੇ ਜਗ੍ਹਾ ਤੋਂ ਉੱਠਿਆ ਆਪਣੇ ਸਿਪਾਹਸਰਦਾਰ ਨੂੰ ਪੁੱਛਿਆ ਇਹ ਕੀ ਮੈਂ ਇੱਥੇ ਲਹੂ ਮਾਸ ਦਾ ਇੱਕ ਰੋਹਾਨੀ ਬੰਦਾ ਵੇਖ ਰਿਹਾ ਹਾਂ ਇਹ ਗਜਨੀ ਵਿੱਚ ਮੇਰੇ ਸੁਪਨੇ 'ਚ ਆਇਆ ਤੇ ਇਸਨੇ ਮੇਰੀ ਫਤਿਹ ਦੀ ਦੁਆ ਕੀਤੀ ਬਾਬਰ ਨੇ ਉਸ ਨੂੰ ਬੜੀ ਹਲੀਮੀ ਨਾਲ ਬੁਸ਼ਿਆ ਆਪਣੀ ਕੋਈ ਖੁਆਹਿਸ਼ ਜੇ ਦੱਸੋ ਜੋ ਮੈਂ ਪੂਰੀ ਕਰ ਸਕਾਂ ਸਾਰੇ ਕੈਦੀ ਰਿਹਾ ਕਰ ਦੇਵੋ ਸਾਰੇ ਕੈਦੀ ਰਿਹਾ ਕਰ ਦੇਵੋ ਉਸ ਪੁਰਸ਼ ਨੇ ਕਿਹਾ ਤੇ ਅਸ਼ੀਰਵਾਦ ਦਿੱਤੀ ਜੇ ਉਹ ਨਿਆਂ ਦਾ ਰਾਜ ਕਰੇਗਾ ਜਾਤੀ ਅਤੇ ਧਰਮ ਵਿੱਚ ਭੇਦਭਾਵ ਨਹੀਂ ਕਰੇਗਾ ਹਿੰਦੂ ਪ੍ਰਸਤਧੀਆਂ ਤੱਕ ਵੰਸ਼ ਰਾਜ ਪੰਛੀ ਰਾਜ ਕਰੇਗਾ ਟਿੱਪਣੀ ਟਿੱਪਣੀ ਤੋਂ ਕੈਂੜਤਾ ਭਾਵ ਕੀ ਇੱਕ ਛੋਟਾ ਪੈਰਾ ਵੱਖਰੇ ਤੌਰ ਤੇ ਲੇਖਕ ਵੱਲੋਂ ਲਿਖਿਆ ਗਿਆ ਸਿੱਖ ਇਤਿਹਾਸਕਾਰਾਂ ਅਨੁਸਾਰ ਬਾਬਰ ਨੂੰ ਅਸ਼ੀਰਵਾਦ ਦੇਣ ਵਾਲੇ ਮਹਾਪੁਰਸ਼ ਗੁਰੂ ਨਾਨਕ ਦੇਵ ਜੀ ਸਨ ਸਿੱਖ ਇਤਿਹਾਸਕਾਰਾਂ ਅਨੁਸਾਰ ਹੁਣ ਉਹ ਇਤਿਹਾਸਕਾਰ ਕੋਣ ਇਹਦਾ ਨਹੀਂ ਪਤਾ ਕਿੱਡੋ ਨੇ ਆਪਣੀ ਤਕਦੀਰ ਸ਼ੁਕਰਚੱਕ ਪਿੰਡ ਨਾਲ ਜੋੜ ਲਈ ਉਸਨੇ ਪਿਓ ਦਾੰਦੇ ਦਾ ਮਾਰਗ ਛੱਡਣਾ ਚਾਹਿਆ ਸੁਭਾਅ ਪੱਖੋਂ ਕਿਡੋ ਸਾਊ ਅਤੇ ਧਾਰਮਿਕ ਸੀ ਉਹ ਗੁਰਨਾਨਕ ਜੀ ਦੇਵ ਜੀ ਦੀ ਗੱਦੀ ਉੱਪਰ ਇਸ ਸਮੇਂ ਸਿੱਖਾਂ ਦੇ ਤੀਸਰੇ ਗੁਰੂ ਰਾਮਦਾਸ ਤੀਸਰੇ ਗੁਰੂ ਅਮਰਦਾਸ ਜੀ ਬੈਠੇ ਸਨ ਇੱਕ ਦਿਨ ਕਿਡੋ ਦੇ ਪਿਓ ਦੇ ਟੋਲੇ ਵਿੱਚੋਂ ਇੱਕ ਦਿਨ ਕਿਡੋ ਦੇ ਪਿਓ ਦੇ ਟੋਲੇ ਵਿੱਚੋਂ ਕੁਝ ਬੰਦੇ ਲੱਭਦੇ ਲੰਮ ਦੇ ਸ਼ੁਕਰਚੱਕ ਆਏ ਕਮਰ ਕੱਸਿਆਂ ਵਿੱਚ ਤਲਵਾਰਾਂ ਹੱਥਾਂ ਵਿੱਚ ਤੇਲ ਨਾਲ ਚੋਪੜੀਆਂ ਗਡਾਂਗਾ ਮੂੰਹ ਸਿਰ ਪੈੜ ਤੂਰ ਮਿੱਟੀ ਨਾਲ ਭਰੇ ਹੋਏ ਖਿਲੜੇ ਡਾਰੇ ਖਿਲੜੇ ਡਾਰੇ ਦਾਹੜੇ ਖਿਲਰੇ ਦਾਹੜੇ ਡਰਾਉਣੀਆਂ ਸ਼ਕਲਾਂ ਵੇਖ ਕੇ ਲਾਗੇ ਖੇਡਦੇ ਬੱਚਿਆਂ ਬੱਚੇ ਡਰ ਨਾਲ ਚੀਕਾਂ ਮਾਰਦੇ ਘਰੋਂ ਭੱਜ ਗਏ ਕਿੱਡੂ ਇੱਕ ਜਣੇ ਨੂੰ ਪਛਾਣਦਾ ਸੀ ਜਣਾ ਕਿੱਡੂ ਨੂੰ ਵੇਖਦਾ ਪਹਿਲਾਂ ਡਰਾਉਣੀ ਹਾਸੇ ਅਸੇਫ ਨਾਲ ਡਾਂਗ ਨਾਲ ਇੱਕ ਹੱਥ ਵਿੱਚ ਦੂਜੀ ਵਿੱਚ ਫੜਨੇ ਬੋਲਿਆ ਅਸੀਂ ਤੈਨੂੰ ਲਾਣਾ ਆਵੜਾ ਚਾਹ ਤੌਰ ਚੱਕ ਲੈ ਕਿੱਧਰ ਵਣਜਣਾਹੀਂ ਕਿੱਡਾ ਨੇ ਹੈਰਾਨੀ ਨਾ ਪੁੱਛਿਆ ਜਿੱਧਰ ਪਿਓ ਦਾਦੇ ਜਾਂਦੇ ਜਾਂਦੇ ਸੈਣ ਇਸ ਵਾਰ ਇੱਕ ਦੂਸਰਾ ਦਾੜੀ ਖੁਰਕਦਾ ਬੋਲਿਆ ਮੈਂ ਤੋੜੇ ਨਹੀਂ ਮਾਰਨੇ ਬੈਲਿਓ ਢੱਡੋ ਸਿੱਧਾ ਬੋਲਿਆ ਤੇਰੇ ਤੇ ਧਾੜਵਿਆਂ ਦਾ ਲੂਏ ਜਣਿਆ ਇੱਕ ਹੋਰ ਨੇ ਕਿਹਾ ਮੈਂ ਹੁਣ ਗੁਰੂ ਦਾ ਪੱਲਾ ਫੜ ਲਿਆ ਪਿਓ ਦਾਦੇ ਆਲਾ ਕਿਤਾ ਕਿਵੇਂ ਛੱਡ ਸਕਣਾ ਹੈ ਆਏ ਬੰਦਿਆਂ ਚ ਇੱਕ ਹੋਰ ਖਾ ਬੋਲਿਆ ਛੱਡ ਸਕਣਾ ਹੈ ਛੱਡ ਦਿੱਤਾ ਸੂ ਕਿੱਡੋ ਦਰਦਤਾ ਨਾਲ ਕਹਿਣ ਵਾਲਿਆਂ ਦੀਆਂ ਅੱਖਾਂ ਵਿੱਚ ਚੱਕ ਸਿੱਧਾ ਚੱਕ ਗਿਆ ਕਰੇਗਾ ਕਿ ਮੂਰਖਾ ਕਿ ਦੋਨੋਂ ਪਛਾਣਦੇ ਬੰਦਿਆਂ ਨੇ ਬੋਲਾਂ ਵਿੱਚ ਕੁਝ ਹੋਰ ਨਰਮੀ ਸੀ ਹੱਥੀ ਕੀਰਤ ਕਰੂੰਗਾ ਦਸਾਂ ਨਵਾਂ ਦੀ ਜਿਵੇਂ ਗੁਰੂ ਆਖਦੇ ਹਨ ਭੁੱਖਾ ਮਰਨ ਦਾ ਸਮਾਂ ਕਰੀ ਜਾਨੇ ਜਣਿਆ ਭੁੱਖਾ ਭੁੱਖਾ ਮਰਨ ਦਾ ਸਮਾਨ ਕਰੀ ਜਾਨੇ ਜਣਿਆ ਖੰਨੀ ਖਾ ਲਊਗਾ ਉਹ ਵੀ ਨਾ ਮੇਰੀ ਭੁੱਖਾ ਖਾ ਲਊਗਾ ਪਰ ਕਿਡੋ ਨੇ ਸਭਨਾ ਦੇ ਸਾਹਮਣੇ ਹੱਥ ਜੋੜ ਦਿੱਤੇ ਫੈਸਲਾ ਕਰ ਲਿਆ ਹੀ ਕਿ ਅਕੀਲ ਕੀ ਰਹੇ ਐਦਾਂ ਲੱਕੜਾਂ ਗੁਤਨਾ ਟੁੱਟ ਅਜੇ ਤਾ ਮੈਨੂੰ ਇਹ ਚੰਗੀ ਲੱਗਦੇ ਤੁਸੀਂ ਪੈੜਾ ਮਾਰ ਕੇ ਆਏ ਹੋ ਥੱਕੇ ਹੋ ਦੁੱਧ ਲੱਸੀ ਜੋ ਚਾਹੋ ਸ਼ਕੋ ਆਰਾਮ ਕਰੋ ਜਿੰਨਾ ਕਰ ਸਕਦੇ ਜੇ ਗੁਰੂ ਦੇ ਸਿੱਖ ਨੂੰ ਸੇਵਾ ਦਾ ਮੌਕਾ ਦਿਓ ਬਾਕੀ ਸਭ ਕੰਮਾਂ ਤੋਂ ਖਿਮਾ ਕਿ ਡੋਨੇ ਫਿਰ ਹੱਥ ਜੋੜੇ ਆਏ ਬੰਦੇ ਸ਼ਸ਼ੋ ਪੰਜ ਵਿੱਚ ਪੈ ਗਏ ਕਿੱਡੋ ਦੀ ਵਿਵਹਾਰ ਨੂੰ ਵੇਖ ਕੇ ਸਮਝ ਗਏ ਹੰਡੇ ਵਰਤੇ ਸਨ ਸੋਚਿਆ ਜੇ ਧੱਕਾ ਕਰੇਗਾ ਕਰਾਂਗੇ ਨਾਲ ਇਸਨੇ ਤਾਂ ਵੀ ਨਹੀਂ ਜਾਣਾ ਉਹਨਾਂ ਜਿੱਦ ਕਰਨੀ ਜਾਇਜ਼ ਨਾ ਸਮਝੀ ਦੁੱਧ ਦਾ ਛੰਨਾ ਛੁੰਨਾ ਪੀ ਕੇ ਕੁਝ ਆਰਾਮ ਕਰਕੇ ਤੇਜੀ ਰਜਾ ਤੇਰੀ ਰਜਾ ਸੋਣਿਆ ਆ ਕੇ ਵਾਪਸ ਮੁੜ ਗਿਆ 1570 ਈਸਵੀ ਵਿੱਚ ਕਿੱਡੋ ਚੜ੍ਹਾਈ ਕਰ ਗਿਆ ਉਸ ਨੇ ਸੱਚਮੁੱਚ ਹੀ ਬਾਪ ਦਾਦੇ ਦੀ ਬਦਨਾਮੀ ਦਾ ਵਹਿਣ ਨੂੰ ਮੋੜ ਦਿੱਤਾ ਕਿੱਡੋ ਦੇ ਦੋ ਪੁੱਤਰ ਸਨ ਰਾਜਦੇਵ ਅਤੇ ਪ੍ਰੇਮੂ ਰਾਜਦੇਵ ਆਪਣੇ ਬਾਪ ਵਾਂਗ ਹੀ ਧਾਰਮੀ ਬਿਰਤੀ ਦਾ ਸੀ। ਪ੍ਰੇਮੂ ਅਥਰਾ ਸੀ। ਉਸਦੇ ਲਹੂ ਵਿੱਚ ਕਦੇ-ਕਦੇ ਦਾਦੇ-ਪਰਦਾਦੇ ਵਾਲੇ ਕਾੜ ਕਿੜੇ ਜਾਗ ਉੱਠਦੇ। ਰਾਜਦੇਵ ਦੇ ਤਿੰਨ ਪੁੱਤਰ ਸਨ। ਨੀਲੂ, ਤੇਲੂ ਅਤੇ ਤਖਤਮਾਲ। ਪਹਿਲੇ ਦੋਵੇਂ ਛੋਟੀ ਉਮਰ ਵਿੱਚ ਹੀ ਕਿਸੇ ਨਾ ਕਿਸੇ ਨਾਮਾ-ਮਾਲੂਮ ਬਿਮਾਰੀ ਕਰ ਮਰ ਗਏ। ਤਖਤਮਾਲ ਨੇ ਆਪਣੇ ਬਾਪ ਦਾ ਕਾਰੋਬਾਰ ਖੂਬ ਫੈਲਾਇਆ। ਸ਼ੁਕਰ ਚੱਕ ਦੇ ਆਸ-ਪਾਸ ਕਾਫੀ ਪੌਏ ਖਰੀਦੀ ਅਤੇ ਖਰੀਦ ਲਈ ਅਤੇ ਵੱਡਾ ਸ਼ਾਹੂਕਾਰ ਬਣ ਗਿਆ। ਤਖਤ ਮਾਲ ਦੇ ਅੱਗੇ ਦੋ ਪੁੱਤਰ ਸਨ, ਬੱਲੂ ਅਤੇ ਬਾਰਾ। ਬਾਰਾ ਆਪਣੇ ਦਾਦੇ ਵਾਂਗ ਧਾਰਮੀ ਧਾਰਮਿਕ ਬਿਰਤੀ ਦਾ ਸੀ। ਉਸ ਦੀ ਇੱਛਾ ਸੀ ਆਪਣੇ ਜੀਵਨ ਵਿੱਚ ਇੱਕ ਵਾਰ ਅੰਮ੍ਰਿਤਸਰ ਜਾ ਕੇ ਗੁਰੂ ਦੇ ਦਰਸ਼ਨ ਜ਼ਰੂਰ ਕਰੇ। ਵੜਿਆਚ ਵੰਸ਼ ਮੰਗ ਗੁਰੂ ਗੱਦੀ ਦੇ ਅੱਗੇ ਵਧਦੀ ਗਈ। ਆਪਣ ਜੀਵਨ ਵਿੱਚ ਬਾਰਾ ਗੁਰੂ ਤੇਗ ਬਹਾਦਰ ਦੇ ਦਰਸ਼ਨ ਕਰਨ ਲਈ ਆਨੰਦਪੁਰ ਜਾਣ ਬਾਰੇ ਸੋਚਦਾ ਰਿਹਾ। ਪਰ ਕਦੇ ਮੌਕਾ ਨਾ ਮਿਲਿਆ ਅੰਮ੍ਰਿਤਸਰ ਵੀ ਜਾ ਨਾ ਸਕਿਆ ਬਾਰੇ ਦਾ ਇੱਕ ਇੱਕ ਪੁੱਤ ਅਸੀਂ ਬੁੱਢਾ ਆਖਰੀ ਉਮਰ ਵਿੱਚ ਜਦ ਬਾਰਾ ਮਰਨ ਕਰ ਰਹੇ ਸੀ ਉਸਨੇ ਆਪਣੇ 9 ਸਾਲ ਦੇ ਪੁੱਤਰ ਨੂੰ ਆਪਣੇ ਪਾਸ ਬੁਲਾ ਕੇ ਕਿਹਾ ਪੁੱਤਰਾ ਮੈਂ ساری ਹਯਾਤੀ ਗੁਰੂ ਦੀ ਨਗਰੀ ਅਤੇ ਆਨੰਦਪੁਰ ਜਾਣ ਲਈ ਤਸਦਾ ਰਹਾ ਇੱਛਾ ਸੀ ਪਰ ਗੁਰੂ ਅਤੇ ਗੁਰੂਆਂ ਦੀ ਦਰਸ਼ਨ ਕਰਕੇ ਸਿੱਖੀ ਦਾਪਤ ਪ੍ਰਾਪਤ ਕਰ ਸਕਾਂ ਪਰ ਮੇਰੇ ਨਸੀਬਾ 'ਚ ਨਹੀਂ ਸੀ ਹੁਣ ਮੈਂ ਤੈਨੂੰ ਆਖਦਾ ਪੁੱਤਰਾ ਵੱਡਾ ਹੋ ਕੇ ਗੁਰੂ ਘਰ ਜਾਵੀ ਅਤੇ ਬਾਜ਼ਰੂਰ ਗੁਰਾਂ ਵਾਲੀ ਬਣੀ 1670 ਵਿੱਚ ਬਾਰੇ ਦੀ ਮੌਤ ਹੋ ਗਈ ਆਪਣੇ ਪਿਓ ਦੀ ਮੌਤ ਤੋਂ 13 ਸਾਲ ਬਾਅਦ 1692 ਵਿੱਚ ਬੁੱਧੇ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਆ ਕੇ ਗੁਰੂ ਜੀ ਦੇ ਗੁਰੂ ਘਰ ਦੇ ਦਰਸ਼ਨ ਕੀਤੇ ਫਿਰ ਜਦ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ राय ਨੇ ਖਾਲਸਾ ਪੰਥ ਸਾਜਿਆ ਬੁੱਧਾ ਗੁਰੂ ਪਾਸੋਂ ਅਮਰਤ ਛੱਕ ਕੇ ਬੁੱਧ ਸਿੰਘ ਬਣ ਗਿਆ। ਇਸ ਸਮੇਂ ਗੁਰੂ ਗੋਬਿੰਦ Rai ਵੀ ਪੰਜਾ ਪਿਆਰਾਂ ਤੋਂ ਅਮਰਤ ਛੱਕ ਕੇ ਗੁਰੂ ਗੋਬਿੰਦ ਸਿੰਘ ਬਣ ਗਏ। ਬੁੱਧ ਸਿੰਘ ਆਪਣੇ ਪੁਰਖਿਆਂ ਵਾਂਗ ਧਾੜਵੀ ਅਤੇ ਦਲੇਰ ਸੀ। ਉਸ ਨੇ ਅੰਦਰ ਪਏ ਜੰਗ ਲੱਗੇ ਹਥਿਆਰਾਂ ਨੂੰ ਮਾਂਜਿਆ, ਲਿਸ਼ਕਾਇਆ, ਤਿੱਖਾ ਕੀਤਾ ਤੇ ਆਪਣੇ ਵਰਗੇ ਚਿਹਾਰੂ ਬੰਦੇ ਇਕੱਠੇ ਕਰਕੇ ਇੱਕ ਜੱਥਾ ਬਣਾਇਆ। ਉਸ ਦੌਰ ਵਿੱਚ ਹਰ ਪਾਸੇ ਲੱਠ ਮਾਰ ਦਾ ਦਬਦਬਾ ਸੀ। ਬੁੱਧ ਸਿੰਘ ਦਾ ਜਥਾ ਵੀ ਧਾੜੇ ਮਾਰਨ ਲੱਗਾ ਸ਼ੁਕਰ ਚੱਕ ਦੇ ਆਸ-ਪਾਸੇ ਕਮਜ਼ੋਰ ਪਿੰਡ ਅਤੇ ਉਹਨਾਂ ਨੇ ਆਪਣੇ ਕਬਜ਼ੇ ਹਟ ਲੈ ਲਏ ਸ਼ੁਕਰ ਚੱਕ ਦੇ ਆਸ-ਪਾਸੇ ਦੇ ਕਮਜ਼ੋਰ ਪਿੰਡ ਉਹਨਾਂ ਨੇ ਆਪਣੇ ਕਬਜ਼ੇ ਹਟ ਲੈ ਲਏ ਦੂਰ ਦੂਰ ਤੱਕ ਬੁੱਧ ਸਿੰਘ ਧਾੜਵੀ ਪ੍ਰਸਿੱਧ ਹੋ ਗਿਆ ਉਸਨੇ ਦਸਵੇਂ ਗੁਰੂ ਅਤੇ ਮੁਗਲਾਂ ਵਿਚਕਾਰ ਹੁੰਦੀਆਂ ਜੰਗਾਂ ਬਾਰੇ ਸੁਣਿਆ ਪਹਾੜੀ ਰਾਜਿਆਂ ਦੀ ਗੰਦਾਰੀ ਬਾਰੇ ਖਬਰਾਂ ਸ਼ੁਕਰ ਚੱਕ ਤੱਕ ਵੀ ਪੁੱਜੀਆਂ ਬੁੱਧ ਸਿੰਘ ਨੇ ਆਪਣਾ ਜੱਥਾ ਲੈ ਕੇ ਸਿੰਘਾਂ ਦੀ ਫੌਜ ਫੌਜ ਵਿੱਚ ਜਾਣ ਦੀ ਤਿਆਰੀ ਕਰ ਲਈ ਫਿਰ ਪਤਾ ਲੱਗਿਆ ਗੁਰੂ ਕਿਸੇ ਪਰਦੇਸ ਵੱਲ ਪਾਵਨ ਨੰਦੀੜ ਚਲੇ ਗਏ ਸਨ 1716 ਦੇ ਬਰੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਾਕਮ ਫਰੁਖ ਫਰੁਖਸ਼ੀਰ ਫਰੁਖਸ਼ੀਰ ਨੇ ਦਿੱਲੀ ਵਿੱਚ ਸ਼ਹੀਦ 1716 ਦੇ ਬਾਰੇ ਬੰਦਾ ਸਿੰਘ ਬਹਾਦਰ ਨੂੰ ਮੁਗਲ ਹਾਕਮ ਫਰੁਖਸੀਰ ਨੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਇਸ ਤੋਂ ਦੋ ਬਾਰੇ ਪਿੱਛੋਂ ਇੱਕ ਧੜਵੀ ਮੂਹੀਮ ਵਿੱਚ ਖੂਨੀ ਟੱਕਰ ਕਾਰਨ ਬੁੱਧ ਸਿੰਘ ਦੀ ਮੌਤ ਹੋ ਗਈ ਮੌਤ ਸਮੇ ਉਸ ਦਾ ਸਰੀਰ ਤਲਵਾਰਾਂ ਅਤੇ ਜ਼ਖਮਾਂ ਨਾਲ ਤੇ ਬੰਦੂਕ ਦੀਆਂ ਗੋਲੀਆਂ ਨਾਲ ਸ਼ਾਨਣੀ ਸ਼ਾਨਣੀ ਹੋਇਆ ਪਿਆ ਸੀ ਬੁੱਧ ਸਿੰਘ ਦੇ ਦੋ ਪੁੱਤਰ ਸਨ ਨੌਦ ਸਿੰਘ ਅਤੇ ਚੰਦਾ ਸਿੰਘ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਵਾਸੀਆਂ ਨੇ ਅਤੇ ਖਾਸ ਕਰਕੇ ਸਿੱਖਾਂ ਦੇ ਮੂੰਹ ਨੂੰ ਰਾਜ ਕਰਨ ਦਾ ਲਹੂ ਡਗ ਚੁਕਾ ਸੀ। ਮੁਗਲਾਂ ਦਾ ਹਿੰਦੁਸਤਾਨ ਦੇ ਪਰਜਾ ਵਿੱਚ ਆਧਾਰ ਖਤਮ ਹੁੰਦਾ ਜਾ ਰਿਹਾ ਸੀ। ਅਯਾਸ਼ੀਆਂ ਅਤੇ ਭਰਾ ਮਾਰੂ ਜੰਗ ਕਾਰਨ ਮੁਗਲ ਕਮਜ਼ੋਰ ਹੋਣ ਲੱਗੇ। ਹਰ ਪਾਸੇ ਆਪਾਤਾਪੀ ਦਾ ਮਾਹੌਲ ਬਣ ਗਿਆ, ਡਾਡੇ ਮਨ ਆਈਆਂ ਕਰਨ ਲੱਗੇ। ਕਮਜ਼ੋਰ ਬੰਦੇ ਜਾਂ ਮਾੜੇ ਆਪ ਹੀ ਤਕੜੇ ਦੀ ਛਰਨ ਵਿੱਚ ਜਾਣ ਲੱਗੇ। ਤੇ ਆਪਣੀ ਇਫਹਾਜਤ ਲਈ ਵਾਹੀ ਬੀਜੀ ਵਿੱਚੋਂ ਕੁਝ ਹਿੱਸਾ ਵੀ ਦੀਣ ਲੱਗੇ ਪੰਜਾਬ ਵਿੱਚ ਮਿਸਲਾਂ ਬਣਨ ਦੀ ਜ਼ਮੀਨ ਤਾਂ ਬੰਦਾ ਸਿੰਘ ਬਹਾਦਰ ਨੇ ਹੀ ਤਿਆਰ ਕਰ ਦਿੱਤੀ ਸੀ ਹੁਣ ਸਰਦਾਰਾਂ ਦੇ ਬੀਜੇ ਬੀਜ ਵੀ ਉੱਗਣ ਲੱਗ ਪਏ ਸਿੱਖਾਂ ਉੱਤੇ ਜ਼ੁਲਮ ਦੀ ਨੀਤੀ ਨੇ ਸਿੱਖ ਕੌਮ ਨੂੰ ਟਾਲਣ ਵਿੱਚ ਬੜੀ ਮਦਦ ਕੀਤੀ ਮੁਗਲ ਸ਼ਾਹੀ ਹਕੂਮਤ ਦੀਆਂ ਕਮਜ਼ੋਰੀ ਨੇ ਸਿੱਖ ਯੋਧਿਆਂ ਨੂੰ ਉਤਸ਼ਾਹਤ ਕੀਤਾ ਤੇ ਉਸਨੇ ਆਪਣੇ ਆਪ ਨੂੰ ਛੋਟੇ-ਛੋਟੇ ਜੱਠਿਆਂ ਵਿੱਚ ਵੰਡ ਲਿਆ। ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦਿੱਲੀ, ਪੰਜਾਬ ਨੂੰ ਲੁੱਟਦੇ ਤੇ ਜੰਗਾ ਕਰਦੇ ਕਰਦੇ ਜਹਾਨ ਨੂੰ ਕੂਚ ਕਰ ਗਏ ਸਨ। ਤੈਮੂਰ ਦੇ ਦੰਦ ਵੀ ਸਿੰਘਾਂ ਨੇ ਖੱਟੇ ਕਰ ਦਿੱਤੇ ਸਨ ਅਤੇ ਹੁਣ ਉਸਦੇ ਪੁੱਤਰ ਜਮਾਨ ਸ਼ਾਹ ਵਿੱਚ ਅਬਦਾਲੀ ਦੀ ਰੂਹ ਪ੍ਰਵੇਸ਼ ਕਰ ਗਈ ਲੱਗਦੀ ਸੀ। ਆਏ ਦਿਨ ਕੋਈ ਨਾ ਕੋਈ ਮਹੀਮ ਪੰਜਾਬ ਉਪਰ ਚੜੀ ਰਹਿੰਦੀ ਸੀ ਆਪਣੇ ਲੋਕਾਂ ਦੀ ਸੁਰੱਖਿਆ ਲਈ ਨੌਦ ਸਿੰਘ ਨੇ ਸ਼ੁਕਰ ਚੱਕ ਦੀ ਕਿਲਾ ਬੰਦੀ ਕਰ ਲਈ ਅਫਗਾਨਾਂ ਨਾਲ ਇੱਕ ਮੁੱਠਪਾੜ ਵਿੱਚ ਨੌਦ 6 ਨੌਦ ਸਿੰਘ ਜ਼ਖਮੀ ਹੋ ਗਿਆ 5 ਸਾਲ ਉਹ ਗੰਭੀਰ ਜ਼ਖਮਾ ਦੀ ਤਾਪ ਚੱਲਦਾ ਰਿਹਾ ਅੰਤ ਤ 1752 ਐਸਵੀ ਵਿੱਚ ਉਹ ਅਕਾਲ ਚਲਾਣਾ ਕਰ ਗਿਆ ਨੌਦ ਸਿੰਘ ਦੇ ਚਾਰ ਪੁੱਤਰ ਸਨ ਚਰਤ ਸਿੰਘ ਦਲ ਸਿੰਘ ਚੇਤ ਸਿੰਘ ਮੰਗੀ ਸਿੰਘ ਪੰਜਾਬ ਵਿੱਚ ਮਿਸਲਾਂ ਦੀ ਹੋਂਦ ਨੇ ਸਰਕਾਰਾਂ ਵਿੱਚ ਆਪਣੀ ਆਪਸੀ ਈਰਖਾ ਨੂੰ ਜਨਮ ਦਿੱਤਾ ਪੰਜਾਬ ਵਿੱਚ ਮਿਸਲਾਂ ਦੀ ਹੋਂਦ ਨੇ ਸਰਦਾਰਾਂ ਵਿੱਚ ਆਪਸੀ ਈਰਖਾ ਨੂੰ ਜਨਮ ਤਾਂ ਦਿੱਤਾ ਸੀ ਇਹਨਾਂ ਕਾਰਨ ਬੰਦਾ ਸਿੰਘ ਬਹਾਦਰ ਦਾ ਤਬਾਹ ਕੀਤਾ ਜ਼ਗੀਰਦਾਰੀ ਨਜਾਮ ਫਿਰ ਸਿਰ ਚੁੱਕਣ ਲੱਗਾ ਦੋ-ਦੋ ਜਾਂ ਉਸ ਤੋਂ ਵਧੇਕ ਪਿੰਡਾਂ ਉੱਪਰ ਕਾਬਜ ਹੋਏ ਬੈਠੇ ਸਰਦਾਰ ਆਪਣੇ ਆਪ ਨੂੰ ਰਾਜੇ ਸਮਝਣ ਲੱਗ ਪਏ ਉਹਨਾਂ ਨੇ ਤਨਖਾਹਦਾਰ ਸਿਪਾਹੀ ਵੀ ਭਰਤੀ ਕਰ ਲਏ। ਵੇਖਾ ਵੇਖੀ ਚੜਤ ਸਿੰਘ ਨਵੀ ਸ਼ੁਕਰ ਚੱਕ ਦੇ ਲਾਗੇ ਕਾਫੀ ਤਾਕਤ ਹਾਸਲ ਕਰ ਲਈ। ਜੱਦੀ ਪੁਸ਼ਤੀ ਰਜਵਾੜੇ ਜਿਹੜੇ ਬੰਦਾ ਸਿੰਘ ਬਹਾਦਰ ਵਲੇ ਮਾਰੇ ਗਏ ਸਨ ਜਾਂ ਉਹਨਾਂ ਦੀ ਜ਼ਗੀਰਾਂ ਖੋਈਆਂ ਤੇ ਆਮ ਕਿਸਾਨਾਂ ਵਿੱਚ ਅਤੇ ਕਾਮਿਆਂ ਵਿੱਚ ਜਵੰਡ ਦਿੱਤੀਆਂ ਗਈਆਂ ਸਨ। ਹੁਣ ਉਹਨਾਂ ਦੇ ਸਿਰਾਂ ਅੰਦਰਲੇ ਸਿੰਘ ਵਿੱਚ ਉਗਣੀ ਸ਼ੁਰੂ ਹੋ ਗਏ। ਉਹਨਾਂ ਆਪਣੀਆਂ ਗੁਪਤ ਬੈਠਕਾਂ ਉਹਨਾਂ ਦੀਆਂ ਗੁਪਤ ਬੈਠਕਾਂ ਹੋਣ ਲੱਗੀਆਂ ਅਤੇ ਉਹਨਾਂ ਨੇ ਵੀ ਸਿੱਖਾਂ ਨੇ ਨਿੰਦਣ ਤੋਂ ਬਿਨਾ ਕੋਈ ਹੋਰ ਮਸਲਾ ਨਾ ਹੁੰਦਾ ਖੋਤੇ ਰਾਜ ਕਰਨ ਲੱਗੇ ਨੇ ਮੂਰਖ ਤੇ ਵਜ਼ੀਰ ਅਮੀਰ ਵਜ਼ੀਰ ਤਾਂ ਗੁੰਮ ਹੀ ਹੋ ਗਏ ਨੇ ਸਾਰਾ ਪ੍ਰਬੰਧ ਹੀ ਉਖਾੜ ਦਿੱਤਾ ਚੰਡਾਲਾਂ ਨੇ ਜਿਨ੍ਹਾਂ ਦੇ ਪਛਤਾਵੇ ਮਨਹੂਸ ਸਨ ਜਿਨ੍ਹਾਂ ਦੇ ਪਰਛਾਵੇਂ ਵੀ ਮਨਹੂਸ ਸਨ ਉਹ ਹਾਕਮ ਹਨ ਬਣ ਬੈਠੇ ਨਹੀਂ ਨੀਚਾ ਨੂੰ ਵੱਡੇ ਵੱਡੇ ਅਹੁਦਿਆਂ ਤੇ ਬਿਠਾ ਛੱਡਿਆ ਸੁ ਇਸ ਬੰਦੇ ਨੇ ਬੰਦਾ ਕਾਦਾ ਸੁ ਇਹ ਹੰਬ ਦਾ ਯੂ ਸਾਡੇ ਲਈ ਅਮੀਰਾਂ ਦਾ ਤਾਂ ਖੁਰਾਕ ਵਾਜੀ ਮਟਾ ਛੋੜਿਆ ਕਦੇ ਰਾਹਕ ਵੀ ਮਾਲਕ ਬਣੇ ਨੇ ਜ਼ਮੀਨਾਂ ਦੇ ਜਿਨ੍ਹਾਂ ਨੂੰ ਕੋਈ ਭੋਖ ਨਹੀਂ ਸੀ ਦਿੰਦਾ ਮੰਗਿਆ ਉਹ ਵੀ ਪਕੜੀ ਬਣ ਕੇ ਡਾਲੀ ਰੱਖ ਕੇ ਸਰਦਾਰ ਅਖਾਵਣ ਲੱਗੇ ਹੁਣ ਤਾਂ ਬਾਣੀਏ ਖੱਤਰੀ ਵੀ ਆਪਣੇ ਟੱਬਰਾਂ 'ਚ ਇੱਕ ਜਾਂ ਦੋ ਸਿੰਘ ਬਣਾਣ ਲੱਗ ਪਏ ਨਹੀਂ ਪਤਾ ਨਹੀਂ ਲੱਗਦਾ ਕੌਣ ਅਸਲੀਏ ਤੇ ਕੌਣ ਨਕਲੀਏ ਹਰ ਪਾਸੇ ਖਾਲਸੇ ਹੀ ਖਾਲਸੇ ਨਜ਼ਰ ਆਂਦੇ ਪਏ ਨਹੀਂ ਮੈਂ ਤਾਂ ਆਖਣਾ ਪੰਜਾਬ ਬੁਕਰ ਹੁਣ ਤਰਖੌਣਾ ਦੁਹੋਰਾ ਚਰਮਾਰਾ ਔਰ ਜੱਟਾਂ ਜਿਵੇਂ ਨੀਵੀਆਂ ਜਾਤਾਂ ਵਿੱਚੋਂ ਵੀ ਹਾਕਮ ਬਣੇ ਨੇ ਹਾਕਮ ਨਾ ਆਖ ਨਮੀਜਗੀਰ ਦਾ ਆਖ ਇੱਕ ਮੁਸਲਮਾਨ ਆਪਣੇ 2000 ਏਕੜ ਪੁਆਏ ਬੰਦਾ ਸਿੰਘ ਦਖੋ ਚੁੱਕਿਆ ਸੀ ਤੇ ਉਸ ਨੇ ਆਪ ਭੱਜ ਕੇ ਜਾਨ ਬਚਾਈ ਸੀ ਬੋਲਿਆ ਇੰਨਾ ਨੀਚਾ ਤਾਕਤ ਆਪਣੇ ਹੱਥਾਂ ਚ ਲੈ ਲਈ ਅਸ਼ਰਾਫ اور ਫਿਰਕਾਇਫ ਸਿਪਾਹੀ ਨੂੰ ਖੰਡਾ ਛੱਡਿਆ ਏ ਔਰ ਰਿਆਇਤ ਦੇ ਆਹਲੇ ਖਰਫਾ ਦੀ ਰਸਾਈ ਕੀਤੀ ਸੁ ਇਹ ਬੰਦਾ ਜਿਸ ਨੂੰ ਸੀ ਬੰਦਾ ਬਾਦ ਰੱਖਣ ਰਹੇ ਜੇ ਕੌਮ ਇਜ਼ਰਾਇਲ ਇਰਾਜ਼ੀਲ ਨੂੰ ਉੱਪਰ ਚੱਕਣਾ ਚਾਹੁੰਦਾ ਸੀ ਅਤੇ ਉਹਨੇ ਚੁੱਕ ਦਿੱਤਾ ਉਹ ਤਾਂ ਅਮੀਰਾਂ ਨੂੰ ਕੁਚਲਣ ਲਈ ਮਤਾਬ ਸੀ ਇਹ ਗੱਲਾਂ ਤੇ ਬੰਦੇ ਬੰਦੇ ਨਾਲੋਂ ਵੀ ਢੇਰ ਪਹਿਲਾਂ ਹੀ ਹੋਣ ਡਈਆਂ ਨੇ ਹੁਣ ਦੂਸਰਾ ਬੋਲਿਆ ਅਕਬਰ ਬਾਦਸ਼ਾਹ ਵੇਲੇ ਸੁਣੀ ਆਇਨੀ ਪਿੰਡੀ ਪੱਟੀਆਂ ਦਾ ਦੁੱਲਾ ਨਾਬਰੀ ਤੇ ਵਿੱਚ ਉਹੀ ਖੰਡਾ ਗਿਆ ਉੱਥੇ ਆਹੰਦਾ ਸੀ ਅਕਬਰ ਦੀ ਤੌਂਸ ਨਹੀਂ ਚੱਲਣੀ ਅਕਬਰ ਨੂੰ ਕਮੀਨਾ ਬਾਦਸ਼ਾਹ ਜਾਂਦਾ ਸੀ ਕਮੇ ਕਮੀਨ ਉਹਨੇ ਵੀ ਬੜੇ ਜੋੜੇ ਸਨ ਕਮੰਤਰੀ ਤਾਂ ਹੁਣ ਵੀ ਦੁੱਲੇ ਦੀਆਂ ਵਾਰਾ ਗਾਉਂਦੇ ਨੇ ਉਹ ਤਾਂ ਬੱਗੇ ਸ਼ੇਰ ਦਾ ਪੁੱਤਰ ਦੱਸਦੇ ਨੇ ਦੁੱਲੇ ਦੇ ਬੰਦਿਆਂ ਅਕਬਰ ਦੀਆਂ ਫੌਜਾਂ ਨੂੰ ਪਾਜਣਾ ਪਾਛੜਨੀ ਸਣਾ ਪਤਾ ਨਹੀਂ ਸਾਚੇ ਇੱਕ ਗਾਪ ਪਨੇ ਨੀਰੇ ਇਹਨਾਂ ਸਿੱਖਾਂ ਨੂੰ ਅੱਲਾ ਦੀ ਬਾਗ ਵਰਗਣੀਏ ਵੇਖਦਾ ਜਾਈ ਦੁੱਲੇ ਨੂੰ ਸੂਲੀ ਚੜਿਆ ਨਹੀਂ ਚਾੜਿਆ ਨਹੀਂ ਸੀ ਇਹਨਾਂ ਨਾਲ ਵੀ ਐਵੇਂ ਹੋਣੀਏ ਦਿੱਲੀ ਨੂੰ ਜਿਹੜਾ ਸਾਰ ਲੈਣਦੇ ਫਿਰ ਵੇਖੀ ਕਿਵੇਂ ਝਾਂਡ ਲੱਥ ਦੀਏ ਝਾਂਡ ਕੀ ਲੱਥਣੀਏ ਦਿੱਲੀ ਤਾਂ ਆਪ ਖੂਨੋ ਖੂਨੋ ਹੀ ਪੀຊੂ ਪਹਿਲਾ ਉਹਨਾਂ ਦਾ ਪਹਿਲਾ ਉਹਨਾਂ ਕੀ ਨਾ ਫਰੁਕਸੀਰ ਉਹਨੂੰ ਅੰਚਾ ਨਾ ਕੀਤਾ ਤੇ ਫਿਰ ਤਾਂ ਫਿਰ ਕਤਲ ਕਰ ਦਿੱਤਾ ਫਿਰ ਤਾਂ ਭਰਾਵਾਂ ਹੱਥੋਂ ਭਰਾ ਮਰਦੇ ਪਏ ਨੇ ਮੁਗਲਾਂ ਦੀ ਮਾਤੀ ਮਾਰੀ ਸੁ ਨਾਦਰ ਸ਼ਾਹ ਆਉਂਦਾ ਸੀ ਮਾਰੂ ਮਾਰ ਕਰਦਾ ਸੀ ਇੰਨਾ ਕਾਫਰਾਂ ਨੇ ਉਹਦੇ ਨੱਕ 'ਚ ਵੀ ਦਮ ਕਰ ਛੱਡਿਆ ਹੁਣ ਹਿੰਦਿਆਨ ਨੂੰ ਲੁੱਟਦਾ ਸੀ ਉਹ ਉਹ ਹਿੰਦਿਆਨ ਨੂੰ ਲੁੱਟਦਾ ਸੀ ਤੇ ਇਹ ਸਿੱਖਰੇ ਨਾਦਰ ਸ਼ਾਹ ਨੂੰ ਲੁੱਟਣ ਪਏ ਜਾਂਦੇ ਸਨ ਇਸੇ ਗੱਲ ਨੂੰ ਤਾਂ ਭਰਾਵਾ ਆਖਦੇ ਨੇ ਚੋਰਾ ਨੂੰ ਮੋਰ ਕਹਿਣ ਵੜਾਸਿਆ ਇਹ ਹਸ ਸੰਦੇ ਗੱਲ ਨਹੀਂ ਪਈ ਜਾਣਾ ਇਹ ਤਾਂ ਧੁਆਈਆਂ ਪੌਣ ਦੀ ਗੱਲ ਐ ਸਿੱਖਾਂ ਦੇ ਲੁੱਟ ਦਾ ਮਾਲ ਦਾ ਚਸਪਾ ਚਸਕਾ ਪੈ ਗਿਆ ਐ ਤੇ ਇਹ ਬੜੀ ਮਾੜੀ ਗੱਲ ਚੇ ਸਿੱਖ ਮੁਸਲਮਾਨਾਂ ਲਈ ਹਵਾ ਬਣ ਗਏ ਸਨ ਨਾਦਰ ਸ਼ਾਹ ਵੱਡੇ ਧਾੜ ਵੀ ਅਤੇ ਉਹਨਾਂ ਦੇ ਜਨੂਨ ਅਤੇ ਦਲੇਰੀ ਤੋਂ ਹਾਰਨ ਸਨ ਜਦ ਨਾਦਰ ਸ਼ਾਹ ਨੂੰ ਸਿੱਖਾਂ ਦੇ ਭੇਤੀਆਂ ਨੇ ਇਹਨਾਂ ਬਾਰੇ ਜਾਣ ਕਰ ਦਿੱਤੀ ਤਾਂ ਉਸਨੇ ਆਖਿਆ ਸੀ ਅਜੀ ਕੌਮ ਬੂਏ ਬਾਦਸ਼ਾਹੀ ਮੈਂ ਆਇਦ ਇਸ ਕੌਮ ਕੋਲੋਂ ਬਾਦਸ਼ਾਹੀ ਦੀ ਬੂਹ ਆਉਂਦੀ ਹੈ ਸਿੱਖਾਂ ਦੀ ਬਹਾਦਰੀ ਅਤੇ ਇਮਤਿਹਾਨ ਤਾਂ ਅਜੇ ਬੜੇ ਬਾਕੀ ਸਨ ਹਰੀ ਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੀ ਮੱਸੀ ਰੰਗੜ ਦਾ ਮਹਿਤਾਬ ਸਿੰਘ ਅਤੇ ਸੁਖਾ ਸਿੰਘ ਨੇ ਸਿਰ ਲਾਇਆ ਭਾਈ ਤਾਰੂ ਸਿੰਘ ਨੂੰ ਖੋਪਰੀ ਲਾ ਕੇ ਸ਼ਹੀਦ ਕੀਤਾ ਗਿਆ ਹਜ਼ਰਤ ਮੁਹੰਮਦ ਦੀ ਬੇਅਦਬੀ ਦਾ ਬਹਾਨਾ ਬਣਾ ਕੇ ਹਕੀਕਤ ਰਾਏ ਨੂੰ ਕਤਲ ਕੀਤਾ ਗਿਆ ਜੁਲਾਈ 1745 ਨੂੰ ਜਕਰੀਏ ਖਾਨ ਦੀ ਮੌਤ ਹੋ ਗਈ। ਉਸ ਦੇ ਤਿੰਨ ਪੁੱਤਰਾਂ ਵਿਚ ਨਵਾਬੀ ਨੂੰ ਲੈ ਕੇ ਝਗੜਾ ਹੋਇਆ। ਪੰਜਾਬ ਦੇ ਹਾਲਾਤ ਵੇਖ ਕੇ ਨਵਾਬ ਕਪੂਰ ਸਿੰਘ ਨੇ ਆਪਣੇ ਜੱਥੇ ਤੋਂ ਇਲਾਵਾ 24 ਹੋਰ ਜੱਥੇਦਾਰ ਨਿਯੁਕਤ ਕਰ ਦਿੱਤੇ। ਇਸ ਸਮੇਂ ਯਹੀਆ ਖਾਨ ਲਾਹੌਰ ਦਾ ਹਕਮ ਬਣਿਆ ਅਤੇ ਸਿੱਖਾਂ ਦਾ ਕੱਟੜ ਵੈਰੀ ਲਖਪਤ ਰਾਏ ਉਸ ਦਾ ਦੀਵਾਨ ਬਣਿਆ। ਐਮਨਾਬਾਦ ਵਿੱਚ ਲਖਪਤ ਰਾਏ ਦਾ ਭਰਾ ਜਸਪਤ ਰਾਏ ਫੌਜਦਾਰ ਸੀ। ਸਿੱਖਾਂ ਨਾਲ ਇੱਕ ਝੜਪ ਚੁ ਮਾਰਿਆ ਗਿਆ ਲਖਪਤ ਰਾਏ ਨੇ ਪਾਨ ਦਾ ਬੀੜਾ ਚੁੱਕੇ ਸੌ ਖਾਧੀ ਸਿੱਖੀ ਇੱਕ ਖਤਰੀ ਨੇ ਸ਼ੁਰੂ ਕੀਤੀ ਸੀ ਭਗਤ ਗੁਰਨਾਨ ਦੇਵ ਜੀ ਨੇ ਹੁਣ ਇੱਕ ਖਤਰੀ ਹੀ ਇਸ ਦਾ ਨਾਸ ਕਰੇਗਾ ਉਸ ਨੇ ਐਲਾਨ ਕਰ ਦਿੱਤਾ ਜਿੱਥੇ ਵੀ ਕਿਦਰ ਸਿੱਖ ਦਿਸਦਾ ਹੈ ਉਸ ਦਾ ਉਸ ਨੂੰ ਫੌਰਨ ਕੈਦ ਕਰ ਲਿਆ ਜਾਵੇ ਹੁਕਮ ਦੀ ਸ਼ਕਤੀ ਨਾਲ ਤਮੀਲ ਹੋਵੇ ਹੁਕਮ ਮਿਲਦਾ ਹੈ ਯਹੀਆ ਖਾਨ ਦੇ ਸਿਪਾਹੀ ਸਿੱਖਾਂ ਨੇ ਸ਼ਿਕਾਰ ਹੁਕਮ ਮਿਲਦਿਆਂ ਹੈ ਯਹੀਆ ਖਾਨ ਦੇ ਸਿਪਾਹੀ ਸਿੱਖਾਂ ਦੇ ਸ਼ਿਕਾਰ ਲਈ ਨਿਕਲ ਪਏ ਭਾਗ 2 ਲਖਪਤ ਰਾਏ ਦੇ ਜ਼ੁਲਮ ਕੋੜਾ ਮਲ ਅਤੇ ਮੀਰ ਮੰਨੂ ਦੀ ਦਲੇਰੀ ਲਖਪਤ ਰਾਏ ਸਿੱਖ ਧਰਮ ਦਾ ਜਾਣੋ ਸੀ ਉਸਨੇ ਗੁਰ ਸ਼ਬਦ ਕਹਿਣ ਲਈ ਸਿੱਖ ਉਸਨੇ ਗੁਰ ਸ਼ਬਦ ਕਹਿਣ ਉੱਪਰ ਪਾਬੰਦੀ ਲਾ ਦਿੱਤੀ ਉਸਨੇ ਤਰਕ ਦਿੰਦਾ ਤੰਜ ਨਾਲ ਕਿਹਾ ਗੁਰ ਕਹੇ ਤੋਂ ਗੁਰੂ ਚੇਤੀ ਆਉਂਦਾ ਹੈ ਫਿਰ ਗੁਰੂ ਸਿੱਖ ਚੇਤੇ ਕਰਕੇ ਜਜਬਾ ਭੜਕਦਾ ਹੈ ਗੁਰੂ ਨੂੰ ਰੋੜੀ ਜਾਂ ਭੇਲੀ ਕਹੋ ਗ੍ਰੰਥ ਕਹਿਣ ਦੇ ਰੋਕ ਲਾ ਦਿੱਤੀ ਗ੍ਰੰਥੀ ਨੂੰ ਪੋਥੀ ਕਹੋ ਅੰਮ੍ਰਿਤ ਸਰੋਵਰ ਮਿੱਟੀ ਨਾਲ ਪੂਰ ਦਿੱਤਾ ਗਿਆ ਦੀਮਾਨ ਕੋੜਾ ਮੰਦਲ ਨੇ ਪਤਮੰਤੇ ਹਿੰਦੂਆਂ ਨੂੰ ਨਾਲ ਲੈ ਕੇ ਲਖਪਤ ਰਾਏ ਨੂੰ ਸਿੱਖਾਂ ਉੱਪਰ ਜ਼ੁਲਮ ਨਾ ਕਰਨ ਦੀ ਬੇਨਤੀ ਕੀਤੀ ਲਖਪਤ ਅੱਗੇ ਲੋਹਾ ਲੱਖ ਹੋ ਕੇ ਹੰਕਾਰ ਨਾਲ ਬੋਲਿਆ ਰੱਬ ਵੀ ਔਖੇ ਰੱਬ ਵੀ ਆਣ ਕੇ ਆਖੇ ਤਾਂ ਮੈਂ ਨਹੀਂ ਹਟਾਂਗਾ ਖਾ ਦਾ ਬੀਜ ਨਾਸ ਕਰ ਦੇਵਾਂਗਾ ਲਖਪਤ ਰਾਏ ਨੇ ਅਚਾਨਕ ਅੰਮ੍ਰਿਤਸਰ ਉਪਰ ਹਮਲਾ ਕਰ ਦਿੱਤਾ ਸਿੱਖ ਨਾ ਸੰਭਲ ਸਕੇ ਜੋ ਹਥਿਆਰ ਹੱਥ ਆਇਆ ਲੈ ਕੇ ਕਾਹਨੂਵਾਲ ਸ਼ੰਭਵਾਲੇ ਦੋੜੇ ਲਖਪਤ ਰਾਏ ਨੇ ਜੰਗਲ ਕਟਵਾਉਣੇ ਸ਼ੁਰੂ ਕਰ ਦਿੱਤੇ ਸੰਗਾਹਾਰ ਨਾ ਮੰਨੀ ਲੜਦੇ ਅੜਦੇ ਬਨਸੌਲੀ ਦੀਆਂ ਪਹਾੜੀਆਂ ਵੱਲ ਜਾ ਰੁਕੇ ਇੱਥੇ ਜਹੀਆਂ ਖਾ ਦਾ ਹੁਕਮ ਪਹਿਲਾਂ ਹੀ ਪਹੁੰਚ ਚੁੱਕਾ ਸੀ ਸਿੱਖਾਂ ਦਾ ਗੋਲੀਆਂ ਤੇ ਹਮਲਾ ਤਲਵਾਰਾਂ ਨਾਲ ਸਵਾਗਤ ਹੋਇਆ ਜਿੱਧਰ ਜਾਣ ਰਾਵੀ ਰਾਵੀ ਦਾ ਵਹਾ ਤੇ ਸੀ ਪਿੱਛੇ ਲਖਪਤ ਦੀਆਂ ਜੋ ਫੌਜਾਂ ਜੂਨ ਦਾ ਮਹੀਨਾ ਤਪਦੀ ਦੁਪਹਿਰ ਅੱਗ ਵਾਂਗ ਤਪਦੀ ਰੇਤ ਨੇ ਪੈਰ ਵਿੱਚਾਂ ਛਲੇ ਪਾ ਦਿੱਤੇ ਜਾਨਾਂ ਬਚਾ ਕੇ ਬਿਆਸ ਦਰਿਆ ਤੱਕ ਪੁੱਜਣਾ ਔਖਾ ਪੈਣਾ ਸੀ ਜਿਵੇਂ ਕਿਵੇਂ ਦਰਿਆ ਪਾਰ ਕਰ ਲਿਆ ਭੁੱਖੇ ਪਿਆਸੇ ਟਾਲਾ ਦੇ ਤਵੇ ਬਣਾ ਕੇ ਗਰਮ ਰੇਤ ਦੇ ਉੱਪਰ ਰੱਖ ਕੇ ਰੋਟੀਆਂ ਪਕਾਉਣ ਲੱਗੇ ਅਚਾਨਕ ਪਠਾਣਾ ਨੇ ਹਮਲਾ ਕਰ ਦਿੱਤਾ ਪਿਛੇ ਲਖਪਤ ਵੀ ਲੱਗਵਾਇਆ ਸੀ ਕੱਚਾ ਪੱਕਾ ਆਟਾ ਸਮੇਟ ਕੇ ਸਿੰਘ ਸੁਲਤਾਨ ਸਤਲੁਜ ਪਾਰ ਕਰਨ ਲਈ ਅਲੀਵਾਲ ਆਲੀਵਾਲ ਪੁੱਜੇ ਬੇਸ਼ੁਮਾਰ ਸਿੱਖ ਮਾਰੇ ਗਏ ਪਿਛੇ ਲਾਹੌਰ ਵਿੱਚ ਗੜਬੜ ਸੁਣ ਕੇ ਲਖਪਤ ਮੁੜ ਗਿਆ ਯਾਹੀਆ ਖਾਨ ਆਪਣੇ ਪਰਾਸ਼ਾਹ ਸ਼ਾਹ ਨਵਾਜ਼ ਨਾਲ ਉਲਝ ਗਿਆ ਸ਼ਾਹ ਨਵਾਜ਼ ਜਲੰਧਰ ਦਾ ਵਾਪਸੀ ਇੱਕ ਹਮਲੇ ਵਿੱਚ ਯਾਹੀਆ ਖਾਨ ਨੂੰ ਕੈਦ ਕਰ ਲਿਆ ਗਿਆ ਉਹ ਕੈਦ ਵਿੱਚ ਫਰਾਰ ਹੋ ਕੇ ਦਿੱਲੀ ਚਲਾ ਗਿਆ ਸ਼ਾਹ ਨਵਾਜ਼ ਨੇ ਲਾਹੌਰ ਦੀ ਨਵਾਬੀ ਸਾਹਮ ਲਈ ਕੋੜਾ ਮਲ ਨੂੰ ਦੀਵਾਨ ਬਣਾ ਲਿਆ ਗਿਆ ਇਸ ਸਮੇਂ ਦੌਰਾਨ ਸਿੱਖਾਂ ਫਿਰ ਪੈ ਸਿੱਖ ਫਿਰ ਪੈਰਸੇਰ ਹੋ ਗਏ ਪਹਾੜਾਂ ਦੀਆਂ ਸ਼ੰਭਾਂ ਵਿੱਚੋਂ ਬਾਹਰ ਨਿਕਲੇ ਤਰਨਾ ਦਲ ਅਤੇ ਬੁੱਢਾ ਦਲ ਫਿਰ ਸਰਗਰਮ ਹੋ ਗਏ ਲਖਪਤ ਰਾਏ ਨੂੰ ਸ਼ਾਹ ਨਵਾਜ਼ ਨੇ ਕੈਦ ਕਰ ਲਿਆ ਸਿੱਖ ਅੰਮ੍ਰਿਤਸਰ ਦਿਵਾਲੀ ਮਨਣ ਲਈ ਵਹੀਰਾ ਕੱਟ ਕੇ ਆਏ ਮੌਕਾ ਵੇਖ ਕੇ ਜੱਸਾ ਸਿੰਘ ਨੇ ਅੰਮ੍ਰਿਤਸਰ ਰਾਮ ਰੌਣੀ ਕੱਚ ਗੜੀ ਬਣਾਈ ਫਿਰ ਪੱਕੀ ਬਣ ਗਈ ਅਤੇ ਇਸ ਦਾ ਨਾਮ ਰਾਮਗੜ੍ਹ ਪੈ ਗਿਆ ਸਿੱਖ ਜੱਸਾ ਸਿੰਘ ਨੂੰ ਜੱਸਾ ਸਿੰਘ ਰਾਮਗੜੀਇ ਕਹਿਣ ਲੱਗ ਪਏ ਇਹ 1748-49 ਦਾ ਸਮਾਂ ਸੀ ਅਫਗਾਨਾਂ ਦੇ ਹਮਲਿਆਂ ਤੋਂ ਸਿੱਖ ਕੁਝ ਸੁਰਖਰੂ ਹੋਏ ਪਰ ਬੇਫਿਕਰੀ ਦਿਨ ਬਹੁਤ ਹੀ ਡਰਨਾ ਰਹੇ ਸ਼ਾਹ ਨਵਾਜ਼ ਨੇ ਖੁਦ ਨੂੰ ਅਹਿਮਦ ਸ਼ਾ ਅਬਦਾਲੀ ਨੂੰ ਹਿੰਦੂ ਉੱਪਰ ਚੜਾਈ ਕਰਨ ਦੀ ਦਾਵਤ ਦਿੱਤੀ ਅਬਦਾਲੀ ਦੇ ਕੁਝ ਆਪਣੇ ਵੀ ਕਾਰਨ ਸਨ ਅਮਨ ਚਾਂ ਦੇ ਦਿਨਾਂ ਵਿੱਚ ਵੱਡੀ ਗਿਣਤੀ ਦੀ ਫੌਜ ਨੂੰ ਸਾਹਮਣਾ ਬੜਾ ਔਖਾ ਸੀ ਵੇਖਦਾ ਦਿਮਾਗ ਸ਼ਾਹੀਸ਼ਾਂ ਤੇ ਬਗਾਵਤਾਂ ਬਾਰੇ ਹੀ ਸੋਚਦਾ ਹੈ ਹਮਲਿਆਂ ਵਿੱਚ ਰੁੱਝੇ ਰਹਿਣਾ ਤਾਂ ਸੈਨਿਕਾਂ ਨੂੰ ਕਾਫੀ ਜਿੰਦਾ ਰਹਿਣ ਦਾ ਫਿਕਰ ਹੁੰਦਾ ਹੈ ਹਮਲਿਆਂ ਵਿੱਚ ਰੁੱਝੇ ਰਹਿਣਾ ਤਾਂ ਸੈਨਿਕਾਂ ਨੂੰ ਸਿਰਫ ਜਿੰਦਾ ਜਿੰਦਾ ਰਹਿਣ ਦਾ ਹੁਕਮ ਫਿਕਰ ਹੁੰਦਾ ਹੈ ਜੇ ਹਾਰੀ ਧਿਰ ਦਾ ਖਜ਼ਾਨਾ ਹੱਥ ਆ ਜਾਵੇ ਤਾਂ ਤਨਖਾਹਾਂ ਭੁਗਤਾਈਆਂ ਜਾ ਸਕਦੀਆਂ ਹਨ ਸਿਪਾਹੀਆਂ ਨੂੰ ਲੁੱਟਮਾਰ ਦਾ ਲਾਲਚ ਹੁੰਦਾ ਹੈ ਜੰਗ ਸਮੇਂ ਸਿਪਾਹੀ ਫੌਜ ਦੇ ਕਾਇਦੇ ਕਾਨੂੰਨ ਵਿੱਚ ਬੱਝੇ ਰਹਿੰਦੇ ਹਨ ਸ਼ਾਹ ਨਵਾਜ ਦਾ ਸੱਜਾ ਬਹਾਨਾ ਸਦਾ ਬਹਾਨਾ ਸ਼ਾਹ ਨਵਾਜ ਦਾ ਸਦਾ ਬਹਾਨਾ ਬਣ ਗਿਆ ਅਬਦਾਲੀ ਤੂਫਾਨ ਆਵਾਂਗੇ ਹਿੰਦੁਸਤਾਨ ਦੇ ਚੜਾਈ ਚੜਾਈ ਚੜ੍ਹ ਕੇ ਚੜਾਈ ਕਰਨ ਆ ਗਿਆ ਉਸ ਦੇ ਲਗਾਤਾਰ ਹਮਲਿਆਂ ਨੇ ਹਿੰਦ ਵਿੱਚੋਂ ਮੁਗਲ ਹਕੂਮਤਾਂ ਜੜਾਂ ਪੁੱਟ ਦਿੱਤੀਆਂ ਜਨਵਰੀ 1748 ਨੂੰ ਨਾਦਰ ਸ਼ਾਹ ਨੇ ਸ਼ਾਹ ਨਵਾਜ਼ ਨੂੰ ਹਰਾ ਕੇ ਲਾਹੌਰ ਉੱਪਰ ਕਬਜ਼ਾ ਕਰ ਲਿਆ। ਸ਼ਾਹ ਨਵਾਜ਼ ਦੇ ਅਧੀਨ ਬਿਗ ਸ਼ਾਹੀ ਖਜ਼ਾਨਾ ਸਾਮ ਕੇ ਦਿੱਲੀ ਵੱਲ ਹਰਨ ਹੋ ਗਏ। ਅਫਦਾਲੀ ਨੇ ਅਫਦਾਲੀ ਨੇ ਕਸੂਰ ਦੇ ਜਮਾਲ ਖਾਨ ਨੂੰ ਗਵਰਨਰ ਮੋਮਨ ਖਾਨ ਨੂੰ ਸਹਾਇਕ ਅਤੇ ਲਖਪਤ ਖਾਨ ਲਖਪਤ ਰਾਏ ਨੂੰ ਦਿਵਾਨ ਥਾਪ ਕੇ ਖੁਦ ਸ਼ਾਹ ਨਵਾਜ਼ ਦਾ ਪਿੱਛਾ ਕਰਨ ਨ ਦਿੱਲੀ ਵੱਲ ਅਗੇ ਵਧਿਆ। ਸਰਹੰਦ ਦੇ ਲਾਗੇ ਮੰਨੂਪੁਰ ਦੇ ਸਥਾਨ ਉਤੇ ਕਮਰਦੀਨ 70000 ਫੌਜ ਲੈ ਕੇ ਟੱਕਰੇ ਲਈ ਡਟ ਗਿਆ ਜੰਗ ਵਿੱਚ ਕਮਰਦੀਨ ਗੋਲਾ ਲੱਗਣ ਕਰਨ ਮਾਰਿਆ ਗਿਆ ਉਸ ਦੇ ਪੁੱਤਰ ਮੀਰ ਮਿਊਨ ਮਲਕ ਨੇ ਅਬਦਾਲੀ ਨੂੰ ਚੰਗਿਆ ਹਥਵਖਾਏ ਮੀਰ ਮਿਊਨ ਦੀ ਬਹਾਦਰੀ ਵੇਖ ਕੇ ਦਿੱਲੀ ਦਰਬਾਰ ਨੇ ਉਸ ਨੂੰ ਲਾਹੌਰ ਅਤੇ ਮਲਤਾਨ ਦਾ ਗਵਰਨਰ ਬਣਾ ਦਿੱਤਾ ਇਤਿਹਾਸ ਵਿੱਚ ਮੀਰ ਵਿਊਨ ਨੂੰ ਮੀਰ ਮੰਨੂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਹਾਰ ਖਾ ਕੇ ਮੁੜ ਰਹੀਆਂ ਅਬਦਾਲੀ ਦੀਆਂ ਫੌਜਾਂ ਨੂੰ ਸ਼ੁਕਰ ਚੱਕੀਆ ਚੜਤ ਸਿੰਘ ਦੇ ਸਿਪਾਹੀ ਨੇ ਲੁੱਟਿਆ ਅਤੇ ਸਿੰਧ ਦਰਿਆ ਤੱਕ ਪਿੱਛਾ ਕਰਕੇ ਭਜਣਾ ਪਾਈਆਂ ਨੋਟ 1747 ਵਿੱਚ ਗਲ ਜਈਆ ਨੇ ਸੁੱਤੇ ਪਏ ਨਦਰਸ਼ਾ ਨੂੰ ਕਤਲ ਕਰ ਦਿੱਤਾ ਸੀ ਅਹਿਮਦ ਅਹਿਮਦ ਸ਼ਾਹ ਅਬਦਾਲੀ ਨੇ ਰਾਜ ਸੰਭਾਲ ਲਿਆ ਅਤੇ ਮੌਕਾ ਵੀ ਹਾਰ ਖਾ ਕੇ ਮੁੜ ਰਹੀਆਂ ਅਬਦਾਲੀ ਦੀਆਂ ਫੌਜਾਂ ਨੂੰ ਸ਼ੁਕਰ ਚੱਕੇ ਚੜਤ ਸਿੰਘ ਦੇ ਸਿਪਾਹੀਆਂ ਲੁੱਟਿਆ ਤੇ ਸਿੰਧ ਦਰਿਆ ਤੱਕ ਪਿੱਛੜਾ ਪਿੱਛਾ ਕਰਕੇ ਭੱਜਣਾ ਪਾ ਰਖੀਆਂ ਇਸ ਵੇਲੇ ਸਿੰਘਾਂ ਵਿੱਚ ਵੀ ਆਪਾ ਤਾਪੀ ਪਈ ਹੋਈ ਸੀ ਹੋਰ ਕੋਈ ਚੌਧਰੀ ਆਪਣਾ ਜਥਾ ਬਣਾ ਕੇ ਜਥੇਦਾਰ ਬਣਿਆ ਹਰ ਕੋਈ ਚੌਧਰੀ ਆਪਣਾ ਜਥਾ ਬਣਾ ਕੇ ਜਥੇਦਾਰ ਬਣਿਆ ਫਿਰਦਾ ਸੀ ਅਜਿਹੇ ਜਥਿਆਂ ਦੀ ਗਿਣਤੀ 65 ਤੱਕ ਪਹੁੰਚ ਗਈ ਸੀ ਵਿਸਾਖੀ ਦੇ ਵਿਸਾਖੀ ਦੇ ਮੌਕੇ ਸਿੰਘ ਅੰਮ੍ਰਿਤਸਰ ਜੁੜੇ ਤਾਂ ਨਵਾਬ ਕਪੂਰ ਸਿੰਘ ਨੇ ਸਰਬਤ ਖਾਲਸੇ ਦਾ ਇਕ ਇਕੱਠ ਕਰਨ ਲਈ ਸੰਦੇਸ਼ ਭੇਜੇ ਸਰਬਤ ਖਾਲਸਾ ਵਿੱਚ ਫੈਸਲਾ ਹੋਇਆ ਤਰ੍ਹਾਂ ਅਤੇ ਸਿਆਸਤ ਦੇ ਫੈਸਲੇ ਕਰਨ ਲਈ ਇੱਕ ਹੀ ਆਗੂ ਹੋਣਾ ਚਾਹੀਦਾ ਹੈ ਜਿਸ ਦੀ ਗੱਲ ਸਾਰੇ ਸਿੱਖ ਮੰਨਣ ਦਾਲ ਖਾਲਸਾ ਸਮੁੱਚੇ ਸਿੱਖਾਂ ਦਾ ਸਾਂਝਾ ਰਾਜ ਹੋਵੇਗਾ ਤੇ ਇਸ ਨੂੰ 12 ਜਥੇਆਬਚ ਵੰਡ ਦਿੱਤਾ ਗਿਆ। ਏਹੀ ਜਿੱਥੇ ਮਿਸਲਾ ਕਿਹਾ ਲਾਇ। ਇਸੇ ਮਹੀਨੇ ਹੀ ਮੀਰ ਮੰਨੂ ਲਾਹੌਰ ਦੇ ਮਲਤਾਨ ਦਾ ਗਵਰਨਰ ਬਣਿਆ ਸੀ। ਦੀਵਾਨ ਕੋੜਾ ਮਲ ਬਣਿਆ ਕੋੜਾ ਮਲ ਸਿੱਖਾਂ ਦਾ ਖੈਰਵਾ ਖੈਰ ਖਵਾ ਸੀ ਉਹ ਮੀਰ ਮਨੂ ਨੇ ਸਿੱਖਾਂ ਉੱਪਰ ਜ਼ੁਲਮ ਕਰਨ ਦਾ ਰੋਗਦਾ ਸੀ ਸਿੱਖ ਉਸ ਨੂੰ ਮਾਣ ਨਾਲ ਮਿੱਠਾ ਮਾਲਾਖਣ ਲੱਗੇ ਕੋੜਾ ਮਲ ਨੇ ਸਿੱਖਾਂ ਦੀ ਮੰਗ ਤੇ ਲਖਪਤ ਰਾਏ ਨੂੰ ਸਿੱਖਾਂ ਦੇ ਹਗਵਾਲੇ ਕਰ ਦਿੱਤਾ ਹਰ ਸਿੱਖ ਨੇ ਉਸ ਉੱਪਰ ਥੁੱਕਿਆ ਤੇ ਇੱਕ ਇੱਕ ਜੁੱਤੀ ਮਾਰੀ ਉਹ ਇੰਨਾ અપਮਾਨ ਸਹਿ ਨਾ ਸਕਿਆ ਦੁੱਖ ਨਾਲ ਹੀ ਮਰ ਗਿਆ ਮੀਰ ਮੰਨੂ ਨੇ ਆਪਣੀ ਸਥਿਤੀ ਮਜ਼ਬੂਤ ਵੇਖ ਕੇ ਜਲੰਧਰ ਦੁਆਬੇ ਅਤੇ ਨਵਾਬ ਅਦੀਨਾ ਬੇਗ ਨੂੰ ਸਿੱਖਾਂ ਵਿਰੁੱਧ ਸਖਤੀ ਕਰਨ ਦਾ ਹੁਕਮ ਦਿੱਤਾ ਕੋੜਾ ਮਲ ਇਸ ਸਮੇਂ ਮੁਲਤਾਨ ਵਿੱਚ ਸੀ ਅਦੀਨਾ ਬੇਗ ਵੀ ਸਿੱਖਾਂ ਨਾਲ ਵਿਗੜਨਾ ਨਹੀਂ ਸੀ ਚਾਹੁੰਦਾ ਉਸਨੇ ਅਹਲੂਵਾਲੀਆ ਮਿਸਲ ਦੇ ਜੱਸਾ ਸਿੰਘ ਨੂੰ ਮੂ ਮੁਲਾਕਾਤ ਲਈ ਸੰਦਾ ਭੇਜਿਆ ਜਦੋਂ ਮੁਲਾਕਾਤ ਹੋਈ ਅਦੀਨਾ ਬੇਗ ਨੇ ਕਿਹਾ ਜੇ ਸਿੱਖ ਮੇਰੇ ਨਾਲ ਮਿਲ ਕੇ ਰਾਜ ਕਰਨ ਤਾਂ ਦਿੱਲੀ ਅਤੇ ਲਾਹੌਰ ਦੀ ਸਹਿਮਤੀ ਨਾਲ ਇੱਕ ਵੱਖ ਇਲਾਕਾ ਦਵਾ ਦਿੰਦੇ ਹਾਂ ਜੱਸਾ ਸਿੰਘ ਨੇ ਜਵਾਬ ਦਿੱਤਾ ਸਿੱਖ ਉਸੇ ਤਰ੍ਹਾਂ ਹੀ ਤਲਵਾਰ ਨਾਲ ਰਾਜ ਹਾਸਲ ਕਰਨਗੇ ਜਿਸ ਤਰ੍ਹਾਂ ਮੁਗਲਾਂ ਨੇ ਹਾਸਲ ਕੀਤਾ ਸੀ। ਅਦੀਨਾ ਬੇਗ ਨੇ ਇੱਕ ਹੋਰ ਦਾ ਖੇਡਿਆ। ਜੱਸਾ ਸਿੰਘ ਰਾਮਗੜੀਆ ਸਿੱਖ ਪੰਥ ਨਾਲ ਕੁਝ ਨਾਰਾਜ਼ ਸੀ। ਉਸਨੇ ਅਫਵਾਸ ਲਾ ਦਿੱਤੀ ਸੀ। ਜੱਸਾ ਸਿੰਘ ਰਾਮਗੜੀਆ ਨੇ ਨਵ ਜਮੀ ਬੱਚੀ ਨੂੰ ਮਾਰ ਦਿੱਤਾ ਹੈ। ਇਸ ਕਾਰਨ ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਉਸਨੇ ਅਦੀਨਾ ਬੇਗ ਨਾਲ ਸੰਧੀ ਕਰ ਲਈ। ਜੱਸਾ ਸਿੰਘ ਨੇ ਅਦੀਨਾ ਬੇਗ ਨਾਲ ਮਿਲ ਕੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ। ਰਾਮ ਰੌਣੀ ਨੂੰ ਘੇਰ ਲਿਆ ਤਿੰਨ ਮਹੀਨੇ ਘੇਰਾ ਪਿਆ ਰਹਾ ਅਣਗਿਣਤ ਸਿੰਘ ਸ਼ਹੀਦ ਹੋ ਗਏ ਕੁਝ ਸਿੰਘਾਂ ਵੱਲੋਂ ਜੱਸਾ ਸਿੰਘ ਨੂੰ ਮੇਹਣੇ ਮਾਰੇ ਗਏ ਲਾਂਤਾਂ ਪਾਈਆਂ ਗਈਆਂ ਉਸ ਦੇ ਸਿੱਖ ਪਰਜਕਾਰੇ ਛੜ ਦੇ ਕੱਚੀ ਗੜੀ ਵਿੱਚ ਛੇਦੀਆਂ ਪਾਰ ਰਹੇ ਸਨ ਇੱਕ ਰਾਤ ਮੌਕਾ ਪਾ ਕੇ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਗਲੀ ਵਿੱਚ ਜਾ ਵੜਿਆ ਅਦੀਨਾ ਬੇਕਬਰ ਆ ਗਿਆ ਉਧਰ ਅਫਦਾਲੀ ਫਿਰ ਹਿੰਦੂ ਹਿੰਦ ਉੱਪਰ ਕੰਮ ਹਮਲਾ ਕਰ ਲਈ ਚੱਲ ਪਿਆ ਸੀ ਮੀਰ ਮੰਨੂ ਘਬਰ ਆ ਗਿਆ ਦੀਵਾਨ ਕੋੜਾ ਮਾਨ ਨੇ ਜੱਸਾ ਸਿੰਘ ਨੂੰ ਮਦਦ ਲਈ ਕਿਹਾ ਜੱਸਾ ਸਿੰਘ ਨੇ ਰਾਮ ਰੋੜੀ ਗੜੀ ਨੂੰ ਪੱਕਾ ਕਰਨ ਦੀ ਸ਼ਰਤ ਰੱਖੀ ਮੀਰ ਮੰਨੂ ਨੇ 2 ਸਾਲ ਤੋਂ ਅਬਦਾਲੀ ਨੂੰ ਮਾਲੀਏ ਦੀ ਰਕਮ ਨਹੀਂ ਸੀ ਭੇਜੀ ਉਸ ਨੂੰ ਆਸ ਸੀ ਦਿੱਲੀ ਦੇ ਹਾਕਮ ਉਸ ਦੀ ਸਹਾਇਤਾ ਕਰਨਗੇ ਪਰ ਦਿੱਲੀ ਦੇ ਹਾਕਮ ਮੀਰ ਮੰਨੂ ਦੀ ਬਾਦੀ ਤਾਕਤੋਂ ਪਰੇਸ਼ਾਰ ਸਨ ਮੀਰ ਮੰਨੂ ਦੀ ਹਰਕੜ ਵੇਖ ਕੇ ਅਬਦਾਲੀ ਪੂਰੇ ਗੁੱਸੇ ਨਾਲ ਲਾਹੌਰ ਵੱਲ ਵਧਿਆ ਅਤੇ ਵਜੀਰਾਬਾਦ ਲੱਗ ਗਿਆ ਕਿ ਤੰਬੂ ਗੜ ਦਿੱਤੇ ਮੀਰ ਮਨੂ ਨੇ 9 ਲੱਖ ਰੁਪਏ ਭੇਜੇ ਤੇ ਬਾਕੀ ਦੀ ਰਕਮ ਛੇਤੀ ਭੇਜਣ ਦਾ ਵਾਅਦਾ ਕੀਤਾ ਅਬਦਾਲੀ ਪੂਰੀ ਤਿਆਰੀ ਕਰਕੇ ਆਇਆ ਸੀ ਉਸਨੇ ਰੁਪਏ ਵੀ ਰੱਖ ਲਏ ਅਤੇ ਇਰਾਦਾ ਬਣਾ ਬਦਲਿਆ ਉਸ ਦੀਆਂ ਫੌਜਾਂ ਜਿੱਥੇ ਪੜਾ ਕਰਦੀਆਂ ਇਲਾਕਾ ਜਾੜ ਦਿੰਦੀਆਂ ਦੀਵਾਨ ਕੋੜਾ ਮਲ ਸਿੱਧੇ ਹਮਲੇ ਤੋਂ ਡਰਦਾ ਸੀ ਅਤੇ ਗਰਮੀ ਦੇ ਮੌਸਮ ਨੂੰ ਉਡੀਕ ਰਿਹਾ ਸੀ ਸੋਚਦਾ ਸੀ ਅਫਗਾਨੀ ਗਰਮੀ ਨਾਲ ਸਹਾਰਦਿਆਂ ਪੇ ਮੁੜ ਜਾਣਗੇ ਅਬਦਾਲੀ ਵੀ ਪੂਰਾ ਸ਼ਾਤਰ ਸੀ ਉਸਨੇ ਮਾਰਚ 1752 ਨੂੰ ਹੀ ਹਮਲਾ ਕਰ ਦਿੱਤਾ ਮੀਰ ਮੰਨੂ ਹਾਰ ਗਿਆ ਦੀਵਾਨ ਕੋੜਾ ਮਲ ਮਾਰਿਆ ਗਿਆ ਮੀਰ ਮੰਨੂ ਹੌਸਲਾ ਕਰਕੇ ਉਸੇ ਰਾਤ ਅਹਿਮਦ ਅਹਿਮਦ ਸ਼ਾ ਅਬਦਾਲੀ ਦੇ ਪੜਾ ਤੇ ਚਲਿਆ ਗਿਆ ਅਹਿਮਦ ਸ਼ਾ ਉਸ ਦੀ ਜੁਰਤ ਤੇ ਹਾਰ ਰਹਿ ਗਿਆ ਤੋ ਪਹਿਲਾਂ ਹੀ ਇਹਨ ਮੰਨਣ ਆ ਗਿਆ ਹੈ ਉਸਨੇ ਪੁੱਛਿਆ ਉਦੋਂ ਮੇਰਾ ਹਾਕਮ ਹੋਰ ਸੀ ਮੀਰ ਮੰਨੂ ਨੀਵੇਂ ਪਹੁੰਦੇ ਕਿਹਾ ਤੇਰਾ ਹਾਕਮ ਤੇਰੀ ਇਮਦਾਨ ਤੇ ਕਿਉਂ ਨਾ ਆਇਆ ਅਬਦਾਲੀ ਨੇ ਮਿਆਂਗ ਨਾਲ ਪੁੱਛਿਆ ਉਹ ਮੈਨੂੰ ਕਾਫੀ ਤਾਕਤ ਤਾਕਤਵਰ ਸਮਝਦਾ ਸੀ ਉਸ ਨੂੰ ਜੀ ਕੀ ਸੀ ਮੈਂ ਆਪਣੀ ਹਿਫਾਜ਼ਤ ਖੁਦ ਕਰ ਲਵਾਂਗਾ ਸੁਣ ਕੇ ਅਬਦਾਲੀ हसन ਲੱਗਾ ਅਗਰ ਮੈਂ ਤੇਰੇ ਹੱਥ ਆ ਜਾਂਦਾ ਤਾਂ ਤੂੰ ਕਿਸ ਤਰ੍ਹਾਂ ਦਾ ਸਲੂਕ ਕਰਦਾ ਮੇਰੇ ਨਾਲ ਮੈਂ ਤੇਰਾ ਸਿਰ ਕਲਮ ਕਰਕੇ ਦਿੱਲੀ ਦੇ ਹਾਕਮ ਕੋਲ ਪੇਜ ਦਿੰਦਾ ਮੀਰ ਮੰਨੂ ਨੇ ਦਲੇਰੀ ਨਾਲ ਕਿਹਾ ਸੁਬਾਨ ਅੱਲਾਹ ਅਹਿਮਦ ਛਾ ਖੜਕੜਾ ਕੇ ਹੱਸਿਆ ਹੁਣ ਤੂੰ ਮੇਰੇ ਰਹਿਮੋ ਕਰਮ ਉੱਪਰ ਹੈ ਮੇਰੇ ਕੋਲ ਕਿਸ ਤਰ੍ਹਾਂ ਦੇ ਸਲੂਕ ਦੀ ਆਸ ਕਰਦਾ ਹੈ ਮੀਰ ਮੰਨੂ ਉਸੇ ਨਾਜ਼ ਵਿੱਚ ਬੋਲਿਆ ਅਗਰ ਤੂੰ ਵਪਾਰੀ ਹੈ ਤਾਂ ਮੈਨੂੰ ਫਰੋਖਤ ਕਰ ਦੇ ਜੇ ਕਸਾਈ ਹੈ ਤਾਂ ਮੈਨੂੰ ਕਤਲ ਕਰ ਦੇ ਜੇ ਸ਼ਾਹ ਹੈ ਤਾਂ ਕਿਮਾ ਕਰ ਦੇ ਅੱਲਾ ਰਹਿਮ ਕਰੇ ਅਹਿਮਦ ਸ਼ਾਹ ਬਾਗੋ ਬਾਗ ਹੋ ਗਿਆ ਜੋ ਤੈਨੂੰ ਕਿਮਾ ਕੀਤਾ ਅਬਦਾਲੀ ਨੇ ਆਪ ਸਿਰਫ ਖਿਮਾ ਹੀ ਨਹੀਂ ਕੀਤਾ ਉਸ ਨੂੰ ਫਰਜੰਦ ਖਾਨ ਬਹਾਦਰ ਲਾਹੌਰ ਉਸ ਨੂੰ ਉਸ ਨੂੰ ਫਰਜੰਦ ਖਾਨ ਬਹਾਦਰ ਦਾ ਖਿਤਾਬ ਵੀ ਦਿੱਤਾ ਖਿਲਤ ਦਿੱਤੀ ਅਤੇ ਗਵਰਨਰ ਬਣਾ ਦਿੱਤਾ ਹੁਣ ਮੀਰ ਮੰਨੂ ਨੂੰ ਨਾ ਦਿੱਲੀ ਦਾ ਡਰ ਰਿਆ ਨਾ ਅਫਦਾਲੀ ਦਾ ਉਸ ਦੇ ਮਨ ਅੰਦਰ ਸਿੱਖਾਂ ਪ੍ਰਤੀ ਦੱਬੀ ਨਫ਼ਰਤ ਬਾਹਰ ਆ ਗਈ ਮੰਨੂ ਦੇ ਜ਼ੁਲਮਾਂ ਨੇ ਸਿੱਖਾਂ ਨੂੰ ਆਪਣੀ ਧਰਮ ਪ੍ਰਤੀ ਹੋਰ ਦ੍ਰਿੜ ਕਰ ਦਿੱਤਾ ਜਦੋਂ ਵੀ ਮੌਕਾ ਮਿਲਦਾ ਉਹ ਜੰਗਲਾਂ ਵਿੱਚੋਂ ਚਲਣਾ ਚੋਂ ਜਾਂ ਸ਼ਿਮਾਂ ਚੋਂ ਬਾਹਰ ਆਉਂਦੇ ਇੱਕ ਦੂਜੇ ਨੂੰ ਮਿਲਦੇ ਆਖਦੇ ਮੀਰ ਮੰਨੂ ਦੇ ਸੋਏ ਉੱਤੋਂ ਉਤੋਲਾ ਖੜੇ ਹੀਠੋਂ ਦੂਣ ਸੁਆਣੇ ਹੋਏ ਸਿੱਖਾਂ ਨੂੰ ਮਾਰਨ ਦੀ ਇੱਕ ਮੁਹਿੰਮ ਵਿੱਚ ਇੱਕ ਇਲ ਉਸਦੇ ਘੋੜੇ ਨੂੰ ਅਚਾਨਕ ਛੋਕੇ ਉੱਡ ਗਈ ਘੋੜਾ ਡਰ ਗਿਆ ਉਸ ਵਕਤ ਮੀਰ ਮੰਨੂ ਘੋੜੇ ਦੀ ਰਕਾਬ ਵਿੱਚ ਪੈਰ ਰੱਖ ਕੇ ਚੜਨ ਲੱਗਾ ਸੀ ਘੋੜਾ ਦੌੜ ਪਿਆ ਮੀਰ ਮੰਨੂ ਦੇ ਘੋੜੇ ਦੇ ਨਾਲ ਕੜੀਸ ਦਾ 4 ਨਵੰਬਰ 1753 ਨੂੰ ਕਬਰ ਵਿੱਚ ਜਾ ਪਿਆ ਹੁਣ ਲਾਹੌਰ ਦੀ ਸੱਤਾ ਆਏ ਦਿਨ ਬਦਲਣ ਲੱਗੀ ਦਿਨ ਵਲੇ ਹਕੂਮਤ ਕਰਨ ਵਾਲਾ ਰਾਤ ਨੂੰ ਨਜ਼ਰਬਾਦ ਹੁੰਦਾ ਸੀ ਚੌਧਰੀ ਫੌਜਦਾਰ ਨਵਾਬ ਇੱਕ ਦੂਸਰੇ ਵਿਰੁੱਧ ਸਾਜ਼ਸ਼ਾ ਕਢਣ ਲੱਗੇ ਔਦਾਲੀ ਨੇ ਪਹਿਲਾ ਮੀਰ ਮੁੰਨੂ ਦੇ ਦੋਸਲਾ ਪੁੱਤਰ ਅਮੀਨ ਖਾਨ ਨੂੰ ਗਵਰਨਰ ਮੰਨ ਲਿਆ 1754 ਵਿੱਚ ਉਸ ਦੀ ਮੌਤ ਹੋ ਗਈ ਤਾਕਤ ਮੁਰਾਦ ਬੀਗਮ ਦੇ ਹੱਥ ਆ ਗਈ ਇਹ ਮੁਗਲਾਨੀ ਬੀਗਮ ਦੇ ਨਾਂ ਨਾਲ ਚਰਚਾ ਵਿਚ ਆਈ ਇਸ ਦੇ ਚੱਲ ਚੱਲਣ ਇਸ ਦੇ ਚਾਲ ਚੱਲਣ ਬਾਰੇ ਅਫਵਾਹਾਂ ਫੈਲੀਆਂ ਇਸ ਨੇ ਸੱਤਾ ਵਿੱਚ ਬੜੇ ਰਹਿਣ ਲਈ ਦਿੱਲੀ ਦੇ ਵਜ਼ੀਰ ਨੂੰ ਵੀ ਬੜੇ ਸਬਜਾ ਦਿਖਾਏ ਇਸ ਤਰ੍ਹਾਂ ਉਸ ਇਸ ਤਰ੍ਹਾਂ ਨਾਲ ਸਾਰੇ ਪੰਜਾਬ ਵਿੱਚ ਹਫੜਾ ਦਫੜੀ ਦਾ ਮਾਹੌਲ ਸੀ ਪਤਾ ਹੀ ਨਹੀਂ ਲੱਗਦਾ ਲਾਹੌਰ ਦਾ ਹਕਮ ਕੌਣ ਹੈ ਅਬਦਾਲੀ ਨੇ ਹਿੰਦ ਉੱਪਰ ਚੌਥੇ ਹਮਲੇ ਵੇਲੇ ਲੁੱਟ ਮਾਰ ਲਈ ਤਬਾਹੀ ਮਚਾ ਦਿੱਤੀ ਉਹ 28000 ਲਾਦੂ ਪਸ਼ੂਆਂ ਅਤੇ 80000 ਕੋੜਿਆਂ ਉੱਪਰ ਲੁੱਟ ਦਾ ਮਾਲ ਲੱਦ ਕੇ ਲੈ ਗਿਆ ਸਿੱਖਾਂ ਨੇ ਮੁਗਲਾ ਦੇ ਟੈਂਦੇ ਸਾਮਰਾਜ ਤੋਂ ਲਹਾ ਲਿਆ ਲੁੱਟ ਮਾਰ ਕਰਕੇ ਮੁੜਦੀਆਂ ਅਬਦਾਲ ਦੀ ਅਬਦਾਲੀ ਦੀਆਂ ਫੌਜਾਂ ਨੂੰ ਭਜਣਾ ਪਾਈ ਰੱਖੀਆਂ ਮੌਕਾ ਮਿਲਦਿਆਂ ਤਾਂ ਮੌਕਾ ਮਿਲਿਆ ਤਾਂ ਪਿੰਡਾਂ ਉੱਪਰ ਵੀ ਕਬਜ਼ਾ ਕੀਤਾ ਜੱਸਾ ਸਿੰਘ ਆਲੂ ਵਾਲਿਆਂ ਨੇ ਜਲੰਧਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਜੈ ਸਿੰਘ ਕਨਈਆ ਜੱਸਾ ਸਿੰਘ ਰਾਮਗੜੀਆ ਸਰਦਾਰ ਹਜੀ ਸਿੰਘ ਝੰਡਾ ਸਿੰਘ ਲੈਣਾ ਸਿੰਘ ਚੜਤ ਸਿੰਘ ਗੁੱਜਰ ਸਿੰਘ ਆਦਿ ਆਦੇ ਜਥੇ ਪੂਰੇ ਸਰਗਰਮ ਸਨ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਮੱਲਿਆ ਆ ਸੀ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਮੱਲਿਆ ਆ ਸੀ ਸਿੰਘ ਮਾਰਾ ਮਾਰ ਦੇ ਜੈਪੁਰ ਤੱਕ ਪੁੱਜੇ ਸਨ ਜਦ ਬਾਬਾ ਦੀਪ ਸਿੰਘ ਨੂੰ ਖਬਰ ਮਿਲੀ ਜਹਾਨ ਖਾਨ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਤਹਿ ਟੇੜੀ ਕਰ ਦਿੱਤਾ ਹੈ ਅਫਗਾਨਾ ਨੇ ਅਫਗਾਨਾ ਨਾਲ ਦੋ ਹੱਥ ਕਰਨ ਲਈ ਉਹ ਦੱਚੱਥੇ ਲੈ ਕੇ ਦਮਦਮੇ ਤੋਂ ਚੱਲ ਪਿਆ ਨਾਲ ਕੇਵਲ ਅਠ ਸਿੰਘ ਸਨ ਪਰ ਹਰੀ ਕੇ ਪਤਨ ਤੱਕ ਪਹੁੰਚਦਾ ਰਸਤੇ ਵਿੱਚ ਜੁੜਦੇ ਸਿੰਘਾਂ ਦੀ ਗਿਣਤੀ 4000 ਤੋਂ ਟੱਪ ਗਈ ਸੰਗ ਰਾਣਾ ਸਾਹਿਬ ਲਾਗੇ ਆਗੇ ਖੰਡੇ ਨਾਲ ਲਕੀਰ ਵਿੱਚ ਖੰਡੇ ਨਾਲ ਲਕੀਰ ਵਿੱਚ ਦਿੱਤੀ ਜਿਹੜੇ ਸਿਪਾਹੀ ਛੇ ਖੰਡੇ ਨਾਲ ਲਕੀਰ ਖਿੱਚ ਦਿੰਦੀ ਜਿਹੜੇ ਸ਼ਹੀਦੀਆਂ ਪਾਉਣਾ ਚਾਹੁੰਦੇ ਨੇ ਮੇਰੇ ਵੱਲ ਆ ਜਾਓ ਬਾਕੀ ਪਿੱਛੇ ਹਟ ਜਾਓ ਅਦੀਨਾ ਬੇਗ ਨੇ ਆਪਣੀ ਤਿੱਖੀ ਸੂਜ ਨਾਲ ਮਹਾਰਾਟਿਆਂ ਸਿੱਖਾਂ ਤੇ ਅਫਗਾਨਾਂ ਨੂੰ ਆਪਣੇ ਹਿੱਤਾਂ ਲਈ ਖੂਬ ਵਰਤਿਆ ਸਿੱਖ ਉਸ ਨੂੰ ਆਪਣਾ ਹਮਦਰਦ ਜਾਣ ਕੇ ਬੌਂਦਾ ਸਿੱਖ ਕਹਿਣ ਲੱਗ ਪਏ ਸਨ ਉਹ ਆਪ ਹੱਸ ਕੇ ਆਖ ਦਿੰਦੀ ਬੇਸ਼ੱਕ ਮੈਂ ਸਿੱਖ ਘਰਾਂ ਕਸਾਂਦੀ ਹਾਂ ਪਰ ਫਿਰ ਵੀ ਸਿੱਖ ਹਾਂ 15 ਸਤੰਬਰ 1758 ਨੂੰ ਉਸ ਦੀ ਮੌਤ ਹੋ ਗਈ। ਇਸ ਵੇਲੇ ਸਿੱਖ ਜਿੱਥੇ ਵੱਡੀ ਤਾਕਤ ਬਣ ਚੁੱਕੇ ਸਨ। ਅਹਿਮਦ ਸ਼ਾਹ ਸਰਹੰਦ ਦੀ ਹਾਰ ਦਾ ਬਦਲਾ ਲੈ ਲਈ ਬਾਰ-ਬਾਰ ਹਮਲੇ ਕਰਨ ਲੱਗਾ। ਘਰ ਮੁੜਦੇ ਅਬਦਾਲੀ ਨੂੰ ਸਿੰਘ ਲੁੱਟ ਲੈਂਦੇ। ਅਬਦਾਲੀ ਹੋਰ ਖਿੱਚ ਭਰੇ ਗੁੱਸੇ ਨਾਲ ਹਮਲਾ ਕਰਦਾ। ਜੱਸਾ ਸਿੰਘ ਆਲੂ ਵਾਲੀਆ ਤੇ ਚੜਤ ਸਿੰਘ ਦੇ ਜਥੇ ਨੇ ਅਫਗਾਨਾਂ ਨੂੰ ਭਾਵੇਂ ਭੱਜਣਾ ਪਾਇ ਰੱਖਿਆ। ਫਿਰ ਵੀ ਅਫਗਾਨੀ ਇਸ ਵਾਰੀ ਜਹਾਦੀ ਬਣ ਕੇ ਆਏ। ਉਹਨਾਂ ਨੇ ਸਿੰਘਾਂ ਦੇ ਆਹੂ ਲਾਹੇ ਬੱਚੇ ਔਰਤਾਂ ਬੱਚੇ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਸਿੰਘ ਇਸ ਨੂੰ ਵੱਡਿਆ ਕੱਲੂ ਘਾਰਾ ਦੇ ਨਾਮ ਨਾਲ ਯਾਦ ਕਰਦੇ ਹਨ ਇੱਕ ਵਾਰ ਫਿਰ ਅਬਦਾਲੀ ਨੇ ਅਠਵਾਂ ਅਤੇ ਆਖਰੀ ਹਮਲਾ ਕੀਤਾ ਉਸ ਨੂੰ ਯਕੀਨ ਹੋ ਗਿਆ ਅਫਗਾਨ ਸਮਰਾਜ ਸਿੱਖਾਂ ਦੇ ਹੱਥਾਂ ਵਿੱਚ ਜਾ ਰਿਹਾ ਹੈ ਹੁਣ ਉਹ ਬੁੱਢਾ ਵੀ ਹੋ ਰਿਹਾ ਸੀ ਉਸ ਦੇ ਬਹੁਤੇ ਸੂਰਬੀਰ ਸੈਨਾਪਤੀ ਸਿੰਘਾਂ ਦੇ ਹੱਥੋਂ ਮਾਰੇ ਜਾ ਚੁੱਕੇ ਸਨ ਉਸ ਨੂੰ ਜੱਸਾ ਸਿੰਘ ਨੂੰ ਜ਼ਗੀਰ ਦਾ ਲਾਲਚ ਦੇ ਕੇ ਆਪਣੇ ਨਾਲ ਮਿਲੋਣਾ ਚਾਹਿਆ ਉਸਨੇ ਜੱਸਾ ਸਿੰਘ ਨਾਮ ਅਨਤਾ ਗੁੱਜਰ ਸਿੰਘ ਪੰਗੀ ਨੂੰ ਲਾਹੌਰ ਦੀ ਗਵਰਨੀ ਦਾ ਪਰਵਾਨਾ ਭੇਜਿਆ ਕਾਬਲ ਦੇ ਮੇਵੇ ਅਤੇ ਦੁਸ਼ਾਲਾ ਕਰ ਲਿਆ ਗੁੱਜਰ ਸਿੰਘ ਨੇ ਜਵਾਬ ਵਿੱਚ ਪੂਰਾ ਮੋੜਿਆ ਅਤੇ ਮੇਵਾਦੀ ਥਾਂ ਪੰਜਾਬ ਦੇ ਗੁੰਗਲੂ ਭੇਜੇ ਨਾਲ ਹੀ ਸਨੇਹਾ ਦਿੱਤਾ ਸਾਡੇ ਲਈ ਤਾਂ ਇਹੀ ਮੇਵੇ ਤੇ ਦੁਸ਼ਾਲੇ ਹਨ ਅਬਦਾਲੀ ਦੁਖੀ ਅਤੇ ਨਰਾਸ਼ ਹੋ ਗਿਆ ਕਾਫਰ ਹੁਣ ਸਾਡੇ ਤੋਂ ਬਾਗੀ ਹੋ ਗਏ ਹਨ ਉਸਨੇ ਆਪਣੇ ਸੇਨਾਪਤੀਆਂ ਨੂੰ ਕਿਹਾ ਇਹਨਾਂ ਦੋ ਵਾਰ ਮਾਰਨਾ ਪੈਂਦਾ ਸਾਡਾ ਇੱਕ ਫੌਜਦਾਰ ਆਖਦਾ ਏ ਚੰਗਾ ਹੋਵੇ ਸਿੱਖਾਂ ਤੋਂ ਦੂਰ ਰਹੋ ਮੈਂ ساری عمر ਸਿੱਖਾਂ ਨਾਲ ਲੜਕੇ ਦੀ ਘਟਿਆ ਏ ਦਿੱਲੀ ਵੱਲੋਂ ਸਿੱਖਾਂ ਨੂੰ ਕੋਈ ਖਤਰਾ ਨਹੀਂ ਸੀ ਹੁਣ ਕਾਬਲ ਵੱਲੋਂ ਵੀ ਆਉਂਦੇ ਧੜਵੀ ਵੀ ਸਿੰਘਾਂ ਤੋਂ ਡਰਨ ਲੱਗੇ ਚੜਤ ਸਿੰਘ ਦੀ ਤਲਵਾਰ ਅਠ ਤੱਕ ਮਾਰ ਕਰਨ ਲੱਗੀ ਇਸ ਸਮੇਂ ਦੌਰਾਨ ਮਿਸਲਾਂ ਦਾ ਵਿਕਾਸ ਹੋਇਆ ਅਤੇ ਹੌਲੀ-ਹੌਲੀ ਸਾਰਾ ਪੰਜਾਬ ਮਿਸਲਾਂ ਨੇ ਆਪਸ ਵਿੱਚ ਵੰਡ ਲਿਆ ਲਾਹੌਰ ਦਾ ਗਵਰਨਰ ਮਨ ਆਏ ਲੋਕਾਂ ਤੇ ਅਯਾਸ਼ੀਆਂ ਕਰਦਾ ਸੀ ਭਗਵੀ ਮਿਸਲ ਦੇ ਸਰਦਾਰ ਲਹਿਣਾ ਸਿੰਘ ਤੇ ਗੁੱਜਰ ਸਿੰਘ ਦੀ ਅੱਖ ਹਰ ਸਮੇਂ ਲਾਹੌਰ ਉੱਪਰ ਕਵੀਆਂ ਕਰਦੇ ਲੱਗੀ ਹੋਈ ਸੀ 1743 1764 ਵਿੱਚ ਇੱਕ ਸੂਈਏ ਨੇ ਭੰਗੀਆਂ ਨੂੰ ਦੱਸਿਆ ਲਾਹੌਰ ਦਾ ਸੁਬੇਦਾਰ ਸ਼ਰਾਬੀ ਹੋਇਆ ਕੰਜਰੀਆਂ ਦੇ ਨਾਚ ਵੇਖਣ ਵਿੱਚ ਮਸਤ ਹੈ ਹਿਫਾਜ਼ਤ ਵੀ ਕੋਈ ਬਹੁਤੀ ਨਹੀਂ ਸ਼ਿਪਾਹੀ ਵੀ ਨਸ਼ੇ ਵਿੱਚ ਹਨ ਕਾਬੂ ਕਰਨਾ ਸੌਖਾ ਹੈ ਬੜਾ ਟਕੂਆ ਮੌਕਾ ਦਿੱਤਾ ਜੇ ਬਾਹਰ ਗੁਰੂ ਨੇ ਸਿੰਘਾ ਝਟ ਕਮਰ ਕੱਸੇ ਕਸ ਲੈ ਆਪਣੇ ਹਮੈਤੀ ਸੋਭਾ ਸਿੰਘ ਨੂੰ ਹੀ ਬੁਲਾ ਲਿਆ ਦੁਰਾਨੀ ਨੂੰ ਚਿੰਤੇਬਾਜ਼ ਜਾ ਪਏ ਕਾਬੂ ਕਰ ਲਿਆ ਫਿਰ ਕੁਝ ਦਿਨਾਂ ਬਾਅਦ ਲਾਹੌਰ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲਿਆ ਮਿਸਲਾਂ ਵਿੱਚ ਇਸ ਜੰਗੀ ਕਾਰਵਾਈ ਦੀ ਈਰਖਾ ਭਰੀ ਪ੍ਰਸ਼ੰਸਾ ਹੋਣ ਲੱਗੀ ਇਸੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਦੀਵਾਲੀ ਮੌਕੇ ਅੰਮ੍ਰਿਤਸਰ ਸਰਬਤ ਖਾਲਸਾ ਸੱਦਿਆ ਗਿਆ ਸੀ ਬਾਬਾ ਸਾਹਿਬ ਸਿੰਘ ਬੇਦੀ ਨੇ ਸਿੱਖਾਂ ਨਾਲ ਗੁਰਮਤਾ ਕਰਦਿਆਂ ਸਮਝਾਇਆ ਸੀ ਖਾਲਸਾ ਜੀਓ ਜਿੱਥੋਂ ਤੱਕ ਪੰਜਾਬ ਦੀਆਂ ਅਸਾਂ ਜੜਾਂ ਬਾੜੇ ਵਿਖੜਾ ਪੈਂਦਾ ਤੈ ਕੀਤਾ ਜੇ ਸਾਡੇ ਲੱਖਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਰਾਜ ਕਰੇਗਾ ਖਾਲਸਾ ਨੂੰ ਅੰਮਲੀ ਜਹਨਾ ਪਹਿਲਾਇਆ ਜਾਏ ਪਹਿ ਨੂੰ ਅੰਮਲੀ ਜਾਮਾ ਪਹਿਨਾਉਣ ਖਾਤਰ ਸ਼ਹੀਦियां ਪਾ ਗਏ ਨੇ ਹੁਣ ਸਮੁੱਤ ਬਖਸ਼ੇ ਸਾਨੂੰ ਆਪਣਾ ਮਨ ਨਿਵਾਰਾ ਰੱਖ ਕੇ ਆਪਸ ਵਿੱਚ ਮਿਲ 밀 بیٹھ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਬਾਰੇ ਸੋਚਣਾ ਚਾਹੀਏ ਪੰਜਾਬ ਦੇ ਜੰਮਿਆਂ ਨੇ ਕੁਝ ਸੰਤਾਪ ਹੋ ਗਿਆ ਹੈ ਬਾਰ ਬਾਰ ਉਜੜੇ ਹਨ ਅਫਗਾਨ ਸਾਨੂੰ ਕੁੱਤੇ ਔਰ ਕਾਲੇ ਕੁੱਤੇ ਆਖਦੇ ਰਹੇ ਅਸੀਂ ਉਹਨਾਂ ਨੂੰ ਸੀਹ ਬਣ ਕੇ ਟੱਕਰੇ ਹਾਂ ਸਾਡੇ ਪਾਸ ਨਾ ਸਾਧਨ ਸਨ ਹਥਿਆਰ ਫਿਰ ਵੀ ਅਸੀਂ ਅਫਗਾਨੀਆਂ ਨਾਲ ਤਰਕ ਕਾਨੂੰਨ ਤੂਲ ਚਟਾਈ ਹੈ ਬਗਲਾਂ ਤੇ ਅਫਗਾਨਾਂ ਅਤੇ ਸਿਪਾਹੀਆਂ ਦੇ ਆਪਣੀਆਂ ਤਰਖਾਹਾਂ ਲਈ ਲੜੇ ਅਸੀਂ ਆਪਣੀ ਮਿੱਟੀ ਲਈ ਲੜੇ ਹਾਂ ਮੁਗਲ ਸਿਪਾਹੀ ਆਪਣੀ ਤਨਖਾਹ ਨਹੀਂ ਲੜੇ ਸੀ ਆਪਣੀ ਮਿੱਟੀ ਲਈ ਲੜੇ ਹਾਂ ਸਾਡੀ ਜੰਗ ਆਪਣੀ ਕੌਮ ਨੂੰ ਬਚਾਉਣ ਲਈ ਜੰਗ ਸੀ ਹੁਣ ਤਰਕ ਹੀ ਤੁਰਕਾਂ ਦੇ ਵੈਰੀ ਹੋ ਗਏ ਨੇ ਕਲਗੀਧਰ ਪਾਤਸ਼ਾਹ ਦੇ ਬਚਨ ਪੂਰੇ ਹੋਏ ਕਾਬਲ ਸੇ ਕੁੱਤਾ ਮੰਗਵਾਉਂ ਉਹਨਕੋ ਉਸੇ ਮਰਵਾਉਂ ਖਾਲਸਾ ਜੀ ਮੈਂ ਕੁਝ ਸਮੇਂ ਤੋਂ ਸਿੰਘਾਂ ਵਿੱਚ ਆਪਸੀ ਵਿਰੋਧ ਦੀ ਗੱਲ ਸੁਣਦਾ ਪਿਆ ਹਾਂ ਮੇਰੀ ਬੇਨਤੀ ਪ੍ਰਵਾਨ ਕਰੋ ਅਸੀਂ ਵਿਰੋਧ त्याਗੇ ਸਾਂਝੀ ਤਾਕਤ ਕਾਇਮ ਕਰਨੀ ਹੈ ਭਾਵੇਂ ਆਪਣੇ ਆਪਣੇ ਇਲਾਕੇ ਵਿੱਚ ਕਿਲੇ ਗੜੀਆਂ ਉਸਾਰ ਕੇ ਤਾਕਤ ਮਜ਼ਬੂਤ ਕਰੋ ਪਾਵੇਂ ਰਲ ਕੇ ਕਰ ਪਨੇ ਰਲ ਕਰਕੇ ਸਾਂਝੀ ਗੜੀ ਬਣਾ ਲਵੋ ਸਾਡੀ ਜਥੇਬੰਦੀ ਕਾਇਮ ਕਰ ਲਵਾਂਗੇ ਸਾਂਝੀ ਜਥੇਬੰਦੀ ਕਾਇਮ ਕਰ ਲਵਾਂਗੇ ਤਾਂ ਹਿੰਦੁਸਤਾਨ ਦੀ ਵੱਡੀ ਤਾਕਤ ਬਣ ਜਾਵਾਂਗੇ ਆਓ ਰਲ ਕੇ ਅਰਦਾਸ ਕਰੀਏ ਅਸੀਂ ਸਾਰੇ ਇੱਕ ਹਾਂ ਕੋਈ ਵੀ ਬਾਹਰੀ ਦੁਸ਼ਮਣ ਸਾਡਾ ਸਾਰਿਆਂ ਦਾ ਦੁਸ਼ਮਣ ਹੈ ਖਾਟ ਵਿੱਚੋਂ ਇੱਕ ਸਿੰਘ ਨੇ ਜਿਤਕਾਰਾ ਛੱਡਿਆ ਜੋ ਬੋਲੋ ਸੋਨਹਾ ਫੋਤ ਤੀਕਾਲ ਦੀ ਆਵਾਜ਼ਾਂ ਨਾਲ ਦਰਬਾਰ ਸਾਹਿਬ ਦਾ ਚਿਰਦਾ ਗੂੰਜ ਉੱਠਿਆ ਦੋਵੇਂ ਹੱਥ ਜੋੜੇ ਸਹਿਬ ਸਿੰਘ ਬੇਦੀ ਨੇ ਸਭ ਨੂੰ ਸ਼ਾਂਤ ਹੋਣ ਲਈ ਇਸ਼ਾਰਾ ਕੀਤਾ ਫਿਰ ਨਵਾਬ ਕਪੂਰ ਸਿੰਘ ਦੀ ਵਿਧਾਈ ਕਰਦੇ ਆ ਕਪੂਰ ਸਿੰਘ ਨੇ ਬਹੁਤ ਦੂਰ ਅੰਦੇਸ਼ੀ ਨਾਲ ਦਾਲ ਖਾਲਸਾ ਦੀ ਵਾਗ ਡੋਰ ਸਰਦਾਰ ਜੱਥੇਦਾਰ ਜੱਸਾ ਸਿੰਘ ਹਲੂ ਵਾਲੀ ਨੂੰ ਸੋਪੀ ਹੈ ਮੇਰੀ ਬੇਨਤੀ ਹੈ ਉਹਨਾਂ ਦੇ ਅਗਵਾਈ ਹੇਠ ਸਾਰੇ ਜੱਥੇ ਕੰਮ ਕਰਦੇ ਰਹਿਣ ਆਪਸ ਵਿੱਚ ਕੋਈ ਚੱਕੜਾ ਉੱਠੇ ਤਾਂ ਵੀ ਸਰਬਤ ਖਾਲਸਾ ਸਮੇਂ ਨਿਬੜਨਾ ਕਰਨਾ ਹੈ। ਇਹੀ ਸਿੱਖੀ ਮਰਿਆਦਾ ਹੈ। ਖਾਲਸਾ ਜੀਓ ਆਪਸ ਵਿੱਚ ਬੈਜ ਮੈਂ ਵੈਰ ਵਿਰੋਧ ਈਰਖਾਵਾ ਕਰਕੇ ਅਸੀਂ ਬੜਾ ਸਮਾਂ ਅਜਾਈ ਗਵਾ ਲਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਤੱਕ ਹਿੰਦੁਸਤਾਨ ਵੇਲਾ ਪਿਆ ਸੀ। ਸਾਡੇ ਵਿੱਚ ਸਾਰੇ ਗੁਣ ਹਨ ਪਰ ਯੋਗ ਆਗੂ ਦੀ ਕਾਟ ਰੜਕਦੀ ਹੈ। ਜੇ ਮੌਕਾ ਸੰਭਾਲ ਲੈਂਦੇ ਦਿੱਲੀ ਉੱਪਰ ਇਸ ਸਮੇਂ ਖਾਸੇ ਰਾਜ ਹੋਣਾ ਸੀ। ਅਜੀਬ ਕੁਝ ਨਹੀਂ ਵਿਗੜਿਆ ਪ੍ਰਾਣ ਕਰੀਏ ਅਸੀਂ ਦਾਲ ਖਾਸ ਦੇ ਚੰਡੇ ਹੇਠ ਇਕੱਠਿਆਵਾਂਗੇ ਖੇਰੂ ਖੇਰੂ ਨਹੀਂ ਹੋਵਾਂਗੇ ਗੁਰਮਤਿਆਂ ਦਾ ਮਾਣ ਰੱਖਾਂਗੇ ਗੁਰੂ ਖਾਲਸਾ ਜੀ ਤੁਹਾਡੇ ਵਿੱਚ ਰਾਜ ਕਰਨ ਦੀ ਯੋਗਤਾ ਵੀ ਹੈ ਤੇ ਤਾਕਤ ਵੀ ਹੈ ਗੁਰੂ ਨਾਨਕ ਦੇਵ ਜੀ ਦੂਸਰੀ ਉਦਾਸੀ ਸਮੇਂ ਸਮੇਰ ਪਰਬਤ ਪਹੁੰਚੇ ਦਾ ਸਿੱਧਾ ਨੇ ਤੰਜ ਨਾਲ ਸਵਾਲ ਕੀਤਾ ਸਿੱਖੀ ਮਹਲ ਕਿਸ ਆਸਰੇ ਖੜਾ ਕਰੋਗੇ ਗੁਰੂ ਨਾਨਕ ਆਪਣੇ ਸੁਬਾਨ ਸਾਨਿਮਤਾਂ ਨਾਲ ਕਹਿੰਦੇ ਸੀ ਦੋ ਖਮ ਥਮਾ ਅਸਰੇ ਗੁਰੂ ਸੰਗਤ ਔਰ ਗੁਰਬਾਣੀ ਜਦ ਸਿੱਧਾਂ ਦੀ ਅਕਲ ਵਿੱਚ ਕੁਝ ਨਾ ਪਿਆ ਤਾਂ ਗੁਰੂ ਨੇ ਸਮਝਾਇਆ ਇੱਕ ਸਿੱਧ ਦੋਈ ਸਾਧ ਸੰਗ ਪੰਜੀ ਪਰਮੇਸ਼ਰ ਮੈਨੂੰ ਭਰੋਸਾ ਹੈ ਤੁਸੀਂ ਗੁਰੂ ਦੇ ਬਚਨ ਸੱਚ ਕਰਖਵਾਓਗੇ ਅਕਾਲ ਪੁਰਖ ਸਾਡੇ ਉੱਪਰ ਸਿਰਾਂ ਉੱਪਰ ਹੈ ਗੁਰੂਆਂ ਦਾ ਅਸ਼ੀਰਵਾਦ ਸਾਡੇ ਨਾਲ ਹੈ ਅਸੀਂ ਹਿੰਦੁਸਤਾਨ ਦੀ ਵੱਡੀ ਸ਼ਕਤੀ ਬਣਾਂਗੇ ਸੰਗਤ ਵਿੱਚੋਂ ਫਿਰ ਇੱਕ ਸਿੰਘ ਨੇ ਜੇਖਾਰਾ ਛੱਡਿਆ ਬਹੁਤੇ ਜਥੇਦਾਰਤਾ ਬਾਬਾ ਸਹਿਬ ਸਿੰਘ ਬੇਦੀ ਦੇ ਨਿਸ਼ੀਤ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਹੀ ਛੱਡ ਕੇ ਚਲੇ ਗਏ ਇੱਕ ਦੂਸਰੇ ਨੂੰ ਵਿਦਖਾਉਣ ਲਈ ਉਸ ਦੇ ਇਲਾਕੇ ਉੱਪਰ ਕਬਜ਼ਾ ਕਰਨ ਦੀਆਂ ਸ਼ਾਹਸ਼ਾਹ ਘੜਾਂ ਦੇ ਵਿੱਚ ਰੁੱਝ ਗਏ ਚੜਤ ਸਿੰਘ ਦਾ ਜੱਥਾ ਕੁਝ ਵਧੇਰੇ ਹਮਲਾਵਰ ਬਣ ਗਿਆ ਉਹ ਦੂਸਰੇ ਜਥੇ ਦੀ ਅੱਖਾਂ ਵਿੱਚ ਰੜਕਾਂ ਲੱਗਾ ਲਾਹੌਰ ਵਿੱਚ ਇਸ ਸਮੇਂ ਸ਼ਾਹਨਵਾਜ਼ ਹਕਮ ਸੀ ਜਦ ਪੰਜਾਬ ਦੀਆਂ ਖਬਰਾਂ ਦਿੱਲੀ ਪਹੁੰਚੀਆਂ ਤਾਂ ਸ਼ਾਹਨਵਾਜ਼ੀ ਦੀ ਜਵਾਬ ਤਲਬੀ ਹੋਈ ਸਿੱਖਾਂ ਨੂੰ ਨੱਥ ਪਾਉਣ ਲਈ ਕਿਹਾ ਗਿਆ ਪਰ ਸ਼ਾਹ ਨਵਾਜ਼ ਸਿੱਖਾਂ ਨੂੰ ਛੇੜਨ ਤੋਂ ਡਰਦਾ ਸੀ ਸਿੱਖਾਂ ਦੇ ਹੌਸਲੇ ਬਲੰਦ ਹੁੰਦੇ ਗਏ ਸਿੱਖਾਂ ਦੀ ਅਰਦਾਸ ਵਿੱਚ ਨਰਾਜ ਕਰੇ ਘਹਾ ਖਾਲਸਾ ਵਾਲਾ ਹਥਿਆਰ ਉਹਨਾਂ ਨੂੰ ਟਿੱਕੇ ਨਹੀਂ ਸੀ ਬੈਠਣ ਦਿੰਦਾ ਅਜਿਹੇ ਵਿੱਚ ਗੁਜਰਾਂ ਵਾਲੇ ਦਾ ਜ਼ਗੀਰਦਾਰ ਗੁਰਬਖਸ਼ ਸਿੰਘ ਆਪਣੇ ਇੱਕ ਰਿਸ਼ਤੇਦਾਰ ਕੋਲ ਗਿਆ ਮੈਂ ਤੇਰੇ ਨਾਲ ਸ਼ੁਕਰ ਚੱਕੀਏ ਚੜਤ ਸਿੰਘ ਬਾਰੇ ਇੱਕ ਗੱਲ ਕਰਨ ਆਇਆ ਵਾਂ ਇਹੋ ਜਿਹੀਆਂ ਗੱਲਾਂ ਖੋਲ੍ਹੇ ਆਮ ਨਹੀਂ ਕਰੀਦੀਆਂ ਰਿਸ਼ੇਦਾਰ ਕੁਝ ਸਿੰਘਾਂ ਵਿੱਚ ਕਿਰਿਆ ਸੀ ਰਾਤੀ ਕਰਾਂ ਗੱਲ ਤੇ ਗੁਰਬਖਸ਼ ਸਿੰਘ ਰਾਤ ਉੱਥੇ ਹੀ ਟਿਕ ਗਿਆ ਤੇ ਠੀਕ ਹੈ ਦੋਸਤੋ ਅੱਜ ਆਪਾਂ ਖਤਮ ਕਰਦੇ ਹਾਂ ਪਹਿਲਾ ਹਿੱਸਾ ਪਹਿਲਾ ਭਾਗ ਤੇ ਦੂਸਰਾ ਪਾਗ ਲੈ ਕੇ ਜਲਦੀ ਆਜਰ ਹੋਵਾਂਗੇ ਆਸ ਕਰਦੇ ਹਾਂ ਨਾਵਲ ਤੁਹਾਨੂੰ ਪਸੰਦ ਆਇਆ ਹੋਵੇਗਾ ਅੱਜ ਇਹ ਨਾਵਲ ਦੀ ਸਿਰਫ ਸ਼ੁਰੂਆਤ ਆ ਕਹਾਣੀ ਜੀ ਸ਼ੁਰੂ ਹੋਏਗੀ ਤੀਜਾ ਭਾਗ ਜਿਸ ਦਾ ਨਾਮ ਚਰਤ ਸਿੰਘ ਦੀ ਚੜਤ ਅਤੇ ਮੌਤ ਤੇ ਚਰਤ ਸਿੰਘ ਤੋਂ ਬਾਅਦ ਫਿਰ ਮਹਾ ਸਿੰਘ ਤੇ ਦੋਸਤੋ ਦੇਖਦੇ ਆ ਨਾਵਲ ਆਪਾਂ ਨੂੰ ਕਿੱਥੇ ਲੈ ਕੇ ਜਾਵੇਗਾ ਤੇ ਮਿਲਦੇ ਆਂ ਅਗਲੇ ਭਾਗ ਵਿੱਚ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਲਾਮ